ਪੰਜਾਬੀ ਰੇਡੀਓ ਯੂਐਸਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਪਟਿਆਲਾ ਸਟੂਡੀਓ ਤੋਂ ਬਲਤੇਜ ਬੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ 'ਤੇ ਨਜ਼ਰ ਮਾਰਾਂਗੇ, ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਵੀ ਸਵਾਲ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਆ, ਕਾਲ ਕਰ ਸਕਦੇ ਹੋ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082725200 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਗੁਰਦੀਪ ਸਿੰਘ ਬੈਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰੈਜਨੋ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਸਰਕਾਰ ਵੱਲੋਂ ਜਿਹੜੀ ਇੱਕ ਚਿੱਠੀ ਆਈ ਹੋਈ ਆ ਗੱਲਬਾਤ ਲਈ, ਉਸ ਦੇ ਸੰਬੰਧੀ ਅਜੇ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ। ਦੇਖੋ, ਸ਼ੈਤਾਨੀ ਵਾਲੀ ਇਹ ਜਿਹੜੀ ਚਿੱਠੀ ਹੈ, ਜਿਹਦੇ ਉੱਤੇ ਨਾ ਕੋਈ ਤਰੀਕ ਹੈ, ਨਾ ਸਮਾਂ ਹੈ, ਨਾ ਸਥਾਨ ਹੈ, ਨਾ ਏਜੰਡਾ ਹੈ। ਚਿੱਠੀ ਜ਼ਰੂਰ ਜਿਹੜੀ ਜਿੱਤੂ ਪਈ ਹੈ, ਜਿੱਥੋਂ ਤੱਕ ਗੱਲ ਸਰਕਾਰ ਦੀ ਹੈ, ਉਹ ਲੱਗਦਾ ਕਿ ਸਰਕਾਰ ਇਹ ਦੱਸਣ ਦੇ ਯਤਨਾਂ 'ਚ ਹੈ ਜਾਂ ਭਰਮ ਭੁਲੇਖਾ ਖੜਾ ਕਰਨ ਦੇ ਯਤਨਾਂ ਦੇ ਵਿੱਚ ਹੈ ਕਿ ਇਹਨਾਂ ਕੋਲੇ ਕੋਈ ਲੀਡਰ ਨਹੀਂ ਗਾ, ਅਸੀਂ ਕਿਹਦੇ ਨਾਲ ਗੱਲ ਕਰੀਏ। ਉਹਨੇ ਇਸ ਤਰੀਕੇ ਦੀ ਜਿਹੜੀ ਇਹ ਸ਼ੈਤਾਨੀ ਭਰੀ ਜਿਹੜੀ ਉਹ ਚਿੱਠੀ ਆ, ਖੇਤੀ ਮੰਤਰਾਲੇ ਦੇ ਜਿਹੜੇ ਜੁਆਇੰਟ ਸੈਕਟਰੀ ਦੇ ਵੱਲੋਂ ਜਿਹੜੇ ਅਗਲੇ ਗੇੜ ਦੀ ਗੱਲਬਾਤ ਦੇ ਵਾਸਤੇ ਤਰੀਕ ਤੇ ਸਮਾਂ ਲਿਖਣ ਦੇ ਵਾਸਤੇ ਭੇਜੀ ਚਿੱਠੀ ਦੇ ਇੱਕ ਦਿਨ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਗੱਲਬਾਤ ਲਈ ਤਾਂ ਹਮੇਸ਼ਾ ਤਿਆਰ ਹੈ, ਬਸ਼ਰਤੇ ਸਰਕਾਰ ਕਿਸੇ ਠੋਸ ਹੱਲ ਦੀ ਪੇਸ਼ਕਸ਼ ਤਾਂ ਕਰੇ। ਆਗੂ ਜਿਹੜੇ ਅਜੇ ਕਹਿੰਦੇ ਆ ਕਿ ਸਰਕਾਰ ਦੀ ਇਹ ਜਿਹੜੀ ਚਿੱਠੀ ਆ, ਇਹਦੇ 'ਚ ਕੁਛ ਵੀ ਨਵਾਂ ਨੀਗਾ, ਪੁਰਾਣੀਆਂ ਗੱਲਾਂ ਉਹਨਾਂ ਨੂੰ ਰਿਪੀਟ ਜਿਹੜਾ ਉਹ ਕੀਤਾ ਗਿਆ। ਔਰ ਇਹ ਕਿਹਾ ਗਿਆ ਪਹਿਲੀ ਤਜਵੀਜ਼ ਬਾਰੇ ਗੱਲਬਾਤ ਕਰਨ ਦੀ ਗੱਲ ਆਖੀ ਗਈ ਆ, ਉਹ ਤਾਂ ਰੱਦ ਕੀਤੀ ਜਾ ਚੁੱਕੀ ਆ ਕਿਸਾਨਾਂ ਦੇ ਵੱਲੋਂ ਕਿ ਅਸੀਂ ਜਿਹੜੀਆਂ ਤੁਸੀਂ ਤਰਮੀਮਾਂ ਕਰਨੀਆਂ ਚਾਹੁੰਦੇ ਹੋ ਉਸ ਵਿਸ਼ੇ ਤੇ ਗੱਲਬਾਤ ਨਹੀਂ ਜਿਹੜੀ ਵੀ ਉਹ ਕਰਨੀ, ਔਰ ਉਹ ਰੱਦ ਕੀਤੀ ਗਈ ਆ। ਫਿਰ ਸਰਕਾਰ ਨੇ ਉਹੀ ਕੁਛ ਜਿਹੜਾ ਜੀ ਲਿਖਿਆ, ਸਰਕਾਰ ਤੇ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦੇ ਦਰਮਿਆਨ 6ਵੇਂ ਗੇੜ ਦੀ ਜਿਹੜੀ ਗੱਲਬਾਤ ਆ ਉਹ 9 ਦਸੰਬਰ ਨੂੰ ਰੱਦ ਜਿਹੜੀ ਉਹ ਹੋ ਗਈ ਸੀਗੀ। ਅੱਜ ਕਿਸਾਨ ਜਥੇਬੰਦੀਆਂ ਜਿਹੜੀਆਂ ਨੈਸ਼ਨਲ ਲੈਵਲ ਦੀਆਂ ਨੇ, ਸਾਂਝਾ ਮੋਰਚਾ ਜਿਹੜਾ, ਉਹ ਮੁੜ ਜੁੜ ਬੈਠਣਗੀਆਂ ਤੇ ਉਹ ਇਹਦੇ ਵਿੱਚ ਫੈਸਲਾ ਲੈਣਗੀਆਂ ਕਿ ਇਹਦੇ ਉੱਤੇ ਕੀ ਕਰਨਾ ਅੱਗੋਂ ਜਿਹੜਾ ਇਸ ਗੱਲਬਾਤ ਦੇ ਵਾਸਤੇ, ਜਾਂ ਕੀ ਨਵਾਂ ਕੁਛ ਨੁਕਤਾ ਜਿਹੜਾ ਜੀ ਉਹ ਜਥੇਬੰਦੀਆਂ ਸੁਝਾਉਂਦੀਆਂ ਨੇ, ਜਿਹੜੀਆਂ ਕਿ ਇਹ ਕਹਿੰਦੀਆਂ ਨੇ ਕਿ ਸਾਡੀ ਤਾਂ ਡਿਮਾਂਡ ਇੱਕ ਹੈ ਕਿ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਜਿਹੜਾ ਉਹ ਕਰੋ। ਆਲ ਇੰਡੀਆ ਕਿਸਾਨ ਸਮਿਤੀ ਦੇ ਸਹਾਇਕ ਸੈਕਟਰੀ ਜਿਹੜੇ ਆ ਉਹਨਾਂ ਨੂੰ ਮੀਟਿੰਗ ਦੀ ਤਰੀਕ ਬਾਰੇ ਪੁੱਛਣ ਦੀ ਕੋਈ ਤੁੱਕ ਹੀ ਨਹੀਂ ਬਣਦੀ, ਉਹਨਾਂ ਨੇ ਕਿਹਾ, ਉਹ ਕਹਿੰਦੇ ਅਸੀਂ ਸਾਰਾ ਦਿਨ ਇੱਥੇ ਦੇਖੇ ਸਰਕਾਰ ਦੀ ਉਡੀਕ ਹੀ ਕਰਦੇ ਹਾਂ ਕਿ ਸਾਡੀ ਗੱਲ ਜਿਹੜੀ ਉਹ ਸੁਣੋ, ਤੁਹਾਡੇ ਕੋਲੇ ਜਿਹੜੇ ਤੁਹਾਡੇ ਸਕੈਜੂਅਲ ਨੇ ਉਹ ਜ਼ਿਆਦੇ ਇਸ ਪਾਸੇ ਵੱਲ ਲੱਗੇ ਹੋਏ ਆ ਕਿ ਕਿਸਾਨ ਸੰਘਰਸ਼ ਨੂੰ ਬਦਨਾਮ ਕਿਵੇਂ ਕਰਨਾ, ਚਾਹੇ ਉਹ ਜਿਹੜੇ ਪੈਸੇ ਭੇਜ ਰਹੇ ਲੋਕ ਨੇ ਉਹਨਾਂ ਦੇ ਪਾਸਪੋਰਟਾਂ ਦੀ ਜਾਣਕਾਰੀ ਜਿਹੜੀ ਜੀ ਉਹ ਲੈਣੀ ਹੋਵੇ, ਆੜ੍ਹਤੀਆਂ ਦੇ ਉੱਤੇ ਛਾਪੇਮਾਰੀ ਜਿਹੜੀ ਉਹ ਕਰਵਾਉਣੀ ਹੋਵੇ, ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਹੱਥ ਕੰਡੇ ਨੇ, ਸਾਰਾ ਜ਼ੋਰ ਤਾਂ ਉਹ ਉਸ ਪਾਸੇ ਵੱਲ ਲੱਗਿਆ ਹੋਇਆ ਸਰਕਾਰ ਦਾ ਵੀ ਕਿਸੇ ਤਰੀਕੇ ਦੇ ਨਾਲ ਇੱਕ ਵਾਰੀ ਡਰਾ ਲਈਏ ਫਿਰ ਦੇਖਾਂਗੇ। ਜੀ ਜੀ ਜੀ, ਅੱਗੇ ਕਰਦੇ ਹੈਗੇ ਆ, ਸਾਰੇ ਮੋਰਚਿਆਂ ਦੇ ਉੱਤੇ ਹੀ ਲੜੀਵਾਰ ਜਿਹੜੀ ਆ ਭੁੱਖ ਹੜਤਾਲ ਸ਼ੁਰੂ ਹੋ ਰਹੀ ਆ। ਬਿਲਕੁਲ ਹੋ ਗਈ ਜੀ ਭੁੱਖ ਹੜਤਾਲ ਇਹ, ਔਰ ਕੜਾਕੇ ਦੀ ਠੰਡ ਦੇ ਵਿੱਚ ਦਿੱਲੀ ਤੇ ਹਰਿਆਣਾ ਦੀਆਂ ਸਰਹੱਦਾਂ ਦੇ ਉੱਤੇ ਜਿੱਥੇ ਜਿੱਥੇ ਇਹ ਬੈਠੇ ਨੇ, ਸਿੰਘੂ ਬਾਰਡਰ ਹੈ, ਟਿੱਕਰੀ ਬਾਰਡਰ ਹੈ, ਗਾਜ਼ੀਪੁਰ ਵਾਲਾ ਬਾਰਡਰ ਹੈ, ਪਲਵਲ ਜਿਹੜਾ ਉਹ ਬਾਰਡਰ ਹੈ, ਇਹਨਾਂ ਸਾਰੇ ਜਗ੍ਹਾ ਦੇ ਉੱਤੇ 11-11 ਕਿਸਾਨ ਜਿਹੜੇ ਨੇ ਉਹਨਾਂ ਨੇ ਵੱਖ ਵੱਖ ਸਟੇਜਾਂ ਦੇ ਉੱਤੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਹ ਲੜੀਵਾਰ ਭੁੱਖ ਹੜਤਾਲ ਚੱਲੂਗੀ ਜਿਹਦੇ ਵਿੱਚ 24 ਘੰਟੇ ਇਹ 11 ਜਾਣੇ ਭੁੱਖ ਹੜਤਾਲ ਤੇ ਬੈਠਣਗੇ। ਉਸ ਤੋਂ ਬਾਅਦ ਅਗਲੇ 11 ਜਾਣੇ ਜਿਹੜੇ ਆ ਉਹ ਭੁੱਖ ਹੜਤਾਲ ਦੇ ਉੱਤੇ ਬੈਠਣਗੇ। ਇਹਦੇ ਸੰਬੰਧੀ ਲੰਬੀਆਂ ਲਿਸਟਾਂ ਜਿਹੜੀਆਂ ਉਹ ਬਣ ਗਈਆਂ ਹੋਈਆਂ ਨੇ। ਇੱਥੇ ਜਿਹੜਾ ਇਹ ਕਿਹਾ ਗਿਆ ਜੀ ਕਿ ਅੰਦੋਲਨਕਾਰੀ ਜਿਹੜੇ ਕਿਸਾਨ ਨੇ ਉਹ ਖੇਤੀ ਕਾਨੂੰਨਾਂ ਦੇ ਜਿਹੜੇ ਰਕੇਸ਼ ਟਕੈਤ ਨੇ ਉਹਨੇ ਗੱਲ ਕਹੀ ਕਿ ਅੰਦੋਲਨਕਾਰੀ ਕਿਸਾਨ ਆਗੂ ਜਿਹੜੇ ਨੇ ਉਹ ਖੇਤੀ ਕਾਨੂੰਨਾਂ ਦੇ ਸੋਹਲੇ ਗਾਉਣ ਵਾਲੇ ਕਿਸਾਨਾਂ ਨੂੰ ਮਿਲ ਕੇ ਇਹ ਪਤਾ ਲਾਉਣਗੇ ਕਿ ਇਹ ਕਿਵੇਂ ਇਹ ਕਾਨੂੰਨ ਜਿਹੜੇ ਵੀ ਉਹ ਲਾਹੇਵੰਦ ਨੇ, ਜਿਹੜੇ ਨਕਲੀ ਦੇ ਕਿਸਾਨ ਖੜੇ ਜਿਹੜੇ ਉਹ ਕੀਤੇ ਹੋਏ ਆ। ਉੱਧਰ ਇਹ ਜਿਹੜੀ ਭੁੱਖ ਹੜਤਾਲ ਹੈ, ਨਾ ਸਿਰਫ ਸਿੰਘੂ ਬਾਰਡਰ, ਨਾ ਸਿਰਫ ਟਿੱਕਰੀ ਬਾਰਡਰ, ਨਾ ਜਿਹੜਾ ਵੀ ਉਹ ਗਾਜ਼ੀਪੁਰ ਵਾਲਾ ਬਾਰਡਰ, ਬਲਕਿ
ਪਲਵਲ ਵਾਲਾ ਜਿਹੜਾ ਬਾਰਡਰ ਹੈ ਉਹਦੇ ਉੱਤੇ ਵੀ ਸਟਾਰਟ ਹੋਈ ਆ, ਔਰ ਇਹਦੇ ਨਾਲ ਨਾਲ ਜਿਹੜਾ ਹਰਿਆਣਾ ਤੇ ਰਾਜਸਥਾਨ ਦਾ ਬਾਰਡਰ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆ ਕੇ ਜਿਹੜੇ ਉਹ ਬੈਠੇ ਹੋਏ ਨੇ, ਉਸ ਜਗ੍ਹਾ ਦੇ ਉੱਤੇ ਵੀ ਇਹ ਭੁੱਖ ਹੜਤਾਲ ਜਿਹੜੀ ਆ ਉਹ ਸਟਾਰਟ ਕੀਤੀ ਗਈ ਆ। ਇਸ ਤੋਂ ਇਲਾਵਾ ਕੱਲ੍ਹ ਨੂੰ ਜਿਹੜਾ ਜੀ ਉਹ ਕਿਸਾਨ ਦਿਵਸ ਮਨਾਇਆ ਜਾਣਾ 23 ਤਰੀਕ ਨੂੰ, ਔਰ 25, 26, 27 ਇਹ 3 ਦਿਨ ਆ ਜਿੱਥੇ ਟੋਲ ਪਲਾਜੇ ਜਿਹੜੇ ਹਰਿਆਣੇ ਦੇ ਵਿੱਚ ਜਿੰਨੇ ਵੀ ਟੋਲ ਪਲਾਜੇ ਪੈਂਦੇ ਆ ਸਾਰਿਆਂ ਦੇ ਉੱਤੇ ਆ ਕੇ ਕਿਸਾਨ ਬੈਠਣਗੇ, ਔਰ ਇਹਨਾਂ ਟੋਲ ਪਲਾਜਿਆਂ ਨੂੰ ਟੋਲ ਮੁਕਤ ਕਰਨਗੇ। 27 ਤਰੀਕ ਨੂੰ ਜਦੋਂ ਮਨ ਕੀ ਬਾਤ ਹੋਣੀ ਹੈ ਤਾਂ ਉਸ ਟਾਈਮ ਜਿਹੜੇ ਸਮੁੱਚੇ ਮੁਲਕ ਵਾਸੀਆਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਬਾਹਰ ਨਿਕਲੋ ਜਿਸ ਟਾਈਮ ਦੇ ਉੱਤੇ ਇਹ ਮਨ ਕੀ ਬਾਤ ਹੋਵੇ, ਥਾਲੀਆਂ ਖੜਕਾਓ, ਕੌਲੀਆਂ ਖੜਕਾਓ, ਭਾਂਡੇ ਖੜਕਾਓ, ਟੱਲੀਆਂ ਖੜਕਾਓ, ਔਰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰੋ ਕਿ ਅਸੀਂ ਨਹੀਂ ਸੁਣਦੇ ਕਿਸੇ ਦੀ ਮਨ ਕੀ ਬਾਤ, ਅਸੀਂ ਮਨ ਕੀ ਬਾਤ ਕਰਾਂਗੇ, ਸੁਣਾਂਗੇ ਜਿਹੜਾ ਉਹ ਨਹੀਂ, ਕਿਉਂਕਿ ਇਹ ਫਾਰਮੂਲਾ ਜਿਹੜਾ ਵੀ ਉਹ ਪ੍ਰਧਾਨ ਮੰਤਰੀ ਹੋਰਾਂ ਦਾ ਹੀ ਆ। ਜਦੋਂ ਇਹ ਸ਼ੁਰੂ ਹੋਇਆ ਸੀਗਾ ਕੋਰੋਨਾ, ਉਸ ਟਾਈਮ ਜਿਹੜਾ ਜੀ ਥਾਲੀਆਂ ਖੜਕਾਈਆਂ ਗਈਆਂ ਸੀਗੀਆਂ ਤੇ ਥਾਲੀਆਂ ਦੀ ਖੜਕਾਹਟ ਤੋਂ ਡਰ ਕੇ ਕੋਰੋਨਾ ਭੱਜ ਜੂਗਾ, ਔਰ ਹੁਣ ਕਿਸਾਨਾਂ ਨੇ ਉਹੀ ਹਥਿਆਰ ਜਿਹੜਾ ਉਹ ਵਰਤਿਆ, ਔਰ ਇਹ ਕਿਹਾ ਕਿ ਮਨ ਕੀ ਬਾਤ ਵਾਲੇ ਦਿਨ ਅਸੀਂ ਵੀ ਥਾਲੀਆਂ ਜਿਹੜੀਆਂ ਉਹ ਖੜਕਾਵਾਂਗੇ, ਔਰ ਲੋਕਾਂ ਨੂੰ ਇਹ ਕਿਹਾ ਗਿਆ ਕਿ ਉਹ ਘਰਾਂ ਤੋਂ ਬਾਹਰ ਨਿਕਲ ਕੇ ਗਲੀਆਂ ਦੇ ਵਿੱਚ ਚੌਂਕਾਂ ਦੇ ਵਿੱਚ ਆ ਕੇ ਉਹਨਾਂ ਚਿਰ ਥਾਲੀਆਂ ਖੜਕਾਉਣ ਜਿੰਨੀ ਦੇਰ ਤੱਕ ਇਹ ਮਨ ਕੀ ਬਾਤ ਜਿਹੜੀ ਆ ਉਹ ਚੱਲਦੀ ਰਹੇ। ਇਹ ਬੜੇ ਅਹਿਮ ਜਿਹੜੇ ਵੀ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਗਲੇ ਕੁਝ ਦਿਨਾਂ ਦੇ ਵਾਸਤੇ ਜਿਹੜੇ ਉਹ ਦਿੱਤੇ ਗਏ ਜੀ। ਤੇ ਅੱਗੇ ਗੱਲ ਕਰਦੇ ਹਾਂ ਜਥੇਬੰਦੀਆਂ ਦੀ, ਉਹਨਾਂ ਨੇ ਕਿਸਾਨਾਂ ਨੂੰ ਖੁਦਕੁਸ਼ੀ ਤੋਂ ਵਰਜਿਆ। ਦੇਖੋ ਇਹ ਜਿਹੜਾ ਰੁਝਾਨ ਸ਼ੁਰੂ ਹੋ ਗਿਆ ਨਾ ਉਹ ਖਤਰਨਾਕ ਹੈ ਜੀ, ਉਹ ਨਹੀਂ ਸੀ, ਇਹ ਨਹੀਂ ਹੋਣਾ ਜਿਹੜਾ ਉਹ ਚਾਹੀਦਾ, ਕਿਉਂਕਿ ਜਿਹੜੇ ਖੁਦਕੁਸ਼ੀ ਕਰ ਰਹੇ ਕਿਸਾਨ ਨੇ ਬੜੀ ਵੱਡੀ ਗਿਣਤੀ ਆ ਉਹਨਾਂ ਦੀ, ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਜਾਂ ਬਿਦਰ ਵਾਲੇ ਏਰੀਏ ਜਿੱਥੋਂ ਜ਼ਿਆਦਾ ਖੁਦਕੁਸ਼ੀਆਂ ਪਹਿਲਾਂ ਸਟਾਰਟ ਹੋਈਆਂ ਸੀਗੀਆਂ, ਮਹਾਰਾਸ਼ਟਰ ਦੇ ਵੱਖ ਵੱਖ ਏਰੀਆ ਤੋਂ ਸਟਾਰਟ ਹੋਈਆਂ ਸੀਗੀਆਂ, ਫਿਰ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਖੁਦਕੁਸ਼ੀਆਂ ਹੋਈਆਂ, ਇਹਦੇ ਵੱਖੋ ਵੱਖਰੇ ਅੰਕੜੇ ਨੇ, ਅੰਕੜੇ ਸਰਕਾਰੀ ਵੀ ਹੈਗੇ ਨੇ, ਅੰਕੜੇ ਜਿਹੜੇ ਆ ਉਹ 3 ਯੂਨੀਵਰਸਿਟੀ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਕੀਤੇ ਗਏ ਸਰਵੇ ਵਾਲੇ ਵੀ ਹੈਗੇ ਨੇ। ਹੁਣ ਜਿਹੜੀਆਂ ਇਹ ਖੁਦਕੁਸ਼ੀਆਂ ਤੋਂ ਨਿਕਲ ਕੇ ਸੰਘਰਸ਼ ਤੱਕ ਪਹੁੰਚੇ ਆ ਕਿਸਾਨ, ਸੰਘਰਸ਼ ਦੇ ਵਿੱਚ ਆ ਕੇ ਖੁਦਕੁਸ਼ੀ ਜਿਹੜੀ ਉਹ ਹੋਣੀ ਬਿਨਾਂ ਕਿਸੇ ਸ਼ੱਕ ਦੇ, ਇਹ ਢਿੰਦੀ ਕਲਾ ਦਾ ਪ੍ਰਤੀਕ ਜਿਹੜੀ ਆ ਉਹ ਹੋ ਸਕਦੀ ਹੈ। ਇਹ ਠੀਕ ਹੈ ਕਿ ਜਿਹੜੇ ਹਾਲਾਤ ਨੇ ਉਹ ਕਿਸਾਨਾਂ ਦੇ ਬਹੁਤ ਜਿਹੜੇ ਉਹ ਮਾੜੇ ਨੇ, ਚਾਹੇ ਉਹ 22 ਵਰ੍ਹਿਆਂ ਦਾ ਸਿਰਫ ਜਿਹੜਾ ਨੈਸ਼ਨਲ ਪਲੇਅਰ ਹੋਵੇ ਭਗਤਾ ਭਾਈ ਕੇ ਨੇੜੇ ਦਾ, ਉਹਦੇ ਕਿਉਂਕਿ ਲਿਮਿਟਾਂ ਸੀ ਉਹ ਦਿੱਤੀਆਂ ਨਹੀਂ ਸੀ ਜਾ ਰਹੀਆਂ, ਉਹ ਖੁਦਕੁਸ਼ੀ ਜਿਹੜੀ ਸੀ ਉਹ ਕਰ ਗਿਆ। ਸਿੰਘੂ ਸਰਹੱਦ ਦੇ ਉੱਤੇ ਕਿਸਾਨ ਮੋਰਚੇ ਜਟੇ ਤਰਨ ਤਾਰਨ ਡਿਸਟ੍ਰਿਕਟ ਦੇ ਨਾਲ ਸੰਬੰਧਿਤ ਇੱਕ ਕਿਸਾਨ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, 65 ਸਾਲਾ ਕਿਸਾਨ ਜਿਹੜਾ ਸੀਗਾ ਉਹਨੂੰ ਪਹਿਲਾਂ ਸੋਨੀਪਤ ਹੋਸਪਿਟਲ ਦਾਖਲ ਕਰਵਾਇਆ ਗਿਆ, ਬਾਅਦ ਚ ਰੋਹਤਕ PGI ਰੈਫਰ ਕਰ ਦਿੱਤਾ ਗਿਆ, ਇਹਨੇ ਸਲਫਾਸ ਲਿਆਂਦੀ ਸੀ ਉੱਥੇ ਜਾ ਕੇ ਨਿਕਲ ਲਈ, ਔਰ ਉਹਨੇ ਇੱਕ ਕਿਸਾਨਾਂ ਦੇ ਹੱਕ ਦੇ ਵਿੱਚ ਨੋਟ ਵੀ ਲਿਖਿਆ ਹੋਇਆ ਸੀਗਾ ਜੀ। 15 ਸਤੰਬਰ ਤੋਂ ਹੁਣ ਤੱਕ ਪੰਜਾਬ ਤੇ ਦਿੱਲੀ ਦੇ ਵਿੱਚ 41 ਕਿਸਾਨਾਂ ਦੀ ਮੌਤ ਹੋ ਚੁੱਕੀ ਹੋਈ ਆ, ਇਹਨਾਂ ਚੋਂ 30 ਇਕੱਲੇ ਮਾਲਵਾ ਪੱਟੀ ਦੇ ਨੇ, ਦੁਆਬੇ ਦੇ 6, ਮਾਝੇ ਦੇ 2, ਹਰਿਆਣਾ ਦੇ 3 ਕਿਸਾਨ ਜਿਹੜੇ ਕਿਸਾਨੀ ਸੰਘਰਸ਼ ਦੀ ਭੇਟ ਚੜੇ ਨੇ। ਇਹ ਬੇਸ਼ੱਕ ਸਾਰੇ ਇਹਨਾਂ ਨੇ ਖੁਦਕੁਸ਼ੀ ਨਹੀਂ ਕੀਤੀ, ਇਹ ਹਾਰਟ ਅਟੈਕ ਦੇ ਨਾਲ ਇਹਨਾਂ ਦੀ ਮੌਤ ਹੋਈ ਆ, ਸਾਈਕਲ ਜਿਹੜੀ ਆ ਪਰਤਦਿਆਂ ਹੋਇਆਂ ਰਸਤੇ ਦੇ ਵਿੱਚ ਟ੍ਰੈਫਿਕ ਦੀ ਵਜ੍ਹਾ ਕਰਕੇ ਮੌਤ ਜਿਹੜੀ ਆ ਉਹ ਹੋਈ ਆ। ਇਹਨਾਂ ਵਿੱਚੋਂ ਕੁਝ ਜਿਹੜੇ ਨੇ ਉਹਨਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ। ਹੁਣ ਕਿਸਾਨ ਜਥੇਬੰਦੀਆਂ ਨੇ ਇੱਕ ਜਿਹੜਾ ਜੀ ਜਾਰੀ ਕੀਤੀ ਆ ਅਪੀਲ ਕਿਸਾਨਾਂ ਦੇ ਵਾਸਤੇ, ਜਿਹਦੇ ਵਿੱਚ ਇਹ ਗੱਲ ਜਿਹੜੀ ਆਖੀ ਗਈ ਆ ਕਿ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਨਾ ਕਰਨ। ਖੁਦਕੁਸ਼ੀਆਂ ਕਿਸੇ ਸਮੱਸਿਆ ਦਾ ਹੱਲ ਨਹੀਂ, ਇਹ ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਸੁਨੇਹਾ ਜਿਹੜਾ ਉਹ ਦਿੱਤਾ, ਔਰ ਇਹ ਕਿਹਾ ਕਿ ਜਿਹੜਾ ਸੰਘਰਸ਼ ਹੀ ਇਹਦਾ ਹੱਲ ਹੈ, ਔਰ ਸੰਘਰਸ਼ ਦਾ ਪੱਲਾ ਫੜ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਜਿਹੜੀਆਂ ਖੁਦਕੁਸ਼ੀਆਂ ਪਿਛਲੇ ਕੁਝ ਕੁ ਦਿਨਾਂ ਦੇ ਵਿੱਚ ਹੋਈਆਂ ਨੇ ਇਹ ਸਾਡੇ ਲਈ ਬੜੀ ਵੱਡੀ ਚਿੰਤਾ ਦਾ ਵਿਸ਼ਾ। ਆਗੂਆਂ ਦਾ ਇਹ ਕਹਿਣਾ ਕਿ ਸੰਘਰਸ਼ ਇੱਕੋ ਇੱਕ ਹੱਲ ਹੈ, ਸਾਡੇ ਸੰਘਰਸ਼ ਲੰਮੇ ਚੱਲ ਸਕਦੇ ਆ ਪਰ ਅਸੀਂ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿਆਂਗੇ, ਖੁਦਕੁਸ਼ੀ ਵਰਗਾ ਸਟੈਪ ਚੁੱਕਣਾ ਬੁਝਦਲੀ ਹੈ। ਉਹਨਾਂ ਇਹ ਵੀ ਕਿਹਾ ਕਿ ਕਿਸਾਨਾਂ ਨੇ ਇਸ ਅੰਦੋਲਨ ਦੇ ਦੌਰਾਨ ਜਿਹੜੇ ਹੌਸਲੇ ਦਾ ਸਬੂਤ ਦਿੱਤਾ ਉਹਦੀ ਚਰਚਾ ਪੂਰੀ ਦੁਨੀਆਂ ਦੇ ਵਿੱਚ ਹੈ,
ਔਰ ਸਰਕਾਰਾਂ ਦੇ ਵੱਲੋਂ ਬਣਾਏ ਹਾਲਾਤਾਂ ਨੇ ਕਿਸਾਨਾਂ ਨੂੰ ਪਿਛਲੇ ਸਾਲਾਂ ਦੇ ਵਿੱਚ ਖੁਦਕੁਸ਼ੀਆਂ ਦੇ ਰਾਹ ਤੋਰ ਦਿੱਤਾ ਸੀਗਾ, ਜਦੋਂ ਕਿ ਹੁਣ ਜਿਹੜੇ ਕਿਸਾਨ ਨੇ ਉਹ ਸੰਘਰਸ਼ ਦੇ ਨਾਲ ਜਿਹੜਾ ਉਹ ਅੱਗੇ ਵੱਧ ਰਹੇ ਨੇ ਸ਼ਾਂਤਮਈ ਤਰੀਕੇ ਦੇ ਨਾਲ, ਔਰ ਸਰਕਾਰਾਂ ਨੂੰ ਝੁਕਣ ਦੇ ਵਾਸਤੇ ਉਹ ਮਜਬੂਰ ਕਰ ਦੇਣਗੇ। ਇਹ ਆਖਿਆ ਗਿਆ ਕਿ ਇਹ ਜਿਹੜੀ ਖੁਦਕੁਸ਼ੀ ਆ ਇਹ ਨਾ ਕੀਤੀ ਜਾਵੇ। ਵੇਖਦੇ ਹਾਂ ਜੀ ਕਿ ਇਹਦਾ ਕਿੰਨਾ ਕੁ ਅਸਰ ਜਿਹੜਾ ਉਹ ਪੈਂਦਾ। ਇਹ ਬਿਲਕੁਲ ਬਿਨਾਂ ਕਿਸੇ ਸ਼ੱਕ ਦੇ ਮਾੜਾ ਰੁਝਾਨ ਹੈ ਜਿਹੜਾ ਪਿਛਲੇ ਕੁਛ ਦਿਨਾਂ ਤੋਂ ਸਟਾਰਟ ਹੋ ਗਿਆ, ਔਰ ਕਿਸਾਨ ਆਗੂਆਂ ਨੇ ਸਮੇਂ ਦੇ ਉੱਤੇ ਅਜਿਹੀ ਅਪੀਲ ਜਿਹੜੀ ਆ ਉਹ ਕੀਤੀ ਹੈ ਕਿ ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ, ਘੱਟੋ ਘੱਟ ਸੰਘਰਸ਼ ਦੇ ਵਿੱਚ, ਸੰਘਰਸ਼ ਦੇ ਚੱਲਦਿਆਂ ਕੋਈ ਖੁਦਕੁਸ਼ੀ ਜਿਹੜਾ ਦੀ ਉਹ ਕਰੇ, ਤੇ ਇਹ ਸੰਘਰਸ਼ ਦੀ ਢਹਿੰਦੀ ਕਲਾ ਜਿਹੜੀ ਦੀ ਉਹ ਫਿਰ ਦਿਸਣ ਲੱਗ ਜਾਂਦੀ। ਜੀ ਜੀ ਜੀ, ਬਹੁਤ ਦੇਰ ਤੋਂ ਇਹ ਰੁਝਾਨ ਸੀਗਾ। ਤੇ ਅੱਗੇ ਗੱਲ ਕਰਦੇ ਆ ਕਿਸਾਨੀ ਸੰਘਰਸ਼ ਦੇ ਨਾਲ ਨਾਲ ਸ਼ਰਾਬ ਦੀ ਵਿਕਰੀ ਵੀ ਘਟੀ ਤੇ ਮਾਪਿਆਂ ਨੇ ਸੁੱਖ ਦਾ ਸਾਹ ਲਿਆ। ਦੇਖੋ ਜੀ, ਜਿਹੜਾ ਇੱਕ ਜਿਹੜੀ ਫਿਲਮ ਬਣੀ ਸੀ ਉੜਤਾ ਪੰਜਾਬ, ਉਹਦੇ ਮੀਣੇ ਨੂੰ ਜਿਹੜਾ ਵੀ ਉਹ ਧੋਣਾ ਸ਼ੁਰੂ ਕੀਤਾ ਜੀ ਹੁਣ ਇਸ ਕਿਸਾਨੀ ਸੰਘਰਸ਼ ਨੇ। ਇਹਦੇ ਵਿੱਚ ਜਿਹੜੀ ਜਵਾਨੀ ਆ ਉਹਨੂੰ ਨਵਾਂ ਜਨਮ ਦਿੱਤਾ। ਕਿਸਾਨੀ ਘੋਲ ਨੇ ਨਸ਼ਿਆਂ ਨੂੰ ਬੰਨ ਲਾਇਆ ਜੀ, ਕਿਤੇ ਨਾ ਕਿਤੇ ਇਹ ਮੰਨਣ ਵਾਲੀ ਆ। ਔਰ ਅੰਦੋਲਨ ਦੇ ਜੋਸ਼ ਤੇ ਜਨੂਨ ਨੇ ਪੰਜਾਬ ਦੇ ਪਤਾ ਨੀ ਕਿੰਨੇ ਘਰ ਜਿਹੜੇ ਆ ਉਹ ਬਚਾ ਲੈਣੇ ਆ, ਜਿਹਨਾਂ ਦੇ ਮੁੰਡੇ ਜਿਹੜੇ ਉਹ ਕੁਰਾਹੇ ਪੈ ਰਹੇ ਸੀਗੇ। ਦਿੱਲੀ ਮੋਰਚੇ ਦੇ ਵਿੱਚ ਜਵਾਨੀ ਜਿਹੜੀ ਆ ਉਹ ਸੰਘਰਸ਼ੀ ਨਸ਼ੇ ਦੇ ਵਿੱਚ ਇਸ ਵੇਲੇ ਝੂਮ ਰਹੀ ਆ। ਕਿਸਾਨੀ ਘੋਲ ਦੇ ਵਿੱਚੋਂ ਕੀ ਨਿਕਲਦਾ ਇਹ ਭੜਕਦੀਆਂ ਗੱਲਾਂ ਨੇ, ਪਰ ਇੰਨਾ ਜ਼ਰੂਰ ਆ ਕਿ ਇਹਨੇ ਜਵਾਨੀ ਨੂੰ ਗਲਤ ਜਿਹੜੀਆਂ ਭਟਕਣਾ ਉਹਦੇ ਵਿੱਚੋਂ ਨਿਕਲਣ ਦਾ ਰਾਹ ਤਾਂ ਵਿਖਾਇਆ। ਇੱਥੇ ਸੰਗਰੂਰ ਡਿਸਟ੍ਰਿਕਟ ਦੇ ਪਿੰਡ ਦੇ ਮਾਂਗੇਵਾਲ ਪਿੰਡ ਆ ਜੀ, ਉਹਦੇ ਕੁਛ ਨੌਜਵਾਨ ਦਿੱਲੀ ਮੋਰਚੇ 'ਚ ਗਏ ਹੋਏ ਆ। ਉਹ ਮੰਨਦੇ ਆ ਕਿ ਜੇ ਅੰਦੋਲਨ ਦੀ ਗੂੰਜ ਨਾ ਪੈਂਦੀ ਤਾਂ ਉਹਨਾਂ ਨੇ ਕਦੇ ਨਸ਼ੇ ਦੀ ਚੇਟਕ ਤੋਂ ਮੂੰਹ ਨਹੀਂ ਸੀ ਮੋੜਨਾ। ਭਦੌੜ ਇਲਾਕੇ ਤੇ ਪਿੰਡ ਭੈਣੀ ਫੱਟਾ ਦੇ ਕਈ ਮੁੰਡੇ ਕਿਸਾਨੀ ਘੋਲ ਦੇ ਨਾਲ ਜੁੜੇ ਨੇ, ਉਹਨਾਂ ਦੇ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਵੀ ਸ਼ੁਕਰ ਹੈ ਮੁੰਡੇ ਜਿਹੜੇ ਆ ਉਹ ਚੱਜ ਦੇ ਪਾਸੇ ਲੱਗੇ ਆ। ਇਹ ਵੀ ਸ਼ਾਇਦ ਪੰਜਾਬੀ ਪਰਿਵਾਰ ਹੀ ਅਜਿਹੇ ਜਿਹੜਾ ਦੀ ਉਹ ਸੋਚ ਸਕਦੇ ਆ ਕਿ ਸਾਡੇ ਮੁੰਡੇ ਸੰਘਰਸ਼ ਵਾਲੀ ਸਾਈਡ ਦੇ ਉੱਤੇ ਤੁਰੇ ਆ ਤੇ ਚੰਗੇ ਪਾਸੇ ਤੁਰੇ ਆ। ਤਲਵੰਡੀ ਸਾਬੋ ਖਿੱਤੇ ਦੇ ਦਰਜਨਾਂ ਪਿੰਡਾਂ ਦੇ ਮੁੰਡੇ ਨੇ ਜਿਹੜੇ ਕਿਸਾਨੀ ਘੋਲ 'ਚ ਕੁੱਦੇ ਨੇ, ਜਿਹਨਾਂ ਨੂੰ ਪਹਿਲਾਂ ਨਸ਼ੇ ਦੀ ਤਲਬ ਜਿਹੜੀ ਆ ਉਹ ਰਹਿੰਦੀ ਸੀਗੀ। ਨਸ਼ਾ ਵਿਰੋਧੀ ਜਿਹੜੇ ਮੰਚ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਦਰਜਨਾਂ ਨੌਜਵਾਨ ਗਲਤ ਪਾਸਿਓਂ ਮੁੜੇ ਆ ਔਰ ਦਿੱਲੀ ਦੇ ਮੋਰਚੇ ਦੇ ਵਿੱਚ ਦਿਨ ਰਾਤ ਉਹ ਡਿਊਟੀ ਦੇ ਰਹੇ ਆ। ਕਈ ਨੌਜਵਾਨ ਨੇ ਉਹਨਾਂ ਨੇ ਜਿਹੜੀ ਆ ਉਹ ਸ਼ਰਾਬ ਵੀ ਜਿਹੜੀ ਉਹ ਛੱਡ ਦਿੱਤੀ ਆ। ਡਿਸਟ੍ਰਿਕਟ ਮਾਨਸਾ ਦੇ ਸ਼ਰਾਬ ਦੇ 200 ਪੇਂਡੂ ਠੇਕਿਆਂ ਤੇ 20-25% ਤੱਕ ਸ਼ਰਾਬ ਦੀ ਵਿਕਰੀ ਜਿਹੜੀ ਆ ਉਹ ਘੱਟ ਗਈ ਹੈ। ਜਿਹੜੇ ਸ਼ਰਾਬ ਦੇ ਠੇਕੇ ਚਲਾਉਣ ਵਾਲੇ ਨੇ ਉਹ ਇਹ ਕਹਿੰਦੇ ਨੇ ਕਿ ਬਹੁਤੇ ਠੇਕਿਆਂ ਦੇ ਉੱਤੇ 20% ਵਿਕਰੀ ਘਟੀ ਆ। ਜਿਹੜੇ ਪਿੰਡਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਜ਼ੋਰ ਜ਼ਿਆਦਾ ਉੱਥੇ ਵੱਧ ਅਸਰ ਪਿਆ। ਇਹ ਵੀ ਸੱਚਾਈ ਆ ਕਿ ਕਿਉਂਕਿ ਕਿਸਾਨ ਹੈ ਨੀ ਪਿੰਡਾਂ ਦੇ ਵਿੱਚ, ਇਹ ਵੀ ਇੱਕ ਰੀਜ਼ਨ ਜਿਹੜਾ ਵੀ ਉਹ ਹੋ ਸਕਦਾ। ਪਰ ਦੂਜਾ ਇਹ ਵੀ ਆ ਕਿ ਜਦੋਂ ਉਹ ਮੋਰਚੇ ਦੇ ਵਿੱਚ ਬੈਠੇ ਆ ਤਾਂ ਇਹਦੇ ਤੋਂ ਬਿਨਾਂ ਜਿਹੜਾ ਵੀ ਉਹ ਕੱਢ ਰਹੇ ਆ। ਲੁਧਿਆਣਾ ਫਤਿਹਗੜ੍ਹ ਸਾਹਿਬ ਦੇ ਪੇਂਡੂ ਠੇਕਿਆਂ ਦੇ ਉੱਤੇ 25% ਵਿਕਰੀ ਜਿਹੜੀ ਆ ਜੀ ਉਹ ਘੱਟ ਗਈ ਹੈ। 50% ਨੌਜਵਾਨਾਂ ਨੂੰ ਕਿਸਾਨ ਘੋਲ ਨੇ ਨਸ਼ਿਆਂ ਤੋਂ ਜਿਹੜਾ ਜੀ ਉਹ ਲਾਂਭੇ ਕੀਤਾ। ਟਿੱਕਰੀ ਸਰਹੱਦ ਦੇ ਉੱਤੇ ਕਈ ਬਜ਼ੁਰਗ ਜਿਹੜੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਪੋਤੀ ਨੀ ਪੋਤਰੇ ਵੀ ਪੁੱਛੇ ਹੋਏ ਆ ਜੀ। ਉਹ ਮਾਪੇ ਕਹਿੰਦੇ ਆ ਕਿ ਉਹਨਾਂ ਦੇ ਪੁੱਤ ਪੋਤਰੇ ਜਿਹੜੇ ਕੁਰਾਹੇ ਪੈਣ ਲੱਗੇ ਸੀ ਅੰਦੋਲਨ ਨੇ ਇਹਨਾਂ ਨੂੰ ਉਸ ਪਾਸੇ ਤੋਂ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਮੋੜ ਲਿਆ। ਔਰ ਇਹਦੇ ਵਿੱਚ ਜਿਹੜੇ ਐਕਸਪਰਟ ਨੇ ਉਹ ਵੀ ਜਿਹੜਾ ਇਸ ਚੀਜ਼ ਨੂੰ ਮੰਨਦੇ ਆ। ਪੰਜਾਬ ਯੂਨੀਵਰਸਿਟੀ ਦੇ ਐਜੂਕੇਸ਼ਨ ਵਿਭਾਗ ਦੇ ਪ੍ਰੋਫੈਸਰ ਕੁਲਦੀਪ ਪੁਰੀ ਨੇ ਉਹ ਇਹ ਗੱਲ ਕਹਿੰਦੇ ਆ ਕਿ ਕਿਸਾਨੀ ਘੋਲ ਨੇ ਪੰਜਾਬ ਦੇ ਵਿੱਚ ਨਾ ਉਮੀਦੀ ਦੀ ਖੜੋਤ ਨੂੰ ਜਿਹੜਾ ਵੀ ਉਹ ਤੋੜਿਆ। ਜਿਹੜੇ ਲੋਕ ਕਹਿੰਦੇ ਨਾ ਕੁਛ ਨੀ ਹੋਣਾ, ਆਪਾਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਤੁਸੀਂ ਕੁਛ ਪਾਉਂਦੇ ਆ ਤੇ ਬੜੇ ਸਾਰੇ ਕਮੈਂਟ ਜਿਹੜੇ ਜੀ ਉਹ ਏਦਾਂ ਦੇ ਆਉਂਦੇ ਸੀਗੇ, ਕੁਛ ਨੀ ਹੋਣਾ, ਕੁਛ ਨੀ ਬਦਲਣਾ, ਉਹ ਨਾ ਉਮੀਦੀ ਸੀਗੀ ਜੀ। ਉਹ ਲੋਕ ਅੱਜ ਚੁੱਪ ਕਰਕੇ ਜਿਹੜਾ ਵੀ ਉਹ ਬਹਿ ਗਏ ਜਿਹੜੇ ਕਹਿੰਦੇ ਸੀ ਕੁਛ ਨੀ ਹੋਣਾ। ਕਿਉਂਕਿ ਅੱਜ ਜੇ ਦੇਖਿਆ ਜਾਵੇ ਤਾਂ ਜਿੱਥੋਂ ਤੱਕ ਇਹ ਸੰਘਰਸ਼ ਨੂੰ ਇਹ ਜੋਸ਼ ਤੇ ਹੋਸ਼ ਮਿਲ ਕੇ ਲੈ ਗਿਆ, ਉਹਨੇ ਇਹ ਨਾ ਉਮੀਦੀ ਜਿਹੜੀ ਸੀ ਉਹਨੂੰ ਤੋੜ ਦਿੱਤਾ ਵੀ ਐਡੀ ਵੀ ਕੋਈ ਗੱਲ ਨੀ ਹੈਗੀ ਕਿ ਕੁਛ ਨਹੀਂ ਹੋ ਸਕਦਾ। ਉਹਦੇ ਨਾਲੋਂ ਕੁਛ ਕਰਕੇ ਜਿਹੜਾ ਜੀ ਉਹ ਤੁਰ ਜਾਣਾ ਉਹ ਕਿਤੇ ਵਧੀਆ। ਇਹ ਨੌਜਵਾਨਾਂ ਦੀ ਗੱਲ ਸਮਝ ਆ ਗਈ। ਬਿਲਕੁਲ ਜੀ, ਕੁਛ ਨਹੀਂ, ਬਹੁਤ ਕੁਛ ਹੋ ਰਿਹਾ ਜਿਹੜਾ ਚੰਗਾ ਹੋ ਰਿਹਾ ਆ। ਤੇ ਅੱਗੇ ਬਾਈਬਲ ਕਲਾਂ ਕਾਂਡ ਦੀ ਜੇ ਗੱਲ ਕਰੀਏ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਕਿ ਕੁਛ ਪੁਲਿਸ ਵਾਲੇ ਇਸ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ। ਦੇਖੋ, ਇਹਦੇ ਕਿਸਾਨ ਅੰਦੋਲਨ
ਦੇ ਵਿੱਚ ਖਬਰਾਂ ਬਹੁਤ ਵੱਡੀਆਂ ਨੇ। ਤੁਸੀਂ ਜੇ ਇੱਥੋਂ ਦੀ ਕੋਈ ਅਖਬਾਰਾਂ ਜਿਹੜੀਆਂ ਦੀ ਉਹ ਚੁੱਕਦੇ ਹੋ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਮੋਰ ਦੈਨ 90% ਜਿਹੜੀਆਂ ਖਬਰਾਂ ਨੇ ਉਹ ਸਿਰਫ ਔਰ ਸਿਰਫ ਸੰਘਰਸ਼ ਦੇ ਨਾਲ ਜੁੜੀਆਂ ਹੋਈਆਂ ਨੇ, ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਾਕੀ ਖਬਰਾਂ ਨੂੰ ਕੋਈ ਜਗ੍ਹਾ ਨਹੀਂ ਹੈਗੀ। ਇਹਦੀ ਆੜ ਦੇ ਵਿੱਚ ਬੜਾ ਕੁਛ ਉਹ ਹੋ ਰਿਹਾ ਵੀ ਕਿਹੜਾ ਕਿਸੇ ਨੇ ਨੋਟਿਸ ਲੈਣਾ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਤਾਂ ਚੁੱਪ ਕੀਤੇ ਬੀਬੀ ਜਗੀਰ ਕੌਰ ਹੋਰਾਂ ਨੂੰ ਬੜਾ ਦਿੱਤਾ ਗਿਆ, ਕੋਈ ਚਰਚਾ ਨਹੀਂ ਹੋਇਆ। ਨਹੀਂ ਤਾਂ ਅਦਰਵਾਈਜ਼ ਜੇ ਕਿਸਾਨ ਸੰਘਰਸ਼ ਨਾ ਹੁੰਦਾ ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿਹੋ ਜਿਹੀ ਕੰਟਰੋਵਰਸੀ ਘੱਟੋ ਘੱਟ ਸੋਸ਼ਲ ਮੀਡੀਆ ਦੇ ਉੱਤੇ ਜਾਂ ਅਖਬਾਰਾਂ ਦੇ ਵਿੱਚ ਹੋਣੀ ਸੀ। ਇਹਦੀ ਆੜ ਦੇ ਵਿੱਚ ਬਹੁਤ ਕੁਛ ਜਿਹੜਾ ਵੀ ਉਹ ਕੀਤਾ ਜਾ ਰਿਹਾ, ਚੁੱਪ ਕਰਕੇ ਕੀਤਾ ਜਾ ਰਿਹਾ। ਉਮਰ ਵਿਜੇ ਪ੍ਰਤਾਪ ਹੋਰਾਂ ਦੀ ਇਹ ਫਿਕਰਮੰਦੀ ਵੀ ਜਿਹੜੀ ਆ ਉਹ ਇਹਦੇ ਤੋਂ ਹੀ ਕਿਤੇ ਨਾ ਕਿਤੇ ਲੱਗਦੀ ਹੈ। ਕੋਟਕਪੂਰਾ ਤੇ ਬੈਦਲ ਗੋਲੀਕਾਂਡ ਦੀ ਪੜਤਾਲ ਜਿਹੜੀ ਕਰ ਰਹੀ ਸਿੱਟ ਹੈ ਉਹਦੇ ਅਹਿਮ ਮੈਂਬਰ ਆਈ ਜੀ ਕੌਰ ਵਿਜੇ ਪ੍ਰਤਾਪ ਖੁਰਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹਲਫੀਆ ਬਿਆਨ ਦੇ ਕੇ ਦੋਸ਼ ਲਾਇਆ ਕਿ ਕੋਟਕਪੂਰਾ ਦੇ ਉਦੋਂ ਦੇ ਐਸ ਐਚ ਓ ਗੁਰਦੀਪ ਸਿੰਘ ਭੰਡੇਰ ਦੇ ਵੱਲੋਂ ਉਹਨਾਂ ਨੂੰ ਜਾਂਚ ਤੋਂ ਪਾਸੇ ਕਰਨ ਲਈ ਦਾਇਰ ਕੀਤੀ ਗਈ ਪਟੀਸ਼ਨ ਨਿਰ ਆਧਾਰ ਹੈ। ਉਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਕਿਹਾ ਕਿ ਗੁਰਦੀਪ ਸਿੰਘ ਭੰਡੇਰ ਆਪਣੇ ਨਾਲ ਨਾਲ ਇਹਨਾਂ ਕੇਸਾਂ ਦੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਸਾਬਕਾ ਡੀ ਜੀ ਪੀ ਸੁਮੇਧ ਸੈਣੀ, ਆਈ ਜੀ ਪਰਮਰਾਜ ਉਮਰਾ ਨੰਗਲ ਬਾਰੇ ਫਿਕਰਮੰਦ ਹੈ। ਤੇ ਇਸ ਪਟੀਸ਼ਨ ਇਹ ਜਿਹੜੀ ਪਟੀਸ਼ਨ ਉਹਨੇ ਲਾਈ ਆ ਇਹ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਬਚਾਉਣ ਦੇ ਵਾਸਤੇ ਪਾਈ ਗਈ ਹੈ। ਉਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਹਾਈ ਕੋਰਟ ਨੂੰ ਦਿੱਤੇ ਹਲਫੀਆ ਬਿਆਨ ਦੇ ਵਿੱਚ ਦਾਅਵਾ ਕੀਤਾ ਕਿ ਉਹਨਾਂ ਦੀ ਜਾਂਚ ਨਿਰਪੱਖ ਤੇ ਕਾਨੂੰਨ ਦੇ ਮੁਤਾਬਕ ਹੈ ਤੇ ਉਹਨਾਂ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 18 ਦਸੰਬਰ ਨੂੰ ਆਈ ਜੀ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਆਦੇਸ਼ ਦਿੱਤੇ ਸੀਗੇ ਕਿ ਉਹ ਗੁਰਦੀਪ ਭੰਡੇਰ ਦੇ ਵੱਲੋਂ ਦਾਇਰ ਕੀਤੀ ਗਈ ਰਿਟ ਪਟੀਸ਼ਨ ਦੇ ਵਿੱਚ ਆਪਣਾ ਜਵਾਬ ਪੇਸ਼ ਕਰਨ। ਉੱਚ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 5 ਜਨਵਰੀ ਤੱਕ ਟਾਲ ਦਿੱਤੀ ਹੈ। ਥਾਣਾ ਸਿਟੀ ਕੋਟਕਪੂਰਾ ਦੇ ਉਦੋਂ ਦੇ ਐਸ ਐਚ ਓ ਜਦੋਂ ਇਹ ਕਾਂਡ ਵਾਪਰਿਆ ਗੁਰਦੀਪ ਸਿੰਘ ਭੰਡੇਰ ਨੇ ਹਾਈ ਕੋਰਟ ਦੇ ਵਿੱਚ ਲਿਖਤੀ ਦੋਸ਼ ਲਾਏ ਸੀਗੇ ਕਿ ਕੁੰਵਰ ਵਿਜੇ ਪ੍ਰਤਾਪ ਨੇ ਕਥਿਤ ਤੌਰ ਤੇ ਉਹਦੇ ਨਾਲ ਕੁੱਟਮਾਰ ਕੀਤੀ ਆ ਤੇ ਰੰਜਿਸ਼ ਦੇ ਤਹਿਤ ਉਹਨੂੰ ਝੂਠੇ ਕੇਸਾਂ ਦੇ ਵਿੱਚ ਜਿਹੜਾ ਉਹ ਫਸਾਇਆ ਗਿਆ। ਕਿਉਂਕਿ ਇਹ ਹੁਣ ਤਾਂ ਬਹੁਤ ਕੁਛ ਇਹਦੇ ਬਾਰੇ ਸਾਹਮਣੇ ਆ ਚੁੱਕਾ ਹੋਇਆ ਨਾ ਕਿ ਕਿਵੇਂ ਜਿਪਸੀ ਜਿਹੜੀ ਆ ਉਹ ਫਾਰਮ ਹਾਊਸ 'ਚ ਲਿਜਾਈ ਜਾਂਦੀ ਆ, ਉਹਦੇ ਉੱਤੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਇਹ ਬਣਾਉਣ ਦੇ ਵਾਸਤੇ ਤੇ ਉੱਥੇ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਵਿਰੋਧ ਕਰ ਰਹੇ ਸੀ ਗੁਰੂ ਗ੍ਰੰਥ ਸਾਹਿਬ ਦੀ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦਾ, ਉਹਨਾਂ ਨੇ ਹਮਲਾ ਕੀਤਾ ਪੁਲਿਸ ਦੇ ਉੱਤੇ ਔਰ ਜਿਹੜਾ ਸੀਗਾ ਉਹਦੇ ਪੁਲਿਸ ਨੇ ਆਪਣੇ ਬਚਾਓ ਦੇ ਵਾਸਤੇ ਗੋਲੀ ਜਿਹੜੀ ਦੀ ਉਹ ਚਲਾਈ ਹੈ ਉਹੀ ਲੋਕ ਨੇ। ਉਹਨਾਂ ਨੂੰ ਇਹ ਲੱਗਦਾ ਆ ਕਿ ਉਮਰ ਵਿਜੇ ਪ੍ਰਤਾਪ ਪੁਰੀ ਇੱਕ ਅੜਿੱਕਾ ਨੇ ਇਸ ਵੇਲੇ, ਕਿਉਂਕਿ ਜੇ ਕਿਤੇ ਆਸ ਹੈਗੀ ਹੈ ਨਾ ਇਸ ਮਾਮਲੇ ਦੇ ਵਿੱਚ ਕੋਈ ਕਿਤੇ ਵੱਧੀ ਹੋਈ ਤਾਂ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਤੋਂ ਹੈ ਤੇ ਉਹਨਾਂ ਦੀ ਜਿਹੜੀ ਜਾਂਚ ਹੈ ਉਹ ਕਿਸੇ ਨਾ ਕਿਸੇ ਤਣ ਪੱਤਣ ਲਾਊਗੀ ਔਰ ਕੁਛ ਜਿਹੜੇ ਉਹ ਚਿਹਰੇ ਜਿਹੜੇ ਇਹਦੇ ਵਿੱਚ ਸ਼ਾਮਿਲ ਰਹੇ ਨੇ ਉਹਨਾਂ ਨੂੰ ਨੰਗਿਆਂ ਕਰੂਗੀ। ਉਹਨਾਂ ਨੂੰ ਪਿੱਛੇ ਕਰਨ ਦੇ ਵਾਸਤੇ ਹਟਾਉਣ ਦੇ ਵਾਸਤੇ ਹਾਈ ਕੋਰਟ ਦਾ ਸਹਾਰਾ ਜਿਹੜਾ ਉਹ ਲਿਆ ਜਾ ਰਿਹਾ। ਹੁਣ ਦੇਖਣਾ ਇਹ ਹੋਊਗਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਵੱਲੋਂ ਦਾਇਰ ਕੀਤੇ ਗਏ ਇਸ ਜਵਾਬ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਆ ਉਹ ਕਿੰਨੀ ਕੁ ਸੰਤੁਸ਼ਟ ਹੁੰਦੀ ਆ ਜੀ। ਵੈਸੇ ਇਹ ਪਟੀਸ਼ਨ ਖੜਨ ਦੇ ਚਾਂਸਸ ਬਹੁਤ ਘੱਟ ਨੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਇਸ ਐਸ ਆਈ ਪੀ ਤੋਂ ਲਾਂਭੇ ਕਰ ਦਿੱਤਾ ਜਾਊਗਾ, ਕਿਉਂਕਿ ਉਹਨਾਂ ਦਾ ਜਿਹੜਾ ਰੈਪੂਟੇਸ਼ਨ ਹੈ ਜੀ ਉਹ ਬਹੁਤ ਚੰਗਾ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦਾ। ਕਰਪਸ਼ਨ ਦੇ ਕਦੀ ਉਹਨਾਂ ਦੇ ਉੱਤੇ ਕਿਸੇ ਕਿਸਮ ਦੇ ਦੋਸ਼ ਨਹੀਂ ਲੱਗੇ ਔਰ ਜਦੋਂ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਵੱਖ ਵੱਖ ਮਾਮਲਿਆਂ ਦੇ ਵਿੱਚ ਲੋੜ ਪਈ ਆ ਕਿਸੇ ਚੀਜ਼ ਦੀ ਇਨਵੈਸਟੀਗੇਸ਼ਨ ਕਰਨ ਦੀ ਤਾਂ ਉਹਨਾਂ ਲੋਕਾਂ ਦੇ ਵਿੱਚ ਨੇ ਜਿਨ੍ਹਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਮੂਹਰਲੀ ਕਤਾਰ ਦੇ ਵਿੱਚ ਰੱਖਦੀ ਹੈ। ਜੀ ਜੀ ਤਾਂ ਅੱਗੇ ਗੱਲ ਕਰਦੇ ਆ ਸੁੱਚਾ ਲੰਗਾ ਦੀ, ਉਹ ਫਿਰ ਵਿਵਾਦਾਂ ਵਿੱਚ। ਦੇਖੋ ਲੰਗਾ ਜਿਹੜਾ ਹੈ ਉਹਨੇ ਸੁੱਚਾ ਹੋਣ ਦੀ ਕਈ ਵਾਰੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ। ਤੁਹਾਨੂੰ ਯਾਦ ਹੋਵੇ ਤਾਂ ਕੁਛ ਜਿਹੜਾ ਜੀ ਮਹੀਨੇ ਪਹਿਲਾਂ ਇੱਕ ਗੁਰਦੁਆਰੇ ਦੇ ਵਿੱਚ ਜਿਹੜਾ ਸੀ ਇਹ ਰਚਿਆ ਗਿਆ ਸੀਗਾ, ਉੱਥੇ ਦੁਬਾਰਾ ਅੰਮ੍ਰਿਤ ਛਕਾਉਣ ਦੀ ਗੱਲ ਜਿਹੜੀ ਕੀਤੀ ਗਈ ਸੀ। ਪ੍ਰੋਫੈਸਰ ਸਰਚਾਂਦ ਸਿੰਘ ਨੇ ਜਿਹੜੇ ਦਮਦਮੀ ਟਕਸਾਲ ਦੇ ਬੁਲਾਰੇ ਵੀ ਨੇ ਉਹ ਆਪਣੀ ਗੱਡੀ 'ਚ ਬਿਠਾ ਕੇ ਲੰਗਾਹ ਨੂੰ ਸੁੱਚਾ ਕਰਨ ਲਈ ਲੈ ਕੇ ਆਏ ਸੀ ਉੱਥੇ। ਉਹ ਮਾਮਲਾ ਜਿਹੜਾ ਜੀ ਉਹ ਸਾਹਮਣੇ ਆ ਗਿਆ ਤੇ ਉਦੋਂ ਫਿਰ ਅਕਾਲ ਤਖ਼ਤ ਨੇ ਉਹਦੇ ਵਿੱਚ ਦਖਲ ਦਿੱਤਾ। ਹੁਣ ਤੁਸੀਂ ਫਿਰ ਦੇਖੋ ਕਿ ਇਹ ਜਿਹੜੇ ਦਿਨ ਹੁੰਦੇ ਨੇ ਇਹ ਸ਼ਹੀਦੀ ਦਿਨ ਜਿਹੜੇ ਉਹ ਸਟਾਰਟ ਹੋ ਗਏ, ਸਦਾ ਜਿਹੜੀ ਉਹਦੇ ਦਿਨ ਆ ਗਏ। ਦਸਵੇਂ ਪਾਤਸ਼ਾਹ ਦਾ ਆਨੰਦਪੁਰ ਸਾਹਿਬ ਛੱਡਣਾ, ਉਹਨਾਂ ਦੇ ਪਰਿਵਾਰ 'ਚ ਵਿਛੋੜਾ, ਜਿਹੜੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਫਿਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਤਾ
ਗੁਜਰੀ ਜੀ ਦੀ ਸ਼ਹੀਦੀ, ਇਹ ਉਹ ਦਿਨ ਹੁੰਦੇ ਨੇ, ਇਹਨੂੰ ਵੀ ਇਹ ਲੋਕ ਬਖਸ਼ ਨਹੀਂ ਰਹੇ। ਫਤਿਹਗੜ੍ਹ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਹੈ ਭੋਰਾ ਸਾਹਿਬ, ਉੱਥੇ ਅਖੰਡ ਪਾਠ ਰਖਵਾ ਤਾ ਸੁੱਚਾ ਸਿੰਘ ਲਗਾ ਲੇ, ਔਰ ਉੱਥੇ ਰਖਾ ਕੇ ਪਾਠ ਤੇ ਆਪ ਜਿਹੜਾ ਜੀ ਉਹ ਚੌਰ ਕਰ ਰਿਹਾ ਸੀ। ਉਹਦੀ ਫੋਟੋ ਆ ਗਈ ਜੀ ਸਾਹਮਣੇ, ਔਰ ਫੋਟੋ ਜਿਹੜੀ ਸੀ ਉਹ ਆਉਣ ਤੋਂ ਬਾਅਦ ਇੱਕਦਮ ਇਹ ਵਾਇਰਲ ਹੋਣੀ ਸ਼ੁਰੂ ਹੋ ਗਈ। ਸਾਬਕਾ ਡਿਪਟੀ ਸਪੀਕਰ ਵੀਰ ਦਵਿੰਦਰ ਸਿੰਘ ਹੋਰਾਂ ਨੇ ਪ੍ਰੈਸ ਕਾਨਫਰੰਸ ਤੁਰੰਤ ਕਰਤੀ, ਇਹ ਕਹਿਤਾ ਕਿ ਅਜਿਹਾ ਕਰਕੇ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ, ਔਰ ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਜਿਹੜਾ ਇਹ ਭੋਰਾ ਸਾਹਿਬ ਹੈ ਇਹਨੂੰ ਪਵਿੱਤਰ ਕੀਤਾ ਜਾਵੇ, ਤੇ ਅਪਵਿੱਤਰ ਚੌਰ ਹੈ ਜਿਹੜਾ ਉਹਦਾ ਸੰਸਕਾਰ ਕਰਕੇ ਇਹਦੇ ਲਈ ਜ਼ਿੰਮੇਵਾਰ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਮਾਮਲਾ ਅਕਾਲ ਤਖ਼ਤ ਦੇ ਜਥੇਦਾਰ ਦੇ ਧਿਆਨ ਦੇ ਵਿੱਚ ਵੀ ਲਿਆਂਦਾ। ਹੁਣ ਜਦੋਂ ਇਹ ਮਾਮਲਾ ਸ਼ਾਮ ਹੁੰਦਿਆਂ ਸ਼ਾਮ ਤੱਕ ਜਿਹੜਾ ਸੀਗਾ ਜੀ ਉਹ ਇੱਕਦਮ ਮਗਣਾ ਸ਼ੁਰੂ ਹੋ ਗਿਆ, ਤਾਂ ਇਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗੀਰ ਕੌਰ ਹੋਰਾਂ ਦਾ ਬਿਆਨ ਆ ਗਿਆ ਜੀ ਕਿ ਉਹਨਾਂ ਨੇ ਸੁੱਚਾ ਨਿਗਾਹ ਨੂੰ ਸਿਰੋਪਾਓ ਦਿੱਤਾ ਗਿਆ, ਕਿਉਂਕਿ ਉੱਥੇ ਤੇ ਉਹਨਾਂ ਨੂੰ ਸਿਰੋਪਾਓ ਦੇਣ ਵਾਲੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਕਰਮ ਸਿੰਘ ਤੇ ਇੱਕ ਗ੍ਰੰਥੀ ਨੂੰ ਮੁਅੱਤਲ ਕਰ ਦਿੱਤਾ। ਇਹ ਕਿਹਾ ਕਿ ਪੰਥ ਤੋਂ ਛੇਕੇ ਵਿਅਕਤੀ ਦੇ ਨਾਲ ਮਿਲਵਰਤਨ ਰੱਖਣ ਵਾਲੇ ਕਿਸੇ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਊਗਾ, ਇਹਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਊਗੀ। ਸੋਚੋ ਤੁਸੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਹੋਵੇ ਜਿਹੜਾ ਗੁਰਦੁਆਰਾ, ਉੱਥੇ ਕੋਈ ਗ੍ਰੰਥੀ ਤੇ ਮੈਨੇਜਰ ਜਿਹੜਾ ਉਹ ਆਪਣੇ ਤੌਰ ਦੇ ਉੱਤੇ ਸੁੱਚਾ ਸਿੰਘ ਲਗਾ ਵਰਗੇ ਨੂੰ ਸਿਰੋਪਾਓ ਦੇ ਦੇਵੇ, ਉਹਨੂੰ ਉਹਦੇ ਨਾਂ ਦੇ ਉੱਤੇ ਅਖੰਡ ਪਾਠ ਬੁੱਕ ਕਰ ਦੇਵੇ, ਉੱਥੇ ਅਖੰਡ ਪਾਠ ਚੱਲਦਾ ਹੋਵੇ, ਚੌਰ ਜਿਹੜਾ ਉਹ ਸੁੱਚਾ ਸਿੰਘ ਲਗਾ ਕਰਦਾ ਹੋਵੇ, ਉਹ ਆਪਣੇ ਤੌਰ ਤੇ ਕੋਈ ਕਰ ਸਕਦਾ ਨਹੀਂ ਕਰ ਸਕਦਾ, ਇਹ ਮਿਲੀ ਭੁਗਤ ਹੈ। ਇਹ ਜਿਹੜਾ ਜਾਣ ਬੁੱਝ ਕੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਏਰੀਏ ਤੋਂ ਇਹ ਬਿਲੋਂਗ ਕਰਦਾ ਉੱਥੇ ਅਕਾਲੀ ਦਲ ਬਾਦਲ ਦੇ ਜਿਹੜਾ ਜੀ ਉਹ ਪੈਰ ਨਹੀਂ ਲੱਗ ਰਹੇ, ਪੈਰ ਤਾਂ ਪੂਰੇ ਪੰਜਾਬ 'ਚ ਨਹੀਂ ਲੱਗ ਰਹੇ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਖਬਰਾਂ ਦੀ ਆੜ ਦੇ ਵਿੱਚ ਕਿ ਅੱਜ ਜਿਹੜੀਆਂ ਖਬਰਾਂ ਨੇ ਉਹ ਸੰਘਰਸ਼ ਦੀਆਂ ਜ਼ਿਆਦੀਆਂ ਚੱਲ ਰਹੀਆਂ ਨੇ, ਚੁੱਪ ਕੀਤੇ ਤਰੀਕੇ ਦੇ ਨਾਲ ਆਹ ਜਿਹੜਾ ਜੀ ਉਹ ਕਰ ਲਿਆ ਜਾਵੇ। ਇਹ ਪਹਿਲਾਂ ਉੱਧਰ ਮਾਝੇ ਵਾਲੀ ਸਾਈਡ ਤੇ ਕੋਸ਼ਿਸ਼ ਕੀਤੀ ਗਈ ਸੀ, ਹੁਣ ਇੱਥੇ ਇਹ ਜਿਹੜੀ ਪਵਿੱਤਰ ਸ਼ਹੀਦਾਂ ਦੀ ਧਰਤੀ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਵਾਰੀ ਫਿਰ ਇਹ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਆ, ਔਰ ਕੋਸ਼ਿਸ਼ ਕੀਤੀ ਮਿਲੀ ਭੁਗਤ ਦੇ ਨਾਲ ਜਿਹੜਾ ਉਹ ਗਈ ਆ। ਇੱਕ ਗ੍ਰੰਥੀ ਨੂੰ ਮੁਅੱਤਲ ਕਰ ਦੇਣ ਦੇ ਨਾਲ, ਮੈਨੇਜਰ ਨੂੰ ਮੁਅੱਤਲ ਕਰ ਦੇਣ ਦੇ ਨਾਲ ਕੀ ਹੋ ਸਕਦਾ ਜੀ? ਕੁਛ ਵੀ ਨਹੀਂ ਹੋਣਾ, ਉਹ ਤਾਂ ਮਹਿਜ ਵਿਚਾਰੇ ਜਿਹੜਾ ਜੀ ਤਨਖਾਹ ਦੇ ਉੱਤੇ ਲੱਗੇ ਹੋਏ ਲੋਕ ਨੇ, ਜੋ ਹੁਕਮ ਆਉਂਦਾ ਉਸ ਤੋਂ ਉਹ ਕੀਤਾ ਜਾਂਦਾ। ਜੀ ਜੀ ਬਿਲਕੁਲ, ਯੂਕੇ ਦੇ ਵਿੱਚ ਕਰੋਨਾ ਬੜਾ ਵੱਧ ਗਿਆ, ਕਰੋਨੇ ਦੀ ਬੜੀ ਦਹਿਸ਼ਤ ਆ, ਸ਼ੇਅਰ ਬਾਜ਼ਾਰ ਮੁੰਦੇ ਵੋ? ਬਿਲਕੁਲ ਜੀ, ਐਕਚੁਅਲੀ ਜਿਹੜੀਆਂ ਵੈਸੇ ਤਾਂ ਵਿਸ਼ਵ ਵੀ ਇਸ ਪਾਸੇ ਵੱਲ ਜਿਹੜਾ ਜੀ ਉਹ ਲੱਗਿਆ ਹੋਇਆ ਕਿ ਇਹ ਕਰੋਨਾ ਵਾਇਰਸ ਦਾ ਨਵਾਂ ਰੂਪ ਜਿਹੜਾ ਜੀ ਉਹਦੇ ਨਾਲ ਇੰਗਲੈਂਡ ਦੇ ਵਾਸਤੇ ਸੰਕਟ ਖੜਾ ਹੋ ਗਿਆ। ਯੂਰਪੀਨ ਮੁਲਕਾਂ ਨੇ ਉਹਦੇ ਨਾਲ ਆਪਣਾ ਹਰ ਕਿਸਮ ਦਾ ਸੰਪਰਕ ਤੋੜ ਲਿਆ। ਯੂਰਪੀ ਮੁਲਕਾਂ ਨੇ ਕਰੋਨਾ ਵਾਇਰਸ ਦੇ ਨਵੇਂ ਰੂਪ ਤੋਂ ਬਾਅਦ ਡਰਦਿਆਂ ਇੰਗਲੈਂਡ ਦੇ ਨਾਲ ਆਵਾਜਾਈ ਬੰਦ ਕਰਤੀ ਆ। ਕ੍ਰਿਸਮਸ ਦਾ ਸੀਜ਼ਨ ਨੇੜੇ ਹੋਣ ਕਰਕੇ ਕਈ ਪਰਿਵਾਰ, ਟਰੱਕ ਵਾਲੇ, ਸੁਪਰ ਮਾਰਕੀਟ ਵਾਲੇ, ਉਹਨਾਂ 'ਚ ਹਫੜਾ ਦਫੜੀ ਦਾ ਮਾਹੌਲ ਹੈ, ਔਰ ਫਰਾਂਸ ਦੇ ਨਾਲ ਲੱਗਦੀ ਸਰਹੱਦ ਦੇ ਉੱਤੇ ਵਹੀਕਲਸ ਦੀ ਲੰਬੀ ਲਾਈਨ ਲੱਗ ਗਈ ਹੈ। ਟਰੱਕ ਤੇ ਜਿਹੜੇ ਢੋਆ ਢੁਆਈ ਵਾਲੇ ਆ ਜੀ ਉਹਨਾਂ ਦੇ ਦਾਖਲੇ ਨੂੰ ਰੋਕ ਦਿੱਤਾ ਗਿਆ। ਇੱਧਰ ਭਾਰਤ ਦੇ ਵਿੱਚ ਜਿਹੜਾ ਜੀ ਇੰਗਲੈਂਡ ਦੇ ਵਿੱਚ ਇਹ ਜਿਹੜਾ ਕਰੋਨਾ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਅੱਜ ਰਾਤ ਤੋਂ ਅੱਧੀ ਰਾਤ ਤੋਂ ਜਿਹੜਾ ਜਦੋਂ ਤਰੀਕ ਬਦਲਣਗੀ ਉਦੋਂ ਪਹਿਲਾਂ ਇੱਥੋਂ ਜਾਣ ਵਾਲੀਆਂ ਤੇ ਉੱਧਰੋਂ ਆਉਣ ਵਾਲੀਆਂ ਫਲਾਈਟਾਂ ਜਿਹੜੀਆਂ ਉਹ ਰੋਕ ਦਿੱਤੀਆਂ ਗਈਆਂ ਨੇ। 31 ਦਸੰਬਰ ਤੱਕ ਇਹ ਹਾਲ ਦੀ ਘੜੀ ਰੱਦ ਕੀਤੀਆਂ ਗਈਆਂ ਨੇ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦਾ ਇਹ ਕਹਿਣਾ ਕਿ ਇੰਗਲੈਂਡ ਤੋਂ ਹਵਾਈ ਜਹਾਜ਼ਾਂ ਦੇ ਰਾਹੀਂ ਆਉਣ ਵਾਲੇ ਮੁਸਾਫਰਾਂ ਦਾ ਹਵਾਈ ਅੱਡਿਆਂ ਤੇ ਕੋਵਿਡ-19 ਦਾ ਟੈਸਟ ਹੋਊਗਾ, ਔਰ ਇੰਗਲੈਂਡ ਦੇ ਵਿੱਚ ਮੌਜੂਦਾ ਹਾਲਾਤਾਂ ਕਰਕੇ ਇਹ ਜਿਹੜਾ ਕਿਹਾ ਗਿਆ, ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਘਬਰਾਉਣ ਦੀ ਲੋੜ ਨਹੀਂ, ਚੌਕਸ ਰਹਿਣ ਦੀ ਜਿਹੜੀ ਆ ਉਹ ਲੋੜ ਹੈ। ਇੱਥੇ ਕਰੋਨਾ ਵਾਇਰਸ ਯੂਕੇ ਦੇ ਵਿੱਚ ਫੈਲਣ ਕਰਕੇ ਭਾਰਤ ਸਣੇ ਜਿਹੜੀਆਂ ਜਿਵੇਂ ਇੱਥੇ ਫਲਾਈਟਾਂ ਬੰਦ ਹੋ ਗਈਆਂ ਜੀ, ਇੱਥੇ ਸ਼ੇਅਰ ਬਾਜ਼ਾਰ ਜਿਹੜਾ ਉਹ ਬੁਰੀ ਤਰੀਕੇ ਨਾਲ ਜਿਹੜਾ ਜੀ ਉਹ ਡਿੱਗ ਪਿਆ। ਬੰਬੇ ਸਟਾਕ ਐਕਸਚੇਂਜ 30 ਸ਼ੇਅਰਾਂ ਵਾਲਾ ਜਿਹੜਾ ਸੂਚਕ ਅੰਕ ਸੀਗਾ ਉਹ 1406.73 ਨੁਕਤਿਆਂ ਜਾਂ 3% ਦੇ ਨਿਘਾਰ ਦੇ ਨਾਲ ਦਿਨ ਦੇ ਕਾਰੋਬਾਰ ਤੋਂ ਬਾਅਦ ਜਿਹੜਾ ਜੀ ਉਹ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਜਿਹੜਾ ਉਹ ਵੀ ਡਿੱਗ ਪਿਆ।
ਓਐਨਜੀਸੀ ਵਰਗੀ ਮੋਹਰੀ ਕੰਪਨੀ ਜਿਹੜੀ ਸੈਂਸੈਕਸ ਦਾ ਅਹਿਮ ਹਿੱਸਾ, ਉਹਦੇ ਸ਼ੇਅਰ ਵੀ 9% ਤੱਕ ਡਿੱਗ ਪਏ। ਇੱਕ ਜਿਹੜੀ ਵੱਡੀ ਮੁਸ਼ਕਲ ਆਉਂਦੇ ਦਿਨਾਂ ਦੇ ਦੌਰਾਨ ਆਉਣੀ ਹੈ, ਕਿਉਂਕਿ ਇੱਥੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹਨਾਂ ਨੂੰ 26 ਜਨਵਰੀ ਤੇ ਸੱਦੀ ਬੈਠੀ ਆ। ਔਰ ਇਹ ਜਿਸ ਤਰੀਕੇ ਦਾ ਇਹ ਕੋਰੋਨਾ ਵਾਇਰਸ ਦਾ ਨਵਾਂ ਹਮਲਾ ਇੰਗਲੈਂਡ ਦੇ ਵਿੱਚ ਜਿਹੜਾ ਉਹ ਹੋਇਆ, ਇਸ ਚੀਜ਼ ਇਹ ਵੀ ਚਰਚਾ ਦੇ ਵਿੱਚ ਜਿਹੜਾ ਦੀ ਆਊਗੀ। ਉੱਥੋਂ ਦੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹ ਮੁਲਕ ਨੂੰ ਮੌਜੂਦਾ ਹਾਲਾਤਾਂ ਦੇ ਵਿੱਚ ਜਿਹੜਾ ਉਹ ਛੱਡ ਕੇ ਇੱਥੇ ਦੂਜੇ ਕਿਸੇ ਮੁਲਕ ਦੇ ਵਿੱਚ ਕਿਸੇ ਜਸ਼ਨਾਂ ਦੇ ਵਿੱਚ ਸ਼ਾਮਿਲ ਹੋਣ ਦੇ ਵਾਸਤੇ ਕਿਵੇਂ ਆਉਣਗੇ, ਇਹ ਬੜਾ ਵੱਡਾ ਜਿਹੜਾ ਜੀ ਉਹ ਸਵਾਲ ਹੋਊਗਾ। ਹਾਲਾਂਕਿ ਇਹ ਚੀਜ਼ ਵੀ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈ ਕਿ ਜਿਹੜਾ ਕਿਸਾਨ ਅੰਦੋਲਨ ਹੈ ਉਹ ਪੂਰੀ ਦੁਨੀਆ ਦੇ ਵਿੱਚ ਉਹਦਾ ਚਰਚਾ, ਉਹਦੇ ਦੌਰਾਨ ਜਿਹੜੇ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਨੇ ਉਹ ਕਿਵੇਂ ਆਉਣਗੇ। ਪਰ ਆਹ ਹੁਣ ਕੋਰੋਨਾ ਦਾ ਜਿਹੜਾ ਨਵਾਂ ਹਮਲਾ ਹੋਇਆ ਇਹਦੇ ਕਰਕੇ ਇਹਦੇ ਉੱਤੇ ਸਵਾਲੀਆ ਚਿੰਨ੍ਹ ਜਿਹੜੇ ਦੀ ਉਹ ਲੱਗਣਗੇ ਆਉਂਦੇ ਦਿਨਾਂ ਜੀ। ਅਖੀਰਲੇ ਸਵਾਲ ਵੱਲ ਚੱਲਦੇ ਹਾਂ ਤੇ ਸਰੋਤੇ, ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ 408-272-5200-408-272-5200। ਅੱਗੇ ਰਾਮ ਮੰਦਰ ਦੇ ਲਈ ਜਿਹੜਾ ਚੰਦਾ ਆ ਇਹ ਲੋਕ ਇਕੱਠਾ ਕਰ ਰਹੇ ਆ, ਉਸ ਨੂੰ ਲੈ ਕੇ ਸ਼ਿਵ ਸੈਨਾ ਤੇ ਭਾਜਪਾ ਦੇ ਵਿੱਚ ਖੜਕੀ। ਇਕੱਠੇ ਹੀ ਰਹੇ ਨੇ, ਅੱਜ ਵੱਖਰੇ ਨੇ, ਇਸ ਕਰਕੇ ਇਸ ਮਸਲੇ ਦੇ ਉੱਤੇ ਵੀ ਆਹਮੋ ਸਾਹਮਣੇ ਨੇ। ਸ਼ਿਵ ਸੈਨਾ ਨੇ ਦੋਸ਼ ਇਹ ਲਾਇਆ ਜੀ ਕਿ ਅਯੁੱਧਿਆ ਦੇ ਵਿੱਚ ਰਾਮ ਮੰਦਰ ਦੀ ਉਸਾਰੀ ਦੇ ਵਾਸਤੇ ਵੱਡੇ ਪੱਧਰ ਦੇ ਉੱਤੇ ਸੰਪਰਕ ਮੁਹਿੰਮ ਚਲਾ ਕੇ ਲੋਕਾਂ ਕੋਲੋਂ ਇਕੱਠਾ ਕੀਤਾ ਜਾ ਰਿਹਾ ਫੰਡ ਜਿਹੜਾ ਉਹ ਭਗਵਾਨ ਰਾਮ ਦੇ ਨਾਂ ਦੇ ਉੱਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨ ਦੇ ਬਰਾਬਰ ਹੈ। ਭਾਜਪਾ ਨੇ ਹਾਲਾਂਕਿ ਇਹਨੂੰ ਖਾਰਜ ਕੀਤਾ ਤੇ ਇਹ ਕਿਹਾ ਕਿ ਪਾਰਟੀ ਲਈ ਇਹ ਸਿਆਸੀ ਮੁੱਦਾ ਨਹੀਂ ਹੈ। ਇਹ ਬੜਾ ਗੰਭੀਰ ਗੱਲ ਹੈ, ਗੰਭੀਰ ਇਸ ਪੱਖੋਂ ਕਿ ਭਾਜਪਾ ਕਹਿੰਦੀ ਇਹ ਸਿਆਸੀ ਮੁੱਦਾ ਨਹੀਂ, ਜਦੋਂ ਭਾਜਪਾ ਖੜੀ ਹੀ ਇਸ ਮੁੱਦੇ ਦੇ ਉੱਤੇ ਹੋਈ ਹੈ। ਜਦੋਂ ਰੱਥ ਯਾਤਰਾ ਲਾਲ ਕਿਸ਼ਨ ਅਡਵਾਨੀ ਹੋਰਾਂ ਨੇ ਕੀਤੀ ਸੀ, ਦੋ ਸੀਟਾਂ ਹੁੰਦੀਆਂ ਸੀ ਭਾਜਪਾ ਦੀਆਂ, ਤੇ ਉਹਦੇ ਬਾਅਦ ਹੀ ਭਾਜਪਾ ਜਿਹੜੀ ਵੀ ਉੱਥੇ ਅਜੇ ਕਹਿੰਦੀ ਵੀ ਉਹਦੇ ਲਈ ਸਿਆਸੀ ਮੁੱਦਾ ਨਹੀਂ। ਭਾਜਪਾ ਨੇ ਉਲਟਾ ਸ਼ਿਵ ਸੈਨਾ ਦੇ ਉੱਤੇ ਦੋਸ਼ ਲਾਇਆ ਕਿ ਸ਼ਿਵ ਸੈਨਾ ਦੇ ਵੱਲੋਂ ਪਹਿਲਾਂ ਮੰਦਿਰ ਉਸਾਰੀ ਲਈ ਭੂਮੀ ਪੂਜਨ ਦੇ ਵਿੱਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਦਾਨ ਲਈ ਵਿੱਢੀ ਮੁਹਿੰਮ ਦੇ ਵਿੱਚ ਅੜਿੱਕਾ ਪਾਇਆ ਜਾ ਰਿਹਾ, ਜਦੋਂ ਕਿ ਲੋਕ ਇਹਦੇ ਵਿੱਚ ਮਰਜ਼ੀ ਨਾਲ ਹਿੱਸਾ ਪਾ ਰਹੇ ਆ। ਸ਼ਿਵ ਸੈਨਾ ਨੇ ਆਪਣੇ ਉਹਦਾ ਅਖਬਾਰ ਜਿਹੜਾ ਸਾਹਮਣਾ ਉਹਦੀ ਸੰਪਾਦਕੀ ਦੇ ਵਿੱਚ ਲਿਖਿਆ ਕਿ ਇਹ ਫੈਸਲਾ ਤਾਂ ਕਦੇ ਹੋਇਆ ਹੀ ਨਹੀਂ ਸੀਗਾ ਕਿ ਮੰਦਿਰ ਲੋਕਾਂ ਵੱਲੋਂ ਦਿੱਤੇ ਦਾਨ ਦੇ ਨਾਲ ਬਣੂਗਾ ਤੇ ਭਗਵਾਨ ਰਾਮ ਦੇ ਨਾਂ ਦੇ ਉੱਤੇ ਸਿਆਸੀ ਪ੍ਰਚਾਰ ਕਿਸੇ ਨਾ ਕਿਸੇ ਸਮੇਂ ਰੋਕਿਆ ਜਾਣਾ ਸੀਗਾ, ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ। ਸ਼ਿਵ ਸੈਨਾ ਨੇ ਦੋਸ਼ ਇਹ ਲਾਇਆ ਕਿ ਲੋਕਾਂ ਕੋਲੋਂ ਚੰਦਾ ਇਕੱਠਾ ਕਰਨ ਦਾ ਮੁੱਦਾ ਸਧਾਰਨ ਨਹੀਂ ਆ, ਇਹ ਸਿਆਸੀ ਹੈ। ਰਾਮ ਜਨਮ ਭੂਮੀ ਤੀਰਥ ਜਿਹੜਾ ਟਰੱਸਟ ਦਾ ਜਨਰਲ ਸਕੱਤਰ ਹੈ ਉਹਨੇ ਪਿਛਲੇ ਹਫ਼ਤੇ ਕਿਹਾ ਸੀਗਾ ਕਿ ਟਰੱਸਟ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਜਿਹੜਾ ਵੀ ਉਹ ਮੰਦਿਰ ਨਿਰਮਾਣ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਆਰੰਭੀ ਗਈ ਹੈ। ਮਰਾਠੀ ਅਖ਼ਬਾਰ ਨੇ ਕਿਸੇ ਪਾਰਟੀ ਜਾਂ ਸੰਗਠਨ ਦਾ ਨਾਂ ਲਏ ਬਿਨਾਂ ਲਿਖਿਆ ਕਿ ਮੰਦਿਰ ਮੁੱਢਲੇ ਤੌਰ ਦੇ ਉੱਤੇ ਕਿਸੇ ਰਾਜਨੀਤਿਕ ਪਾਰਟੀ ਦੇ ਸਿਆਸੀ ਲਾਭ ਲਈ ਨਹੀਂ ਬਣਾਇਆ ਜਾ ਰਿਹਾ, ਪਰ ਮੁਲਕ ਦੀ ਹਿੰਦੂ ਸ਼ਾਨ ਦਾ ਝੰਡਾ ਲਹਿਰਾਉਣ ਲਈ ਇਹ ਨਿਰਮਾਣ ਹੋ ਰਿਹਾ। ਸੰਪਾਦਕੀ ਦੇ ਵਿੱਚ ਦਾਅਵਾ ਇਹ ਕੀਤਾ ਗਿਆ ਕਿ 4 ਲੱਖ ਵਾਲੰਟੀਅਰ ਜਿਹੜੇ ਨੇ ਉਹ ਸੰਪਰਕ ਮੁਹਿੰਮ ਲਈ ਲਾਏ ਗਏ ਆ। ਔਰ ਸ਼ਿਵ ਸੈਨਾ ਨੇ ਸਵਾਲ ਇਹ ਕੀਤਾ ਕਿ ਇਹ ਵਾਲੰਟੀਅਰ ਕੌਣ ਨੇ ਤੇ ਅਸਲ ਦੇ ਵਿੱਚ ਇਹਨਾਂ ਦਾ ਸੰਗਠਨ ਕਿਹੜਾ, ਇਹਦੇ ਬਾਰੇ ਸਪਸ਼ਟ ਕੀਤਾ ਜਾਵੇ। ਸੈਨਾ ਨੇ ਇਹ ਕਿਹਾ ਕਿ ਜਿੱਦਾਂ ਪੈਸਾ ਇਕੱਠਾ ਕਰਨਾ ਉਹਨਾਂ ਕਾਰ ਸੇਵਕਾਂ ਦੀ ਬੇਇੱਜ਼ਤੀ ਵਾਂਗ ਹੋਊਗਾ ਜਿਹਨਾਂ ਮੰਦਿਰ ਦੀ ਉਸਾਰੀ ਲਈ ਕੁਰਬਾਨੀਆਂ ਜਿਹੜੀਆਂ ਦੀ ਭੁੱਖ ਕੀਤੀਆਂ। ਇਹ ਨਾ ਜੀ ਇੱਥੇ ਜਿੰਨੀਆਂ ਵੀ ਅਖਬਾਰਾਂ ਨੇ, ਰੀਜਨਲ ਅਖਬਾਰਾਂ ਵੱਖ ਵੱਖ ਸੂਬਿਆਂ ਦੀਆਂ, ਉਹਨਾਂ ਦੇ ਵਿੱਚ ਵੀ ਇਹ ਇਸ਼ਤਿਹਾਰ ਜਿਹੜੇ ਆ ਉਹ ਦਿੱਤੇ ਜਾ ਰਹੇ ਆ ਚੰਦਾ ਇਕੱਠਾ ਕਰਨ ਦੇ ਉੱਤੇ, ਜਿਹਦੇ ਉੱਤੇ ਸ਼ਿਵ ਸੈਨਾ ਨੇ ਇਹ ਸਵਾਲੀਆ ਚਿੰਨ੍ਹ ਲਾਏ ਆ ਤੇ ਚੰਦੇ ਦੇ ਰੂਪ ਦੇ ਵਿੱਚ, ਚੰਦਾ ਲੈਣ ਦੇ ਰੂਪ ਦੇ ਵਿੱਚ ਬੀਜੇਪੀ ਆਪਣੀ ਮੁਹਿੰਮ ਦੇ ਨਾਲ ਉਹਨਾਂ ਲੋਕਾਂ ਨੂੰ ਜੋੜਨਾ ਚਾਹੁੰਦੀ ਆ ਜਿੱਥੇ ਉਹਦੀ ਜਿਹੜੀ ਸਾਰੀ ਦੀ ਸਾਰੀ ਸਿਆਸਤ ਜਿਸ ਚੀਜ਼ ਦੇ ਉੱਤੇ ਟਿੱਕੀ ਹੋਈ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ, ਖਰੀਦੇ ਜਾਂਦੇ ਆ ਬੰਦੇ ਤਾਂ ਸਰਕਾਰਾਂ ਤੋੜੀਆਂ ਜਾਂਦੀਆਂ। ਬਲਤੇਜ ਪੰਨੂ ਜੀ ਆਉਂਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408-272-5200 ਸਟੂਡੀਓ ਦਾ ਫੋਨ ਨੰਬਰ ਆ, ਕਾਲ ਕਰਕੇ ਕੋਈ ਵੀ ਸਵਾਲ ਤੁਸੀਂ ਪੁੱਛ ਸਕਦੇ ਹੋ ਉਹਨੇ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ ਜੋ ਐਸ ਏ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜੋ ਐਸ ਏ ਨਾਲ ਪ੍ਰੋਗਰਾਮ ਖਬਰ 'ਤੇ ਨਜ਼ਰ। ਇਸ ਹਿੱਸੇ ਦੇ ਵਿੱਚ ਜੇ ਤੁਹਾਡਾ ਕੋਈ ਸਵਾਲ ਹੁੰਦਾ ਆ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ 408-272-5200-408-272-5200 5200 ਤੇ ਕਾਲ ਕਰ ਸਕਦੇ ਹੋ। ਦੁਆਰਾ ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਹੈ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਨਾਲ ਜੁੜੇ ਹੋਏ ਨੇ ਜੀ ਜੱਸੀ ਗਿੱਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੈਂ ਸਿਰਫ ਤੱਤਕ ਤੁਹਾਡੇ ਵਿਚਾਰ ਹੀ ਲੈਣੇ ਆ
ਜਿਵੇਂ ਦੀਪ ਸਿੱਧੂ ਨੂੰ ਜਥੇਬੰਦੀਆਂ ਨੇ ਰੋਕਿਆ ਹੋਇਆ ਬੋਲਣ ਤੋਂ, ਹਾਲਾਂਕਿ ਉਹ ਸ਼ੁਰੂ ਤੋਂ ਹੀ ਜਥੇਬੰਦੀਆਂ ਦੇ ਨਾਲ ਆ, ਮੋਰਚੇ ਦੇ ਵਿੱਚ ਖੜਾ, ਉਹਨੇ ਆਪਣਾ ਕਾਫੀ ਕੁਛ ਕਲੀਅਰ ਵੀ ਕੀਤਾ ਹੈਗਾ। ਤੁਹਾਡਾ ਕੀ ਇਹਦੇ ਬਾਰੇ ਵਿਚਾਰ ਹੈਗਾ ਵੀ ਉਹ ਹਜੇ ਵੀ RSS ਦਾ ਬੰਦਾ ਜਾਂ ਉਹਨੂੰ ਸਾਰਾ ਕੁਛ ਕਲੀਅਰ ਕਰੀ ਜਾਂਦਾ? ਥੈਂਕ ਯੂ। ਥੈਂਕ ਯੂ। ਦੇਖੋ, ਪਹਿਲੀ ਤਾਂ ਗੱਲ, ਦੀਪ ਸਿੱਧੂ ਵਿਸ਼ਾ ਨਹੀਂ ਹੈਗਾ ਇੱਥੇ। ਇੱਥੇ ਵਿਸ਼ਾ ਜਿਹੜਾ ਉਹ ਕਿਸਾਨ ਹੈ, ਕਿਸਾਨ ਅੰਦੋਲਨ ਵਿਸ਼ਾ ਹੈ। ਆਪਾਂ ਪਤਾ ਨਹੀਂ ਕਿਉਂ ਇਹ ਚੀਜ਼ਾਂ ਜਿਹੜੀਆਂ ਦੀ ਉਹ ਕੁਛ ਕੁ ਦਿਨਾਂ ਤੋਂ ਬਾਅਦ ਫਿਰ ਜਿਹੜਾ ਉਹ ਕੱਢ ਲੈਂਦੇ ਹਾਂ। ਅਸਰਾਲ ਦੇ ਜਥੇਬੰਦੀਆਂ ਨੇ ਕੋਈ ਫੈਸਲਾ ਲਿਆ ਤੇ ਉਹਦੇ ਉਹਦੇ ਵਿੱਚ ਕੋਈ ਨਾ ਕੋਈ ਤਰਕ ਤਾਂ ਹੋਊਗਾ, ਕੋਈ ਨਾ ਕੋਈ ਚੀਜ਼ ਤਾਂ ਜਿਹੜੀ ਉਹ ਹੋਊਗੀ। ਵੈਸੇ ਦੀਪ ਸਿੱਧੂ ਤਾਂ ਇਹ ਵੀ ਕਹਿੰਦਾ ਸੀਗਾ ਵੀ ਪੈਟਰੋਲ ਪੰਪ ਘੇਰ ਕੇ ਕੀ ਹੋਣਾ, ਰੇਲਵੇ ਟਰੈਕਾਂ ਦੇ ਉੱਤੇ ਬੈਠ ਕੇ ਕੀ ਹੋਣਾ, ਮਾਲਜ਼ ਨੂੰ ਘੇਰ ਕੇ ਕੀ ਹੋਣਾ, ਫਿਰ ਇਹ ਵੀ ਕਹਿੰਦਾ ਸੀ ਦਿੱਲੀ ਜਾ ਕੇ ਕੀ ਹੋਣਾ। ਇਹ ਸਾਰਾ ਕੁਛ ਤਾਂ ਕਿਸਾਨ ਜਥੇਬੰਦੀਆਂ ਦੇ ਪ੍ਰੋਗਰਾਮ ਨੇ ਨਾ। ਜੇ ਕਿਸਾਨ ਜਥੇਬੰਦੀਆਂ ਦੇ ਪ੍ਰੋਗਰਾਮ ਨੇ ਤੇ ਫਿਰ ਕਿਸਾਨ ਜਥੇਬੰਦੀਆਂ ਦੇ ਪ੍ਰੋਗਰਾਮਾਂ ਦੇ ਨਾਲ ਜਿਹੜਾ ਉਹ ਉਹਨੂੰ ਤੁਰਨਾ ਚਾਹੀਦਾ। ਇਹ ਤਾਂ ਨਹੀਂ ਨਾ ਹੋ ਸਕਦਾ ਕਿ ਤੁਸੀਂ ਲਿਆ ਕੇ ਜਿਹੜਾ ਅੰਦੋਲਨ ਆ, ਇੰਨੇ ਇੰਨੇ ਸਾਲਾਂ ਦੇ ਇਹ ਲੋਕਾਂ ਦਾ ਤਜਰਬਾ ਆ, ਉਹ ਲਿਆ ਕੇ ਉਹ ਤਾਂ ਇਹ ਭਾਲਦਾ ਕਿ ਉਹਨੂੰ ਡਰਾਈਵਿੰਗ ਸੀਟ ਦੇ ਉੱਤੇ ਉਹਨੂੰ ਲਿਆ ਕੇ ਬਿਠਾ ਦਿੱਤਾ ਜਾਵੇ ਤੇ ਉਹ ਕੰਟਰੋਲ ਕਰੇਗਾ। ਇੱਦਾਂ ਕੰਟਰੋਲ ਕਿਸੇ ਨੂੰ ਕਿਵੇਂ ਜਿਹੜਾ ਦੀ ਦਿੱਤਾ ਜਾ ਸਕਦਾ? ਇਹ ਇਹ ਫੈਸਲੇ ਜਿਹੜੇ ਨੇ ਨਾ ਕਿਸਾਨ ਜਥੇਬੰਦੀਆਂ ਦੇ ਉੱਤੇ ਛੱਡੇ ਰਹਿਣ ਦਿਓ, ਕਿਹਨੂੰ ਉਹਨਾਂ ਨੇ ਕਿਵੇਂ ਕਿਹੜੇ ਤਰੀਕੇ ਨਾਲ ਕਰਨਾ, ਸਿਰਫ ਜਿਹੜਾ ਧਿਆਨ ਆ ਉਹ ਇਸ ਚੀਜ਼ ਦੇ ਉੱਤੇ ਰਹੇ, ਇਸ ਅੰਦੋਲਨ ਦੇ ਉੱਤੇ ਤੇ ਕਿਸਾਨੀ ਮੰਗਾਂ ਦੇ ਉੱਤੇ, ਉਹ ਬਿਹਤਰ ਹੋਊਗਾ। ਨਹੀਂ ਤਾਂ ਅਦਰਵਾਈਜ਼ ਡਾਈਵਰਟ ਕਰਨ ਦੀਆਂ ਤਾਂ ਬਥੇਰੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਆਪਾਂ ਉਹਦਾ ਪਾਰਟ ਨਾ ਬਣੀਏ। ਜੀ, ਅੱਗੇ ਸਾਡੇ ਨਾਲ ਜੁੜੇ ਨੇ ਜਤਿੰਦਰ ਜੀ। ਜਤਿੰਦਰਪਾਲ, ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਸੀ, 17 ਦੇ ਵਿੱਚ ਤਾਮਿਲਨਾਡੂ ਕਿਸਾਨਾਂ ਨੇ ਆਪਣੇ ਮੂੰਹ ਦੇ ਵਿੱਚ ਚੂਹੇ ਵਗੈਰਾ ਪਾ ਕੇ ਨਾ ਪ੍ਰੋਟੈਸਟ ਕੀਤਾ ਸੀਗਾ, ਕੀ ਹੁਣ ਵੀ ਉਹ ਨਾਲ ਹੈਗੇ ਨੇ ਇਸ ਐਜੀਟੇਸ਼ਨ 'ਚ ਜਾਂ ਨਹੀਂ? ਥੈਂਕ ਯੂ ਜੀ। ਡੱਡੂ ਤੇ ਚੂਹੇ ਉਹਨਾਂ ਨੇ ਪਾਏ ਸੀਗੇ ਜੀ, ਨਹੀਂ ਕਿਸੇ ਨੇ ਸੁਣੀ ਸੀ ਉਹਨਾਂ ਨੇ, ਬਹੁਤ ਖੋਪੜੀਆਂ ਵੀ ਗਲਾਂ ਦੇ ਵਿੱਚ ਪਾ ਕੇ ਉਹ ਪ੍ਰੋਟੈਸਟ ਕਰਦੇ ਰਹੇ ਸੀ ਜੰਤਰ ਮੰਤਰ ਦੇ ਉੱਤੇ, ਬਿਲਕੁਲ ਨਾਲ ਨੇ ਜੀ ਉਹ ਬੈਠੇ ਹੋਏ ਨੇ ਆ ਕੇ। ਮੈਂ ਖੁਦ ਉਹਨਾਂ ਨੂੰ ਮਿਲਿਆ ਜੀ, ਸਿੰਘੂ ਬਾਰਡਰ ਤੇ ਵੀ ਹੈਗੇ ਨੇ, ਜਿਹੜੀ ਉਹ ਬਰਾੜੀ ਸੀਗਾ ਉੱਥੇ ਵੀ ਜਿਹੜਾ ਉਹ ਬੈਠੇ ਹੋਏ ਨੇ ਜੀ, ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਉਹ ਜਿਹੜੇ ਕਿਸਾਨ ਜਿਹੜੇ ਉਦੋਂ ਅੰਦੋਲਨ ਕਰਦੇ ਰਹੇ ਸੀ। ਉਹ ਇਹ ਗੱਲ ਕਹਿੰਦੇ ਆ ਕਿ ਸਾਨੂੰ ਉਦੋਂ ਕਿਸੇ ਨੇ ਸੁਣਿਆ ਹੀ ਨਹੀਂ, ਉਹਨਾਂ ਦੀਆਂ ਸਮੱਸਿਆਵਾਂ ਅੱਜ ਵੀ ਜਿਹੜੀਆਂ ਦੀ ਉਹ ਖੜੀਆਂ ਨੇ। ਸਿਰਫ ਤਾਮਿਲਨਾਡੂ ਹੀ ਕਿਉਂ, ਕਰਨਾਟਕ ਦੇ, ਪੱਛਮੀ ਬੰਗਾਲ ਦੇ, ਮੱਧ ਪ੍ਰਦੇਸ਼ ਦੇ, ਝਾਰਖੰਡ ਦੇ, ਉੱਤਰਾਖੰਡ ਦੇ, ਉੱਤਰ ਪ੍ਰਦੇਸ਼ ਦੇ, ਤੁਸੀਂ ਨਾਮ ਲਓ ਕਿਸ ਸੂਬੇ ਦੇ ਲੋਕ ਨੇ ਆ ਕੇ ਜਿਹੜਾ ਵੀ ਉਹ ਬੈਠੇ। ਮਹਾਰਾਸ਼ਟਰ ਤੋਂ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਨੂੰ ਤੁਰੇ ਹੋਏ ਆ, ਜਿਹੜੇ ਕਿ ਕੱਲ੍ਹ ਤੱਕ ਦਿੱਲੀ ਪਹੁੰਚਣਗੇ ਜੀ। ਜੀ, ਅਵਤਾਰ ਸਿੰਘ ਪੰਨੂ ਜੀ। ਮੇਰੀ ਤੁਹਾਨੂੰ ਤੇ ਸੁਣਨ ਵਾਲੇ ਸਾਰੇ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਨੂੰ ਜਿਹੜੇ ਕੰਗਣਾ ਰਣੌਤ ਬਿਆਨ ਦੇਣ ਡਈ ਆ, ਮੈਨੂੰ ਇੰਜ ਲੱਗਦਾ ਜਿਵੇਂ ਇਹ ਆਪਣੇ ਜਿਹੜਾ ਫਿਲਮ ਇੰਡਸਟਰੀ ਤੇ ਕੀਤੇ ਤਜਰਬੇ ਤੋਂ ਫਾਇਦਾ ਉਠਾ ਕੇ ਜਾਂ ਉਹਦਾ ਇਸਤੇਮਾਲ ਕਰਕੇ ਤੇ ਸਮ੍ਰਿਤੀ ਰਾਣੀ ਨੇ ਤੱਕ ਕੇ ਉਹ ਕੈਬਨਿਟ, ਮੋਦੀ ਕੈਬਨਿਟ ਦੇ ਵਿੱਚ ਆਪਣੀ ਜਗ੍ਹਾ ਬਣਾਉਣੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ, ਉਹਦਾ ਕੈਰੀਅਰ ਲਗਭਗ ਸਮਾਪਤ ਹੈ ਫਿਲਮ ਇੰਡਸਟਰੀ ਦੇ ਵਿੱਚ, ਤੇ ਸਿਆਸਤ ਦੇ ਵਿੱਚ ਬਿਲਕੁਲ ਉਹ ਆਉਣਾ ਜਿਹੜਾ ਵੀ ਉਹ ਚਾਹੁੰਦੀ ਹੈ। ਮੇਰੀ ਚਾਚੇ ਜਿਹੜੀ ਇਹ ਕੰਗਨਾ ਰਣੌਤ ਆ ਉਹ ਇੱਕ ਸਿੰਬਲ ਹੈ, ਉਹਦੇ ਪਿੱਛੇ ਜਿਹੜੇ ਲੜ ਰਹੇ ਲੋਕ ਨੇ ਉਹ ਆਈ ਟੀ ਵਿੰਗ ਹੈ, ਭਾਜਪਾ ਦਾ ਆਈ ਟੀ ਵਿੰਗ ਉਹਨੂੰ ਮੂਹਰੇ ਕਰਕੇ ਜਿਹੜਾ ਵੀ ਉਹ ਲੜ ਰਿਹਾ। ਇਸ ਚੀਜ਼ ਨੂੰ ਸਮਝਣ ਦੀ ਜਿਹੜੀ ਲੋੜ ਹੈ, ਆਈ ਥਿੰਕ ਜਿਹੜੇ ਉਹਦਾ ਜਵਾਬ ਦੇ ਰਹੇ ਨੇ ਉਹਨਾਂ ਨੂੰ ਜਵਾਬ ਦੇਈ ਜਾਣ ਦਿਓ, ਇਹ ਉਲਝਾਉਣ ਦੇ ਯਤਨ ਨੇ ਜੀ ਜਿੰਨੇ ਵੀ। ਔਰ ਉਹਨੇ ਇੰਨਾ ਹੈ ਕਿ ਜਦੋਂ ਬੋਂਬੇ ਦੇ ਵਿੱਚ ਵੀ ਉਹਦਾ ਜਿਹੜਾ ਵੀ ਉੱਥੇ ਪੇਚਾ ਪਿਆ, ਉਹਨੇ ਉੱਥੇ ਵੀ ਇਹੀ ਕੁਛ ਕੀਤਾ ਸੀਗਾ। ਉਹ ਪ੍ਰਸਿੱਧੀ ਭਾਲਦੀ ਹੈ ਜੀ, ਮੁਫ਼ਤ ਦੀ ਪ੍ਰਸਿੱਧੀ ਭਾਲਦੀ ਹੈ, ਇਸ ਕਰਕੇ ਉਹ ਖੜੀ ਕਿੱਥੋਂ ਕੀਤੀ ਗਈ ਆ ਉਹਨਾਂ ਨੂੰ ਦੱਸ ਦਿੱਤਾ ਕਿ ਆਈ ਟੀ ਵਿੰਗ ਦੀ ਆ, ਵਾਈਸ ਸਿਕਿਉਰਿਟੀ ਐਵੇਂ ਤਾਂ ਨਹੀਂ ਉਹਨੂੰ ਜਿਹੜਾ ਵੀ ਉਹ ਦਿੱਤੀ ਗਈ, ਇਸੇ ਵਜ੍ਹਾ ਕਰਕੇ ਦਿੱਤੀ ਗਈ ਹੈ ਕਿ ਏਦਾਂ ਦਾ ਕੁਛ ਜਿਹੜਾ ਵੀ ਉਹ ਪਾ ਕੇ ਰੱਖੇ, ਖਲਾਰਾ ਹੀ ਤੁਸੀਂ ਕਹਿ ਲਓ। ਅਦਰਵਾਈਜ਼ ਜੇ ਉਹਦੀ ਨੌਲੇਜ ਦੀ ਆਪਾਂ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਉਹਨੂੰ ਉਹਨੇ ਖੇਤੀ ਕਾਨੂੰਨਾਂ ਦੇ ਬਾਰੇ ਚ ਏ ਬੀ ਸੀ ਵੀ ਕੁਛ ਉਹ ਜਾਣਦੀ ਹੋਊਗੀ। ਕੰਗਨਾ ਰਣੌਤ ਨਹੀਂ ਲੜ ਰਹੀ, ਉਹਦਾ ਨਾਮ ਜ਼ਰੂਰ ਹੈ, ਆਈ ਟੀ ਵਿੰਗ ਹੈ ਜਿਹੜਾ ਭਾਜਪਾ ਦਾ, ਜਿਹੜਾ ਉਹਨੂੰ ਉਹਨੂੰ ਸਾਹਮਣੇ ਰੱਖ ਕੇ ਉਹ ਪਿੱਛੇ ਜਿਹੜਾ ਵੀ ਉਹ ਲੜ ਰਿਹਾ ਜੀ। ਅੱਗੇ ਬਿਆਨਾ ਤੋਂ ਜੋਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ, ਭਾਜਪਾ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ, ਜਿੱਦਾਂ ਨਾ ਆਪਾਂ ਦੇਖੋ ਨਾ, ਖੁਰਸ਼ੀਆਂ ਬਹੁਤ ਕਰਕੇ ਦਿਖਦੀਆਂ ਨਾ ਆਪਾਂ, ਜਦੋਂ ਦੇ ਆਪਾਂ ਰਾਡੀਓ ਵਾਲੀਆਂ ਖਬਰਾਂ ਜੁੜੇ ਆ, ਆਪਾਂ ਆਸੇ ਪਾਸੇ ਇਹ ਚੀਜ਼ਾਂ ਬਹੁਤ ਹਾਹਾ ਲੈ ਲਿਆ ਜੀ, ਕੁਛ ਕਰ ਲਿਆ,
ਪਰ ਜਿਹੜਾ ਹੁਣ ਜਿੱਦਾਂ ਜੀ ਤੁਸੀਂ ਪਹਿਲਾਂ ਦੱਸ ਕੇ ਇਹ ਇੱਕ ਢੈਂਦੀ ਕਲਾ ਵੱਲ ਸਾਡਾ ਜਾਂ ਬੰਦੇ ਦਾ ਮਨੋਬਲ ਡਿੱਗ ਜਾਂਦਾ ਜੀ ਉਹ ਇਨਸਾਨ ਜਾਂਦਾ ਨਾ ਜੀ। ਪਰ ਇਹੀ ਬੇਨਤੀ ਕਰਦੇ ਹਾਂ ਜੀ ਤੁਹਾਡੇ ਮਾਧਿਅਮ ਰਾਹੀਂ ਜੀ ਜਿੰਨੇ ਵੀ ਆਪਣੇ ਕਿਸਾਨ ਸਾਡੇ ਆਗੂ ਆ ਜਿਹਨਾਂ ਨੇ ਇਸ ਸੰਸਾਰ ਪੂਰੇ ਜ਼ੋਰ ਤੇ ਚੱਕਿਆ ਆ ਇਸੇ ਤੇ ਜੋ ਉਹਨਾਂ ਨੂੰ ਮਨੋਬਲ ਨਾ ਦੇਣ। ਕਰਜ਼ਾ ਜੀ ਚਲੋ ਮੰਨਦੇ ਹਾਂ ਆਪਾਂ ਬਹੁਤ ਬੰਦਾ ਪਰੇਸ਼ਾਨ ਹੁੰਦਾ ਜੀ ਇਸ ਵਿਸ਼ੇ ਬਾਰੇ ਜੀ, ਪਰ ਜਿਹੜਾ ਹੁਣ ਚੱਲ ਚੱਲਦਾ ਜੀ ਇਹ ਥੱਲੇ ਕਰਜ਼ਾ ਨਾ ਸੋਚਣ ਜੀ ਆਪਣੇ ਜਿਹੜਾ ਸਿਸਟਮ ਹੈ ਨਾ ਜੀ ਕਿਸਾਨਾਂ ਨੂੰ ਇਹੀ ਬੇਨਤੀ ਹੈ ਜੀ ਕਹਿਣ ਇਹਨਾਂ ਨੂੰ ਵੀ ਤੁਸੀਂ ਇਹ ਵਾਰ ਸੋਚੋ ਨਾ ਜੀ ਇਸ ਤਰ੍ਹਾਂ ਚਲੋ ਆਪਾਂ ਮਨ ਤੋਂ ਬਾਅਦ ਨਿੰਦਿਆ ਕਰਨ ਬਹੁਤ ਮਾੜੀ ਗੱਲ ਹੁੰਦੀ ਚਲੋ ਆਪਾਂ ਸ਼ਲਾਘਾ ਕਰਦੇ ਹਾਂ ਜਾਂ ਬਾਬਾ ਰਾਮ ਸਿੰਘ ਨੇ ਕਦਮ ਚੱਕਿਆ ਜੀ ਉਹਦੇ ਨਾਲ ਵੀ ਤੁਸੀਂ ਦੁਬਾਰੇ ਫਿਰ ਇਸ ਦੌਰ ਚੱਲ ਪਿਆ ਇਹਦੇ ਬਾਰੇ ਭਾਈ ਦੱਸੋ। ਥੈਂਕ ਯੂ ਜੀ। ਦੇਖੋ ਇਹ ਗੱਲ ਜਿਹੜੀ ਤੁਹਾਡੀ ਸਹੀ ਆ ਇਹ ਇਹ ਉੱਥੋਂ ਸ਼ੁਰੂ ਹੋਇਆ ਉਸ ਚੀਜ਼ ਨੇ ਤੁਸੀਂ ਇਹ ਕਹਿ ਲਓ ਕਿ ਇਹਨੂੰ ਬੂਸਟ ਕਰ ਦਿੱਤਾ ਇੱਕ ਕਿਸਮ ਦੇ ਨਾਲ ਉਸ ਖੁਦਕੁਸ਼ੀ ਨੇ ਉਹਦਾ ਚਰਚਾ ਵੀ ਬਹੁਤ ਹੋਇਆ। ਚਰਚਾ ਕਰਨ ਵਾਲਿਆਂ 'ਚ ਅਸੀਂ ਵੀ ਸ਼ਾਮਿਲ ਹਾਂ ਜੀ, ਅਸੀਂ ਵੀ ਆਪਣੇ ਆਪ ਨੂੰ ਮਾਫ਼ ਨਹੀਂ ਇਸ ਮਾਮਲੇ ਦੇ ਉੱਤੇ ਜਿਹੜਾ ਵੀ ਉਹ ਕਰ ਰਹੇ ਕਿ ਕਿਉਂਕਿ ਇਉਂ ਲੱਗਿਆ ਉਦੋਂ ਕਿ ਇਹ ਜਿਹੜਾ ਕੇਂਦਰ ਦੀ ਸਰਕਾਰ ਜਿਹੜੀ ਉਹ ਸੁਣ ਨਹੀਂ ਰਹੀ ਤਾਂ ਹੋਇਆ, ਪਰ ਇਹ ਤਾਂ ਕੰਮ ਹੋਰ ਪਾਸੇ ਨੂੰ ਜਿਹੜਾ ਜੀ ਉਹ ਤੁਰ ਪਿਆ। ਜਿਹੜੇ ਕਰਜ਼ੇ ਦੀ ਤੁਸੀਂ ਗੱਲ ਜਿਹੜੀ ਜੀ ਉਹ ਕਰ ਰਹੇ ਹੋ, ਦੇਖੋ ਕਰਜ਼ਾ ਸਾਡੇ ਸਭ ਦੇ ਸਿਰ ਦੇ ਉੱਤੇ ਆ ਪੰਜਾਬ ਦਾ, ਤੇ ਅਸੀਂ ਉਹਦੇ ਵਾਸਤੇ ਜਿਹੜਾ ਉਹ ਬੋਲੀਏ ਉਹਦੀ ਗੱਲ ਕਰੀਏ ਇਸ ਵੇਲੇ। ਇਹ ਖੁਦਕੁਸ਼ੀਆਂ ਰੋਕਣੀਆਂ ਬੜੀਆਂ ਜ਼ਰੂਰੀ ਨੇ। ਕੱਲ੍ਹ ਦੁਪਹਿਰੇ ਲਗਾਤਾਰ ਜਿਹੜਾ ਜੀ ਉਹ ਮੇਰਾ ਸੰਪਰਕ ਹੁੰਦਾ ਰਿਹਾ ਕਿਸਾਨ ਨੇਤਾਵਾਂ ਦੇ ਨਾਲ ਬਾਰ ਬਾਰ, ਮੈਂ ਤਾਂ ਜਿਹੜਾ ਬੇਨਤੀ ਕਰ ਸਕਦਾ ਜੀ ਬੇਨਤੀ ਹੀ ਜਿਹੜੀ ਉਹ ਕੀਤੀ ਉਹਨਾਂ ਨੂੰ ਕਿ ਤੁਸੀਂ ਜਿਹੜੀਆਂ ਸਟੇਜਾਂ ਨੇ ਉਹਨਾਂ ਸਟੇਜਾਂ ਦੇ ਉੱਤੋਂ ਬਾਰ ਬਾਰ ਇਸ ਚੀਜ਼ ਦੀ ਅਨਾਊਂਸਮੈਂਟ ਜਿਹੜੀ ਆ ਉਹ ਕਰੋ ਸਾਰੀਆਂ ਸਟੇਜਾਂ ਤੋਂ। ਤੇ ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ, ਖੁਦਕੁਸ਼ੀ ਦੇ ਨਾਲ ਇਹ ਸਮੱਸਿਆ ਹੱਲ ਨਹੀਂ ਹੋਣੀ। ਸੰਘਰਸ਼ ਜਿਹੜਾ ਜਿਸ ਜਗ੍ਹਾ ਤੱਕ ਪਹੁੰਚ ਗਿਆ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਜੀ ਉਹ ਸੰਘਰਸ਼ ਜਾ ਰਿਹਾ, ਸਾਨੂੰ ਢਿੱਡੀ ਕਲਾ ਦੀ ਗੱਲ ਕਰਨ ਦੀ ਲੋੜ ਹੀ ਨਹੀਂ, ਇਹ ਸੋਚਣ ਦੀ ਲੋੜ ਹੀ ਨਹੀਂ ਕਿੰਨੇ ਦਿਨ ਜਿਹੜਾ ਜੀ ਉੱਥੇ ਲੱਗਣਗੇ ਉਹਦੇ ਚੋਂ ਕੀ ਨਿਕਲਦਾ। ਕਿੰਨੀਆਂ ਸਾਰੀਆਂ ਪੋਜ਼ਿਟਿਵ ਚੀਜ਼ਾਂ ਆਪਾਂ ਰੋਜ਼ ਸਾਂਝੀਆਂ ਇਸੇ ਬੁਲੇਟਿਨ ਦੇ ਵਿੱਚ ਜਿਹੜਾ ਉਹ ਕਰਦੇ ਹਾਂ, ਇਹ ਕਿਸ ਕਿਸ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਾਹਮਣੇ ਆ ਰਹੀਆਂ ਨੇ। ਅੱਜ ਵੀ ਤਾਂ ਸਾਂਝੀ ਕੀਤੀ ਹੈ ਨਾ ਕਿ ਕਿੰਨੇ ਮੁੰਡੇ ਨੇ ਜਿਹੜੇ ਉਹ ਨਸ਼ੇ ਤੋਂ ਤੌਬਾ ਕਰ ਗਏ ਆ, ਉਹਨਾਂ ਦੇ ਮਾਪੇ ਖੁਸ਼ ਹੈ। ਇਹ ਇਹ ਕੋਈ ਛੋਟੀ ਪ੍ਰਾਪਤੀਆਂ ਥੋੜੀ ਨੇ, ਇਹ ਬਹੁਤ ਵੱਡੀਆਂ ਪ੍ਰਾਪਤੀਆਂ ਨੇ। ਉਹ ਉਹਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੱਲ ਇਹ ਬਿਆਨ ਵੀ ਫਿਰ ਜਾਰੀ ਕੀਤਾ ਜੀ, ਕਿਉਂਕਿ ਦੇਖੋ ਇਹ ਡਿਊਟੀ ਉਹਨਾਂ ਦੀ ਵੀ ਬਣਦੀ ਹੈ। ਅਸੀਂ ਕੁਛ ਇਸ ਤਰ੍ਹਾਂ ਦਾ ਜਿਹੜਾ ਸੁਜੈਸ਼ਨ ਦੇ ਸਕਦੇ ਹਾਂ ਇਹ ਗੱਲ ਨੂੰ ਪਾਸੇ ਰੱਖ ਕੇ ਕਿ ਉਹ ਮੰਨਣਾ ਜਾਂ ਨਾ ਮੰਨਣਾ ਇਹ ਉਹਨਾਂ ਦੇ ਵਾਸਤੇ ਜੀ, ਉਹ ਮੰਨਣ ਜਾਂ ਇਨਕਾਰ ਕਰ ਦੇਣ ਜੀ। ਇਨਕਾਰ ਵੀ ਕਰ ਦੇਣਗੇ ਤਾਂ ਉਹ ਤਾਂ ਕੋਈ ਗੁੱਸਾ ਨਹੀਂ ਹੈਗਾ ਜੀ, ਪਰ ਉਹਨਾਂ ਨੇ ਮੰਨਿਆ ਇਸ ਚੀਜ਼ ਨੂੰ ਤੁਰੰਤ। ਔਰ ਇਹ ਵੀ ਕਿਹਾ ਕਿ ਉਹ ਸਟੇਜਾਂ ਦੇ ਉੱਤੇ ਵੀ ਬਾਰ ਬਾਰ ਐਲਾਨ ਕਰਨਗੇ, ਔਰ ਕੱਲ੍ਹ ਦਾ ਇਹ ਐਲਾਨ ਉੱਥੋਂ ਹੋਣਾ ਸ਼ੁਰੂ ਹੋ ਗਿਆ ਕਿ ਇਸ ਤਰ੍ਹਾਂ ਦੀ ਗਲਤੀ ਨਾ ਕਰੋ ਵੀ ਤੁਸੀਂ ਸਲਫਾਸ ਲੈ ਕੇ ਆਏ ਹੋ ਇੱਥੇ ਸਟੇਜ ਦੇ ਕੋਲੇ ਆ ਕੇ ਖੁਦਕੁਸ਼ੀ ਲੋਟ ਜਿਹੜਾ ਜਿਹੜੇ ਉਹ ਤਰਨ ਤਾਰਨ ਤੋਂ ਨੇ ਇਸ ਵੇਲੇ ਉਹ ਪੀ ਜੀ ਆਈ ਰੋਹਤਕ ਦੇ ਵਿੱਚ ਦਾਖਲ ਨੇ, ਉਹ ਉਹਨਾਂ ਨੇ ਸਲਫਾਸ ਲੈ ਕੇ ਆਉਂਦਾ ਵੀ ਇੱਥੇ ਸਟੇਜ ਦੇ ਕੋਲੇ ਮੈਂ ਜਿਹੜਾ ਖਾਣ ਵਾਂ ਖੁਦਕੁਸ਼ੀ ਲੋਟ ਲਿਖ ਲਿਆ। ਇਹ ਇਹ ਢਿੱਡੀ ਕਲਾ ਵੱਲ ਨੂੰ ਜਿਹੜਾ ਜੀ ਉਹ ਜਾਊਗਾ ਸਾਰਾ ਕੁਛ। ਇਸ ਕਰਕੇ ਇਹਦੇ ਉੱਤੇ ਤੁਰੰਤ ਜਿਹੜੀ ਆ ਜੀ ਉਹ ਐਕਸ਼ਨ ਤਾਂ ਲਿਆ ਜਥੇਬੰਦੀਆਂ ਨੇ, ਕਿੰਨਾ ਕੁ ਅਸਰ ਹੁੰਦਾ ਅਸਰ ਹੋਊਗਾ ਏਦਾਂ ਦੀ ਗੱਲ ਨਹੀਂ ਹੈਗੀ। ਜਿਹੜੇ ਜਥੇਬੰਦੀਆਂ ਦੇ ਆਗੂ ਆ ਉਹਨਾਂ ਨੂੰ ਲੋਕ ਸੁਣਦੇ ਆ ਜੀ, ਔਰ ਉਹਨਾਂ ਦੀ ਕਹੀ ਹੋਈ ਗੱਲ ਦਾ ਅਸਰ ਹੋ ਰਿਹਾ। ਬਾਕੀ ਤੁਹਾਡੇ ਵਰਗੇ ਸਾਰੇ ਲੋਕ ਜਿਹੜੇ ਵੀ ਉਹ ਸੋਚਣ ਵਾਲੇ ਬੈਠੇ ਆ, ਸੋ ਆਪੋ ਆਪਣਾ ਯੋਗਦਾਨ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਜੀ ਉਹ ਪਾਉਂਦੇ ਰਹੋ, ਹੌਸਲੇ ਵਾਲੀਆਂ ਗੱਲਾਂ ਜਿਹੜੀਆਂ ਜੀ ਉਹ ਕਰਕੇ ਕਿ ਇਹ ਹੱਲ ਨਹੀਂ ਆ। ਖੁਦਕੁਸ਼ੀਆਂ ਹੱਲ ਹੁੰਦਾ ਤੇ ਕਿੰਨੇ ਲੋਕ ਹੁਣ ਤੱਕ ਜਿਹੜੇ ਜੀ ਖੁਦਕੁਸ਼ੀ ਕਰ ਗਏ ਹੋਏ, ਕਿੰਨੇ ਕਿਸਾਨ ਕੁਛ ਹੱਲ ਨਿਕਲਿਆ ਜੀ, ਸਰਕਾਰਾਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਉਹਦੀ ਸਰਕੀ, ਚਾਹੇ ਉਹ ਸੂਬੇ ਦੀਆਂ ਸਰਕਾਰਾਂ ਨੇ ਚਾਹੇ ਉਹ ਕੇਂਦਰ ਦੀਆਂ ਸਰਕਾਰਾਂ ਨੇ। ਸੂਬਿਆਂ ਦੀਆਂ ਸਰਕਾਰਾਂ ਵੀ ਉਹ ਸਾਰੇ ਖੁਦਕੁਸ਼ੀਆਂ ਦੇ ਜਿਹੜੇ ਕੇਸ ਨੇ ਉਹਨੂੰ ਲੁਕਾਉਣ ਦੇ ਯਤਨਾਂ ਕਰੀਂਦੀਆਂ ਨੇ ਕਿ ਇੱਥੇ ਖੁਦਕੁਸ਼ੀ ਨਹੀਂ ਹੁੰਦੀ ਆ। ਪਿਛਲੀ ਅਕਾਲੀ ਬੀਜੇਪੀ ਸਰਕਾਰ ਸੀ ਉਹ ਕਹਿੰਦੇ ਖੁਦਕੁਸ਼ੀ ਹੁੰਦੀ ਹੋਈ ਨਹੀਂ ਪੰਜਾਬ ਦੇ ਵਿੱਚ, ਉਹ ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲ ਦੱਸਣ ਦੀ ਕੋਸ਼ਿਸ਼ ਹੀ ਜਿਹੜਾ ਜੀ ਉਹ ਕਰਦੇ ਰਹੇ। ਮੌਜੂਦਾ ਸਰਕਾਰ ਵੀ ਉਹੀ ਕੁਛ ਕਰ ਰਹੀ ਹੈ, ਉਹੀ ਕੁਛ ਕੇਂਦਰ ਦੀ ਸਰਕਾਰ ਜਿਹੜਾ ਜੀ ਕਰ ਰਹੀ ਹੈ। ਜਦੋਂ ਖੁਦਕੁਸ਼ੀ ਕਰਕੇ ਹੱਲ ਹੀ ਨਹੀਂ ਕੋਈ ਨਿਕਲ ਰਿਹਾ, ਉਲਟਾ ਜਿਹੜੇ ਖੁਦਕੁਸ਼ੀ ਕਰ ਗਏ ਕਿਸਾਨ ਨੇ ਤੁਸੀਂ ਉਹਦੇ ਤੇ ਸਰਚ ਜਿਹੜਾ ਜੀ ਯੂਟਿਊਬ ਤੇ ਕਰ ਲੈਣਾ ਜੱਟਾ ਤੇਰੀ ਜੂਨ ਬੁਰੀ, ਮੈਂ ਉਹਦੇ ਨਾਲ ਜਿਹੜਾ ਜੀ ਉਹ ਕਾਫੀ ਉਹਨਾਂ ਉਹਦੇ ਨਾਲ ਜਿਹੜਾ ਜੀ ਜੁੜਿਆ ਰਿਹਾ। ਉਹ ਜਿਹੜੀ ਦਿੱਲੀ ਸੀਰੀਜ਼ ਸੀਗੀ ਉਹਦੇ ਉੱਤੇ ਜਾਂ ਅਸੀਂ ਇੱਥੇ ਨਾਟਕ ਕਰਦੇ ਰਹੇ ਜਿਹੜਾ ਜੜੋਂ ਔਖੜੇ ਲੋਕ 18 ਡਿਸਟ੍ਰਿਕਟ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਜਾ ਕੇ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਕੀਤਾ ਸੀ। ਉਹ ਉਹ ਇਹ ਗੰਭੀਰ ਵਿਸ਼ਾ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਉਹ ਹੱਲ ਨਹੀਂ ਕੱਢ ਸਕੀਆਂ। ਜੇ ਉਹ ਪਹਿਲਾਂ ਹੱਲ ਨਹੀਂ ਕੱਢ ਸਕੀਆਂ ਤੇ ਮੌਜੂਦਾ ਜਿਹੜਾ ਸੰਘਰਸ਼ ਹੈ ਜਿਹੜਾ ਬੜੇ ਜੋਸ਼ ਦੇ ਨਾਲ ਲੜਿਆ ਜਾ ਰਿਹਾ ਇਹਦੇ ਵਿੱਚ ਉਹ ਕਿਵੇਂ ਹੱਲ ਕੱਢ ਦੇਣੀ ਹੈ? ਜੇ ਅਸਰ ਹੁੰਦਾ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਮਦਰ ਦੀ ਮੌਤ ਹੋਈ ਉਹਦੇ ਲਈ ਤਾਂ ਚਿੱਠੀ ਲਿਖਤੀ
ਜਿਹੜੇ ਇੰਨੇ ਲੋਕ ਮਾਰੇ ਗਏ ਜਿਨ੍ਹਾਂ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋਈ, ਸੜਕ ਹਾਦਸਿਆਂ ਦੇ ਵਿੱਚ ਉਹਨਾਂ ਦੀ ਮੌਤ ਜਿਹੜੀ ਉਹ ਹੋ ਗਈ, ਜਾਂ ਜਿਹੜੇ ਖੁਦਕੁਸ਼ੀ ਕਰ ਗਏ, ਇਹਨਾਂ ਦੇ ਬਾਰੇ ਇੱਕ ਲਫ਼ਜ਼ ਨੀ ਜਿਹੜਾ ਦੀ ਉਹ ਸਰਕਾਰ ਨੇ ਬੋਲਿਆ ਲਿਖਿਆ ਜਾਂ ਕਿਹਾ, ਉਹਨਾਂ ਦੀ ਸਿਹਤ ਤੇ ਅਸਰ ਨੀ ਗਾ। ਜੇ ਸਿਹਤ ਤੇ ਅਸਰ ਨੀ ਗਾ ਤੇ ਅਸੀਂ ਖੁਦਕੁਸ਼ੀ ਕਿਉਂ ਜਿਹੜਾ ਦੀ ਉਹ ਕਰੀਏ? ਪ੍ਰੈਸ਼ਰ ਬਣਾਉਣ ਦੇ ਦੂਜੇ ਤਰੀਕੇ ਨੇ ਜੋ ਕੁਛ ਜਥੇਬੰਦੀਆਂ ਜਿਹੜੀਆਂ ਦੀ ਉਹ ਕਰ ਰਹੀਆਂ ਨੇ ਇਸ ਵੇਲੇ। ਸੋ ਤੁਸੀਂ ਵੀ ਜਿੱਥੇ ਵੀ ਜ਼ੋਰ ਜਿਹੜਾ ਦੀ ਉਹ ਲੱਗਦਾ, ਜ਼ੋਰ ਚੱਲਦਾ, ਲਿਖ ਕੇ ਬੋਲ ਕੇ ਇਸ ਚੀਜ਼ ਨੂੰ ਜ਼ਰੂਰ ਜਿਹੜਾ ਦੀ ਉਹ ਪ੍ਰਮੋਟ ਕਰੋ ਕਿ ਇਹ ਕੋਈ ਹੱਲ ਨਹੀਂ ਗਾ ਜੀ। ਅੱਗੇ ਆ ਪੰਜਾਬ ਤੋਂ ਨੇ ਜੀ ਮੰਗਲ ਸਿੰਘ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂਜੀ ਬਲਵਿੰਦਰ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਪੰਨੂ ਸਾਹਿਬ, ਇੱਕ ਬੜਾ ਮੇਰਾ ਸਿੰਪਲ ਕੁਐਸਚਨ ਆ ਜੀ ਮਾੜਾ ਜਿਹਾ। ਵੈਸੇ ਬਹੁਤ ਕੁਛ ਵਧੀਆ ਹੋ ਰਿਹਾ, ਮੈਂ ਉਹ ਦੱਸ ਦਵਾਂ ਸਾਰੇ ਲੋਕ ਆਪਣੇ ਪੰਜਾਬ ਦੇ ਜਿੰਨਾ ਸਾਡਾ ਆਲਾ ਦੁਆਲਾ। ਮੇਰਾ ਇੱਕ ਸਿੰਪਲ ਕੁਐਸਚਨ ਹੈ ਪੰਨੂ ਸਾਹਿਬ, ਜੇ 26 ਤੇ 27 ਤਰੀਕ ਨੂੰ ਇਹ ਆਰਾਮ ਨਾਲ ਲੰਘਣ ਦੇ ਦਿੰਦੇ, ਦਿੱਲੀ ਨੂੰ ਜਾਣ ਦੇ ਦਿੰਦੇ, ਤਾਂ ਫਿਰ ਕੀ ਹੋਣਾ? ਬਸ ਇਹੀ ਸਵਾਲ ਹੈ। ਥੈਂਕ ਯੂ ਜੀ। ਦੇਖੋ, ਮੈਂ ਸਮਝਦਾ ਕਿ ਇਹਦੇ ਵਾਸਤੇ ਸਭ ਤੋਂ ਵੱਧ ਸਾਨੂੰ ਧੰਨਵਾਦੀ ਹੋਣਾ ਚਾਹੀਦਾ ਮਨੋਹਰ ਲਾਲ ਖੱਟਰ ਦਾ, ਜਿਹਨੇ 8-8 ਫੁੱਟ ਡੂੰਘੇ ਟੋਏ ਪੱਟੇ, ਜਿਹਨੇ ਏਡੀਆਂ ਵੱਡੀਆਂ ਵੱਡੀਆਂ ਰੋਕਾਂ ਲਾ ਦਿੱਤੀਆਂ। ਉਹ ਰੋਕਾਂ ਨਾ ਹੁੰਦੀਆਂ ਤੇ ਇਹ ਸੰਘਰਸ਼ ਇੱਥੋਂ ਤੱਕ ਜਿਹੜਾ ਉਹ ਜਾਂਦਾ ਨਹੀਂ ਸੀ। ਜੇ ਜਾਣ ਦਿੰਦੇ, ਰਾਮਲੀਲਾ ਗਰਾਊਂਡ ਹੀ ਜਾਣਾ ਚਾਹੁੰਦੇ ਸੀ ਨਾ, ਰਾਮਲੀਲਾ ਗਰਾਊਂਡ ਚਲੇ ਜਾਂਦੇ, ਉੱਥੇ ਜਾ ਕੇ ਗਰਾਊਂਡ ਦੇ ਵਿੱਚ ਬਹਿ ਜਾਂਦੇ, 2 ਦਿਨ 4 ਦਿਨ 5 ਦਿਨ ਜਿਹੜਾ ਦੀ ਉਹ ਸੰਘਰਸ਼ ਕਰਕੇ ਮੁੜ ਆਉਂਦੇ, ਜਾਂ ਉੱਥੇ ਪੱਕੇ ਮੋਰਚੇ ਵੀ ਲੱਗ ਜਾਂਦੇ। ਜਿਵੇਂ ਕਿਸੇ ਸਮੇਂ ਜਿਹੜਾ ਐਂਟੀ ਕਰਪਸ਼ਨ ਮੋਰਚਾ ਜਿਹੜਾ ਦੀ ਉਹ ਲੱਗਿਆ ਸੀ, ਉਦਾਂ ਦਾ ਮੋਰਚਾ ਵੀ ਲੱਗ ਜਾਂਦਾ। ਸਰਕਾਰ ਦੇ ਵਾਸਤੇ ਏਡੀ ਸਿਰਦਰਦੀ ਪੈਦਾ ਨਾ ਹੁੰਦੀ ਜਿੰਨੀ ਮਨੋਹਰ ਲਾਲ ਖੱਟਰ ਨੇ ਜਿਹੜੀ ਦੀ ਉਹ ਪੈਦਾ ਕੀਤੀ ਹੈ। ਬਿਲਕੁਲ, ਇਹ ਮੋਰਚੇ ਦਾ ਮੌਜੂਦਾ ਸੰਘਰਸ਼ ਦਾ ਜਿਹੜਾ ਇਹ ਰੂਪ ਨਹੀਂ ਸੀ ਬਣਨਾ। ਪਰ ਦੇਖੋ, ਹਿੰਮਤ ਮਦਦ ਮਦਦ ਦੇ ਖੁਦਾ ਵਾਲੀ ਜਿਹੜੀ ਉਹ ਗੱਲ ਹੈ, ਇਮਾਨਦਾਰੀ ਦੇ ਨਾਲ ਇਹ ਲੋਕ ਤੁਰੇ ਸੀ। ਇਹ ਚੀਜ਼ਾਂ ਵੀ ਤਾਂ ਜਿਹੜੀਆਂ ਔਕੜਾਂ ਸੀਗੀਆਂ, ਮੁਸ਼ਕਲਾਂ ਸੀਗੀਆਂ ਜਿਹੜੀਆਂ ਖੜੀਆਂ ਕੀਤੀਆਂ, ਉਹਨੇ ਤੁਸੀਂ ਇਹ ਕਹਿ ਲਓ ਕਿ ਉਹਨੂੰ ਹੀ ਹਥਿਆਰ ਜਿਹੜਾ ਸੀਗਾ ਨਾ ਉਹ ਬਣਾ ਲਿਆ ਇਹਨਾਂ ਜਿਹੜਾ ਦੀ ਉਹ ਕਿਸਾਨ। ਉਹ ਇੱਕ ਬੜਾ ਵਧੀਆ ਸ਼ੇਅਰ ਹੈ ਕਿ ਰਮ ਨਾ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ, ਹੰਝੂਆਂ ਨੇ ਕਦ ਤਕਦੀਰਾਂ ਪਲਟਾਈਆਂ ਨੇ, ਠੋਕਰ ਨੂੰ ਜਿਨ੍ਹਾਂ ਨੇ ਠੋਕਰ ਮਾਰੀ ਹੈ ਉਹਨਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ। ਇਹ ਠੋਕਰਾਂ ਸੀ ਜਿਹੜੀਆਂ ਲਾਈਆਂ ਗਈਆਂ, ਉਹ ਠੋਕਰਾਂ ਰਾਸ ਆ ਗਈਆਂ ਸੰਘਰਸ਼ ਮੌਜੂਦਾ ਦੌਰ ਦੇ ਵਿੱਚ ਇੱਕਦਮ ਜਿਹੜਾ ਦੀ ਉਹ ਇੰਨੀ ਤੇਜ਼ੀ ਦੇ ਨਾਲ ਜਿਹੜਾ ਵਧਿਆ ਕਿ ਜਿਹੜੀਆਂ ਸੋਸ਼ਲ ਸਾਈਟ ਫੇਸਬੁੱਕ ਵਰਗੀਆਂ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਪਿਆ ਵੀ ਅਸੀਂ ਤਾਂ ਇਸ ਗੱਲੋਂ ਹੈਰਾਨ ਸੀ ਵੀ ਇੱਕ ਪੇਜ ਬਣਿਆ ਤੇ ਉਹਦੇ ਉੱਤੇ ਇੱਕਦਮ ਇੰਨੇ ਲੱਖ ਬੰਦਾ ਜਿਹੜਾ ਦੀ ਉਹ ਕਿਵੇਂ ਆ ਗਿਆ ਜੀ। ਨਹੀਂ ਤਾਂ ਅਦਰਵਾਈਜ਼ ਇਹੋ ਜਿਹੀਆਂ ਸਾਈਟ ਕਿਸੇ ਦੇ ਸਪਸ਼ਟੀਕਰਨ ਕਦੇ ਵੀ ਨਹੀਂ ਜਿਹੜਾ ਦੀ ਉਹ ਦਿੰਦੀਆਂ। ਇਹ ਮੋਰਚੇ ਦੀ ਪ੍ਰਾਪਤੀ ਜਿਹੜੀ ਜੀ ਉਹ ਹੈ, ਇਹਦੇ ਵਾਸਤੇ ਹਰਿਆਣੇ ਦੇ ਮੁੱਖ ਮੰਤਰੀ ਦਾ ਹਮੇਸ਼ਾ ਧੰਨਵਾਦੀ ਰਹਿਣਾ ਪਊਗਾ ਜੀ। ਬਿਲਕੁਲ ਜੀ, ਬਾਅਦ ਚ ਤਾਂ ਪਛਤਾਉਂਦਾ ਹੀ ਹੋਊਗਾ ਬੇਸ਼ੱਕ। ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਹਾਂਜੀ ਭੈਣ ਜੀ ਤੇ ਪੰਨੂ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਮੈਂ ਬੇਨਤੀ ਕਰਦਾ ਖੁਦਕਸ਼ੀਆਂ ਕਰਨ ਵਾਲਿਆਂ ਨੂੰ, ਜ਼ਰੂਰ ਖੁਦਕਸ਼ੀ ਕਰਨ ਤੋਂ ਪਹਿਲਾਂ ਇੱਥੇ ਸਾਡੇ ਬਹੁਤ ਰੇਡੂਏ ਚੱਲਦੇ ਆ ਅਮਰੀਕਾ ਕੈਨੇਡਾ ਤੋਂ, ਇੱਕ ਵਾਰੀ ਸਿੱਧੀ ਕਾਲ ਕਰਕੇ ਆਪਣਾ ਦੁੱਖ ਜ਼ਰੂਰ ਰੋ ਲਿਆ ਕਰੋ। ਜੇ ਤੁਹਾਡਾ ਨਾ ਮਸਲਾ ਹੱਲ ਹੋਵੇ ਫਿਰ ਤੁਸੀਂ ਖੁਦਕਸ਼ੀ ਕਰ ਲਿਓ। ਮੈਂ ਯਕੀਨ ਨਾਲ ਕਹਿੰਦਾ ਵੀ ਕਿਸੇ ਵੀ ਰੇਡੂਏ ਤੇ ਆ ਕੇ ਪਊਗਾ 2-4-5 ਲੱਖ ਤੇ ਉਹਦਾ ਇੱਕ ਘੰਟੇ ਸਹਾਇਤਾ ਹੋ ਜੀ ਨਾ ਕਰਨ, ਮੰਨਣ ਕਰਨੀ ਆ ਮਗਰੋਂ ਕਰ ਲੈਣ, ਇੱਕ ਵਾਰੀ ਕਾਲ ਜ਼ਰੂਰ ਕਰ ਲੈਣ ਤੇ ਉਹਨਾਂ ਦਾ ਮਸਲਾ ਹੱਲ ਹੋ। ਦੂਜਾ ਪੰਨੂ ਸਾਹਿਬ, ਦੋ ਸਵਾਲ ਚ, ਇੱਕ ਤਾਂ ਦੱਸੋ ਵੀ SD ਦਿੱਤਾ ਉਹ ਵੀ ਟੈਂਟ ਦੇਣੇ ਆ ਜਾਂ ਕਿੱਦਾਂ ਕਰਨੀ ਪੰਜਾਬ ਚ, ਉਹ ਤੋਂ SD ਦੀ ਇਜਾਜ਼ਤ ਤੋਂ ਬਿਨਾਂ ਨਹੀਂ ਹੋ ਸਕਦਾ ਟੈਂਟ ਵਾਲਾ, ਇੱਕ ਤਾਂ ਇਹ ਸਵਾਲ ਆ ਜੀ ਯਾਦ ਰੱਖ। ਦੂਜਾ ਹੈਗਾ ਬਈ ਜੇ ਹੁਣ ਚੋਣ ਕਮੇਟੀ ਨੇ ਕੋਈ ਸੰਘਰਸ਼ ਦੇ ਵਿੱਚ ਬਾਂਹ ਨਹੀਂ ਕਿਸਾਨਾਂ ਦੀ, ਕੋਈ ਹਾਹ ਦਾ ਨਾਰਾ ਨਹੀਂ ਮਾਰਿਆ, ਕੋਈ ਮਦਦ ਨਹੀਂ ਕੀਤੀ, ਤੇ ਹੁਣ ਕਿਸਾਨਾਂ ਨੂੰ ਵੀ ਫਿਰ ਸੋਚਣਾ ਚਾਹੀਦਾ ਵੀ ਜਿਹੜਾ ਇੰਨਾ ਇਹਨਾਂ ਨੂੰ ਇਹ ਪੈਸਾ ਚੜਾਉਂਦੇ ਆ, ਇੰਨਾ ਇਹਨਾਂ ਨੂੰ ਅੰਨ ਪਾਣੀ ਦਿੰਦੇ, ਉਹਦੇ ਬਾਰੇ ਕਿਸਾਨਾਂ ਨੂੰ ਵੀ ਹੁਣ ਕੁਛ ਫਿਰ ਸੋਚ ਕਰਨੀ ਚਾਹੀਦੀ ਕਿ ਨਹੀਂ? ਥੈਂਕ ਯੂ। ਦੇਖੋ, ਜਿਹੜਾ ਤਾਂ SDM ਆ ਉਹਨੇ ਉਹ ਆਪਣੇ ਤੌਰ ਤੇ ਉਹ ਕਰ ਸਕਦਾ ਜੀ, ਇਹ ਸਰਕਾਰ ਦੀਆਂ ਹਦਾਇਤਾਂ ਨੇ। ਸੱਚੀ ਪੁੱਛੋ ਨਾ ਜੀ, ਤੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਹੁਣ ਆਪੋ ਆਪਣੇ ਜਿਹੜੀ ਦੀ ਉਹ ਫਿਕਰ ਪਿਆ ਹੋਇਆ, ਫਿਕਰ ਇਸ ਗੱਲੋਂ ਪਿਆ ਕਿ ਇਹ ਜਿਹੜੇ ਲੋਕ ਜਾਗਰੂਕ ਹੋ ਗਏ ਆ ਉਹ ਏਡਾ ਵੱਡਾ ਸੰਘਰਸ਼ ਖੜਾ ਕਰਕੇ ਬਹਿ ਗਏ ਆ, ਅਗਲਾ ਇਹਨਾਂ ਦਾ ਸਟੈਪ ਜਿਹੜਾ ਦੀ ਉਹ ਕੀ ਹੋਊਗਾ? ਇਸ ਕਰਕੇ ਇਹ ਉਦੋਂ ਪਹਿਲਾਂ ਦੀਆਂ ਪਲੈਨਿੰਗਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। SDM ਜਿਹੜੇ ਨੇ ਉਹਨਾਂ ਨੂੰ ਜ਼ਰੂਰ ਡਿਪਟੀ ਕਮਿਸ਼ਨਰ ਨੇ ਕਿਹਾ ਹੋਊਗਾ, ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਿਹੜੀਆਂ ਦੀ ਉਹ ਸਰਕਾਰ ਦੀਆਂ ਹੋਣਗੀਆਂ, ਉੱਥੋਂ ਹੀ ਆਈਆਂ ਹੋਈਆਂ ਹੋਣਗੀਆਂ ਹਦਾਇਤਾਂ, ਜਿਹਦੇ ਕਰਕੇ ਉਹਨਾਂ ਨੇ ਇਹ ਗੱਲ ਕਹੀ ਕਿ ਟੈਂਟ ਵਾਲਿਆਂ ਨੂੰ ਤੁਸੀਂ ਜਿਹੜਾ ਟੈਂਟ ਨਹੀਂ ਦੇਣੇ ਜਾਂ ਬਾਕੀ ਸਮਾਨ ਜਿਹੜਾ ਉਹ ਨਹੀਂ ਦੇਣਾ। ਇਹ ਭਵਿੱਖ ਦੀ ਜਿਹੜੀ ਤਿਆਰੀ ਆ ਉਹ ਸਰਕਾਰਾਂ ਦੇ ਵੱਲੋਂ ਕੀਤੀ ਜਾ ਰਹੀ ਆ ਇੱਕ ਕਿਸਮ ਦੇ ਨਾਲ,
ਕਿ ਕਿਤੇ ਕੱਲ ਨੂੰ ਕਹਾਣੀ ਜਿਹੜੀ ਆ ਉਹ ਸਾਡੇ ਵਾਲੇ ਪਾਸੇ ਨੂੰ ਨਾ ਆ ਜਾਵੇ। ਜਿੱਥੋਂ ਤੱਕ ਦੂਸਰੀ ਤੁਸੀਂ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੁੱਛੀ ਆ, ਮੇਰੇ ਜਾਂ ਇਹ ਤਾਂ ਵੱਡੇ ਪੱਧਰ ਦੇ ਉੱਤੇ ਚੱਲ ਹੀ ਜਿਹੜਾ ਜੀ ਉਹ ਰਿਹਾ। ਜਿਹੜੇ ਪੈਸੇ ਬੰਦ ਕਰ ਦੇਣੇ, ਹੋ ਸਕਦਾ ਕਿ ਉਹ ਉਹ ਇਹਦਾ ਹੱਲ ਨਾ ਹੋਵੇ, ਬਲਕਿ ਉੱਥੋਂ ਜਿਹੜਾ ਜੀ ਚੰਗੇ ਬੰਦੇ ਚੁਣ ਕੇ ਆਉਣ, ਜਿਹੜੇ ਰਾਜਨੀਤਿਕ ਨਾ ਹੋਣ, ਗੈਰ ਰਾਜਨੀਤਿਕ ਲੋਕਾਂ ਦੇ ਹੱਥਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਇੱਕ ਵਕਾਰੀ ਸੰਸਥਾ ਜਿਹੜੀ ਹੈ ਜੀ ਉਹ ਜਾਵੇ। ਇਹਦੇ ਵਾਸਤੇ ਯਤਨਸ਼ੀਲ ਜਿਹੜਾ ਉਹ ਰਹਿਣਾ ਚਾਹੀਦਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਕੁਰਬਾਨੀਆਂ ਤੋਂ ਬਾਅਦ ਹੋਣ ਦੇ ਵਿੱਚ ਆਈ ਸੀ, ਗਲਤ ਹੱਥਾਂ 'ਚ ਚਲੇ ਗਈ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾੜੀ ਨਹੀਂ ਗੀ, ਉਹਦੇ 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 ਢਾਂਚੇ ਦੇ ਵਿੱਚ ਜਿਹੜੇ ਲੋਕ ਆ ਗਏ ਆ, ਜਿਹਨਾਂ ਨੇ ਇੱਕ ਪਰਿਵਾਰ ਦਾ ਕਬਜ਼ਾ ਹੋ ਗਿਆ, ਉੱਥੋਂ ਜਿਹੜਾ ਵੀ ਉਹਨੂੰ ਲਾਂਭੇ ਕੀਤਾ ਜਾਵੇ। ਕਿਉਂਕਿ ਆਪਾਂ ਨੂੰ ਇਹ ਨਹੀਂ ਗੱਲ ਜਿਹੜੀ ਜੀ ਉਹ ਭੁੱਲਣੀ ਚਾਹੀਦੀ ਕਿ ਜੇ ਮੰਨ ਲਓ ਪੈਸੇ ਨਾ ਚੜ੍ਹਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਜਿਹੜੀ ਸੰਸਥਾ ਜਿਹੜੀ ਕਿ ਇੱਥੇ ਇਤਿਹਾਸਕ ਜਿਹੜੀਆਂ ਥਾਵਾਂ ਨੇ ਉਹਨਾਂ ਨੂੰ ਸੰਭਾਲਦੀ ਆ, ਬਾਕੀ ਜੋ ਜਿਹੜਾ ਵੀ ਉਹ ਚੱਲਦਾ ਉਹ ਸਾਡੀ ਇੱਕ ਪਹਿਚਾਣ ਹੈ, ਬਹੁਤ ਵੱਡੀ ਉਹ ਪਹਿਚਾਣ ਹੈ, ਉੱਥੇ ਬੈਠੇ ਲੋਕ ਜਿਹੜੇ ਨੇ ਜਿਹੜੇ ਕਾਬਜ਼ ਹੋ ਗਏ, ਉਹਨਾਂ ਦਾ ਕਬਜ਼ਾ ਤੋੜਨ ਵੱਲ ਨੂੰ ਸਾਨੂੰ ਯਤਨ ਜਿਹੜੇ ਆ ਉਹ ਕਰਨੇ ਚਾਹੀਦੇ ਆ, ਨਹੀਂ ਤਾਂ ਅਦਰਵਾਈਜ਼ ਆਪਾਂ ਸੰਸਥਾ ਨਹੀਂ ਜਿਹੜੀ ਵੀ ਉਹ ਖਤਮ ਕਰਨੀ। ਉਹ ਇਸ ਕਰਕੇ ਜਿਹੜਾ ਜੀ ਆਪਾਂ ਬਿਮਾਰ ਨਾਲ ਨਹੀਂ ਲੜਨਾ, ਬਿਮਾਰੀ ਦੇ ਨਾਲ ਜਿਹੜਾ ਉਹ ਲੜਨਾ, ਜਿਵੇਂ ਆ ਕੋਰੋਨਾ ਦੇ ਵਿੱਚ ਜਿਹੜੀ ਉਹ ਗੱਲ ਚੱਲਦੀ ਸੀ, ਤੇ ਬਿਮਾਰੀ ਕਿਹੜੀ ਆ ਸਭ ਨੂੰ ਪਤਾ। ਜੀ ਜੀ ਬੁੱਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਜੀ, ਪੰਨੂ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਆ ਜਿਹੜਾ ਖੁਦਕੁਸ਼ੀ ਕਰਨ ਵਾਲਾ ਇਹ ਤਾਂ ਮਸਲਾ ਹੱਲ ਨੀ ਹੋਣਾ, ਇਹ ਤਾਂ ਪਹਿਲਾਂ ਨਾ ਆਪਣੇ ਜਿਹੜੇ ਸ੍ਰੀ ਸਾਂਝੀ ਹੁੰਦੇ ਸੀਗੇ ਤੇ ਉਦੋਂ ਉਹਨਾਂ ਨੂੰ ਕਹਿਣਾ ਵੀ ਇੰਨੇ ਪੈਸੇ ਲਈ ਜਾਣਾ ਤੇਰੇ ਲੈਣਗੇ ਕਿਵੇਂ, ਜਾਂ ਕੋਈ ਹੋਰ ਕਿਸੇ ਤੋਂ ਲੈ ਲੈ ਤੂੰ ਉਹ ਤੋਂ ਲੈ ਲੈ, ਉਹਨਾਂ ਨੇ ਆਖਣਾ ਲੈਣਗੇ ਨੇ ਵਹੀਆਂ ਨਾ ਖਾਣਗੇ। ਤੇ ਇਹ ਤਾਂ ਇਹ ਜ਼ਿਮੀਂਦਾਰਾਂ ਨੂੰ ਇਹ ਚਾਹੀਦਾ ਵੀ ਇਹ ਤਾਂ ਸਦਾ ਹੀ ਕਰਜ਼ਾ ਸਾਡੇ ਤੇ ਤਾਂ ਰਹਿਣਾ, ਜਦੋਂ ਤੋਂ ਜੰਮੇ ਤੇ ਜਦੋਂ ਤੱਕ ਮਰਨਾ ਹੈ, ਤਾਂ ਅਗਲੀਆਂ ਪਿਛਲੀਆਂ ਪੁਸ਼ਤਾਂ ਤੇ ਵੀ ਇਹ ਦਿਲ ਨਹੀਂ ਛੱਡਣਾ ਚਾਹੀਦਾ। ਤੇ ਬਾਕੀ ਜਿਹੜੀ ਆ ਕੰਗਣਾ ਰਣੌਤ ਵਾਲਾ, ਜੇ ਕੋਈ ਬੰਦਾ ਪਾਗਲ ਹੋਏ ਨਾ ਪਿੰਡ ਦੇ ਵਿੱਚ ਆਉਂਦੇ ਯਾਰ ਇਹਦੀ ਕੀ ਗੱਲ ਸੁਣਨੀ ਆ, ਇਹਦਾ ਪਾਗਲ ਹੈ ਤਾਂ ਆਪਦੇ ਮਾੜਾਈਆਂ ਬੋਲੀ ਜਾਂਦਾ, ਉਹਨੂੰ ਵੀ ਨਹੀਂ ਸੁਣਨਾ ਚਾਹੀਦਾ। ਅੱਛਾ ਜੀ, ਮੈਂ ਨਾ ਅੱਜ ਇੱਕ ਤਾਂ ਖਬਰ ਸੁਣੀ ਤੇ ਇੱਕ ਮੈਂ ਕੱਲ ਸੀ, ਹਰਿਆਣੇ ਦਾ ਜਿਹੜਾ ਮੁੱਖ ਮੰਤਰੀ ਆ ਨਾ ਉਹ ਤੁਹਾਡੀ ਗੱਲ ਆਗੂ ਵੀ ਜਿਵੇਂ ਇੱਥੇ ਕਿਹੜਾ ਯੋਗ ਹੈਗਾ ਆਪਣਾ ਕਹਿੰਦੇ ਸੀਗੇ ਵੀ ਕਿਸਾਨ ਆਗੂ ਉਹਦੇ ਆਗੂ, ਉਹਨਾਂ ਨੂੰ ਕਿਸਾਨਾਂ ਵਾਸਤੇ ਅਸੀਂ ਇੰਟਰਪ੍ਰੇਟਰ ਦੇਵਾਂਗੇ, ਉਹਨਾਂ ਦੀ ਗੱਲ ਤੋਂ ਇਹੀ ਸੀ ਆਉਂਦਾ ਵੀ ਇੰਟਰਪ੍ਰੇਟਰ ਦੇਵਾਂਗੇ, ਇਹਨਾਂ ਨੂੰ ਸਮਝ ਨੀ ਲੱਗਦੀ ਜਿਵੇਂ ਕਹੀ ਜਾਂਦੇ ਪਹਿਲਾਂ ਬਿਆਨਾਂ ਚ ਕਿਸਾਨਾਂ ਨੂੰ ਸਮਝ ਨੀ ਲੱਗਦੀ, ਤੇ ਬਹੁਤ ਹੀ ਇਹਨਾਂ ਦਾ ਮੰਦ ਭਾਗਾ ਸੀਗਾ ਤੇ ਵਿੱਚ ਰਲ ਕੇ ਤੇ ਇਹਨਾਂ ਨੇ ਗੋਲ ਬੋਲ ਗੱਲ ਕਰਨੀ ਹੈ ਵਿੱਚੋਂ ਵੀ ਇਹਨਾਂ ਨੂੰ ਪਤਾ ਨੀ ਲੱਗਦਾ ਤੇ ਅਸੀਂ ਇਹਨਾਂ ਨੂੰ ਆ ਕੇ ਤੇ ਕਰਕੇ ਤੇ ਆਪਦਾ ਕਾਨੂੰਨ ਪਾਸ ਉਵੇਂ ਕਰਨਗੇ। ਤੇ ਦੂਜਾ ਨੰਬਰ ਅੱਜ ਮੈਂ ਇੱਕ ਹੋਰ ਇੱਥੇ ਜਸ ਪੰਜਾਬੀ ਤੇ ਟੀਵੀ ਤੇ ਸੁਣੀ ਆ ਸੁਖਜਿੰਦਰ ਸਿੰਘ ਜੀ ਰੰਧਾਵਾ ਸਾਹਿਬ, ਉਹ ਤਾਂ ਬਹੁਤ ਦਬਕੇ ਸ਼ਰੇਆਮ ਮਾਰ ਰਹੇ, ਉਹ ਤਾਂ ਕਹਿੰਦੇ ਜਿਹੜਾ ਕੋਈ ਲੀਡਰ ਜਿਹੜਾ ਕੋਈ ਕੋਈ ਵੀ ਬੋਲਿਆ ਜਾਂ ਕੋਈ ਕਿਸਾਨ ਜਾਂ ਕੋਈ ਆੜ੍ਹਤੀਆਂ ਦਾ ਜਾਂ ਕੋਈ ਹੋਰ, ਉਹਨਾਂ ਨੂੰ ਫੜ ਕੇ ਅੰਦਰ ਕਰਾਂਗੇ, ਉਹਨਾਂ ਦੀ ਜ਼ਮੀਨਾਂ ਦੀ ਕੁਰਕੀ ਕਰਾਂਗੇ ਤੇ ਬਾਕੀ ਦੇਸ਼ ਧਰੋਹੀ ਦੇ ਪਰਚੇ ਦਰਜ ਕਰਾਂਗੇ। ਮੈਂ ਤਾਂ ਸੁਣ ਕੇ ਹੀ ਮੈਂ ਕਿਹਾ ਹੈ ਆ ਕੀ ਐਡਾ ਦਬਕੇ ਸ਼ਰੇਆਮ, ਇਹ ਤੇ ਕਰੋ ਜੀ ਕਮੈਂਟ ਤੇ ਭੈਣ ਜੀ ਕੱਟੋ ਜਨਾਈ। ਥੈਂਕ ਯੂ ਜੀ। ਦੇਖੋ ਇਹ ਸਾਰੇ ਆਪਣੀ ਹੋਂਦ ਦੀ ਸਿਆਸੀ ਹੋਂਦ ਬਚਾਉਣ ਦੀ ਲੜਾਈ ਜਿਹੜੀ ਲੜ ਰਹੇ ਆ ਜੀ, ਬਹੁਤਾ ਧਿਆਨ ਨਾ ਦਿਓ ਸਿਆਸੀ ਨੇਤਾਵਾਂ ਦੇ ਬਿਆਨਾਂ ਵੱਲ। ਦੇਖੋ ਇਹ ਕਿਤੇ ਨਾ ਕਿਤੇ ਇਹ ਜਿਹੜਾ ਸਿਆਸੀ ਢਾਂਚਾ ਨਾ ਜਿਹੜਾ ਜਿਹਨੇ ਸਾਰਾ ਕੁਛ ਖਰਾਬ ਕੀਤਾ ਹੁਣ ਤੱਕ, ਇਹ ਬਦਲਣ ਵੱਲ ਨੂੰ ਕਿਸਾਨਾਂ ਨੂੰ ਹੀ ਮੂਹਰੇ ਲੱਗਣਾ ਪਊਗਾ, ਇਹ ਬਦਲਣਾ ਪਊਗਾ ਜੀ ਇਹ, ਕਿਉਂਕਿ ਮੌਜੂਦਾ ਜਿਹੜਾ ਢਾਂਚਾ ਉਹਦੇ ਵਿੱਚ ਲੰਘਾਰ ਜਿਹੜਾ ਉਹ ਆ ਗਿਆ, ਜਿੱਥੇ ਕਿ ਸੋਚਿਆ ਹੀ ਨਹੀਂ ਜਾ ਰਿਹਾ ਜਿਹੜਾ ਵੀ ਇੱਕ ਨਾਗਰਿਕ ਦਾ ਉਹਦੀ ਉਹਦੇ ਵਾਸਤੇ ਸੋਚ ਹੀ ਖਤਮ ਹੋ ਗਈ ਵੀ ਅਸੀਂ ਤਾਂ ਜੋ ਕੁਛ ਲੈਣ ਦਾ ਉਹ ਕਾਨੂੰਨ ਫਾਈਨਲ ਹੈ, ਆਹ ਲਿਆ ਕੇ ਧਰਤੇ ਤੇਰੇ ਮੂਹਰੇ ਤੈਨੂੰ ਸਮਝ ਆਵੇ ਜਾਂ ਨਾ ਆਵੇ। ਸ਼ਰੇਆਮ ਝੂਠ ਬੋਲਿਆ ਜਾ ਰਿਹਾ ਕਿ ਇਹਦੇ ਸੰਬੰਧੀ ਮੀਟਿੰਗਾਂ ਕੀਤੀਆਂ ਗਈਆਂ, ਲੁੱਕੜ ਮੀਟਿੰਗਾਂ ਕੀਤੀਆਂ, ਕਿੱਥੇ ਹੋਈਆਂ? ਉਹਨਾਂ ਦਿਨਾਂ ਦੇ ਦੌਰਾਨ ਤਾਂ ਜਿਹੜਾ ਸੀਗਾ ਲੋਕਡਾਊਨ ਲੱਗਿਆ ਹੋਇਆ ਸੀਗਾ, ਉਦੋਂ ਮੀਟਿੰਗਾਂ ਕਿੱਥੇ ਕਰ ਲਈਆਂ? ਇਹ ਲਿਆ ਕੇ ਥੋਪੇ ਗਏ ਆਰਡੀਨੈਂਸ ਜਿਹੜੇ ਸੀਗੇ, ਔਰ ਮੁੜ ਕੇ ਇਹ ਬਿੱਲ ਲਿਆ ਕੇ ਇਹਨਾਂ ਨੂੰ ਖੇਤੀ ਕਾਨੂੰਨ ਜਿਹੜਾ ਦੀ ਉਹ ਬਣਾ ਦਿੱਤਾ। ਇਹ ਜਿੰਨੀਆਂ ਪਾਰਟੀਆਂ ਵਾਲੇ ਨਾ ਸਿਆਸੀ ਪਾਰਟੀਆਂ ਵਾਲੇ ਉਹ ਆਪੋ ਆਪਣੀ ਸਿਆਸੀ ਹੋਂਦ ਉਹਨਾਂ ਦੀ ਕਾਇਮ ਰਹੇ ਉਹ ਇਹਦੇ ਵਾਸਤੇ ਜਿਹੜਾ ਦੀ ਉਹ ਕੋਸ਼ਿਸ਼ਾਂ ਕਰ ਰਹੇ ਆ, ਇਹਦੇ ਵਾਸਤੇ ਹੀ ਉਹ ਬਿਆਨਬਾਜ਼ੀ ਜਿਹੜੀ ਆ ਉਹ ਸਾਰੀ ਦੀ ਸਾਰੀ ਕਰ ਰਹੇ ਆ, ਇਹਨਾਂ ਵੱਲ ਬਹੁਤਾ ਧਿਆਨ ਦੇਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਗੀ। ਖੁਦਕੁਸ਼ੀਆਂ ਦਾ ਮੈਂ ਜਦੋਂ ਜਿਹੜਾ ਸਿਸਟਮ ਉੱਥੇ ਆਪਣੇ ਤੇ ਇੰਪੋਜ਼ ਕੀਤਾ ਜਾ ਰਿਹਾ
ਆਪਣਾ ਉਹ ਜਦੋਂ ਉਹਨਾਂ ਨੇ ਜਪਾਨ ਦੇ ਵਿੱਚ ਉਹਨਾਂ ਨੇ ਉਹ ਇਨਵੇਟ ਕੀਤਾ ਰਾਈਟ, ਉੱਥੇ ਵੀ ਬਹੁਤ ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ ਰਹੇ। ਇਹ ਸਿਸਟਮ ਵਿੱਚ ਹੈਗਾ ਮੇਰੇ ਖਿਆਲ ਆਪਾਂ ਉਹਨਾਂ ਉਹਨਾਂ ਕਿਹੜੀ ਸਾਈਜ਼ ਨਹੀਂ ਕਰਦੇ ਵੈਸਟਰਨ ਜਾਂ ਕਮਿਊਨਿਜ਼ਮ ਨੂੰ ਜਿੰਨਾ ਸੀ ਆਪਣੇ ਆਸ ਵਿੱਚ ਜੀ। ਹੁਣ ਜਿਵੇਂ ਦੀਪ ਸਿੱਧੂ ਵੀ ਕਹਿੰਦਾ ਵੀ ਮੈਨੂੰ ਇਹ ਲੱਗਦਾ ਨਹੀਂ ਵੀ ਮੈਂ ਬਿਲੋਂਗ ਕਰਦਾ ਇੱਥੇ, ਮੈਨੂੰ ਇਹ ਫੀਲ ਕਰਾਉਂਦੇ ਰਹਿਣ ਵੀ ਇਹ ਜਿਹੜਾ ਵੀ ਕੋਈ ਰਿਲੀਜਨ ਦੀ ਗੱਲ ਕਰਦਾ, ਫੈਮਿਲੀ ਸੋਸ਼ਲ ਵੈਲਿਊ ਦੀ ਗੱਲ ਕਰਦਾ, ਉਹ ਚਾਹੇ ਬੀਬੀ ਜਗੀਰ ਕੌਰ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਖਾ ਪਚੇਤਾ ਹੋਣ, ਦੇ ਡੋਂਟ ਫੀਲ ਲਾਈਕ ਇਹ ਫੀਲ ਕਰਾਉਂਦੇ ਦੇ ਡੋਂਟ ਬਿਲੋਂਗ ਟੂ ਦਿਸ ਪਲੈਨਟ ਰਾਈਟ। ਵੀ ਇਹ ਕੀ ਇਹ ਪ੍ਰੋਬਲਮ ਹੈਗੀ ਸਾਡੇ ਵੀ ਅਸੀਂ ਇਹ ਵੀ ਜਾਂ ਅਸੀਂ ਜਿਵੇਂ ਆਪਣੇ ਮੀਡੀਆ ਵੀ ਮੇਰਾ ਖਿਆਲ 99% ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਘੱਲਦੇ ਹੈਗੇ ਆ ਆਈਲੈਟ ਕਰੋ ਜੀ ਆ ਫਲਾਨਾ ਕਰੋ ਜੀ, ਉਹਨਾਂ ਦੇ ਸਿਰਾਂ ਦੇ ਜਿਹੜਾ ਸਾਰਾ ਮੀਡੀਆ ਮੇਰਾ ਖਿਆਲ ਚੱਲਦਾ, ਫਿਰ ਉਹਨਾਂ ਦੀ ਗੱਲ ਕਰਨੀ ਵੈਸਟਰਨ ਆਈਡੀਓਲੋਜੀ ਵੀ ਇਹ ਪ੍ਰੋਬਲਮ ਹੈ ਜਾਂ ਆਪਣੇ ਵਾਸਤੇ ਇਹ ਸਲੂਸ਼ਨ ਹੈ। ਥੈਂਕ ਯੂ ਅਲੀ, ਸੱਚੀ ਪੁੱਛੋ ਜੀ ਮੈਨੂੰ ਤਾਂ ਇਹ ਨਹੀਂ ਸਮਝ ਲੱਗਿਆ ਵੀ ਜਪਾਨ ਹੋ ਗਿਆ, ਖਾਪ ਪੰਚਾਇਤਾਂ ਹੋ ਗਈਆਂ, ਬੀਬੀ ਜਗੀਰ ਕੌਰ ਹੋ ਗਈ, ਇਹਦੇ ਵਿੱਚ ਤੁਸੀਂ ਕਹਿਣਾ ਕੀ ਜਿਹੜਾ ਜੀ ਚਾਹੁੰਦੇ ਹੋ? ਨਦੀ ਕਿਨਾਰੇ ਬੁਲਬੁਲ ਬੈਠੀ ਹਾਂਜੀ, ਨਦੀ ਕਿਨਾਰੇ ਨਦੀ ਕਿਨਾਰੇ ਕਹਿੰਦਾ ਝੋਟਾ ਚੁੱਕਦਾ ਮੈਂ ਸਮਝਿਆ ਮਰਗਾਬੀ, ਉਹ ਇਹ ਇਹੋ ਜਿਹਾ ਤੁਹਾਡਾ ਜਿਹੜਾ ਜੀ ਉਹ ਸਵਾਲ ਹੈ। ਜਪਾਨ ਦੇ ਬਾਰੇ ਪੁੱਛਣਾ ਚਾਹੁੰਦੇ ਹੋ, ਕਮਿਊਨਿਜ਼ਮ ਦੇ ਬਾਰੇ ਚ ਪੁੱਛਣਾ ਚਾਹੁੰਦੇ ਹੋ, ਬੀਬੀ ਜਗੀਰ ਕੌਰ ਦੇ ਬਾਰੇ ਚ ਪੁੱਛਣਾ ਚਾਹੁੰਦੇ ਹੋ, ਆਈਲੈਟਸ ਦੇ ਬਾਰੇ ਚ ਪੁੱਛਣਾ ਚਾਹੁੰਦੇ ਹੋ, ਜਿਹੜਾ 99% ਮੀਡੀਆ ਉਹ ਕੀ ਕਰ ਰਿਹਾ ਉਹਦੇ ਬਾਰੇ ਪੁੱਛਣਾ ਚਾਹੁੰਦੇ ਹੋ, ਸਵਾਲ ਹੀ ਉਹ ਜਿਹੜਾ ਮੈਨੂੰ ਤਾਂ ਸਮਝ ਨਹੀਂ ਲੱਗੀ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਖੁਦਕੁਸ਼ੀਆਂ ਦੇ ਬਾਰੇ ਦੇ ਵਿੱਚ, ਤੁਸੀਂ ਜਸਟੀਫਾਈ ਕਰ ਰਹੇ ਹੋ ਖੁਦਕੁਸ਼ੀਆਂ ਨੂੰ, ਕੀ ਇਹ ਪੁੱਛਣਾ ਚਾਹੁੰਦੇ ਹੋ ਕਿ ਖੁਦਕੁਸ਼ੀਆਂ ਜਪਾਨ ਤੋਂ ਸ਼ੁਰੂ ਹੋਈਆਂ ਨੇ, ਇਹ ਸ਼ਾਇਦ ਜਿਹੜਾ ਵੀ ਉਹ ਕਹਿਣਾ ਚਾਹੁੰਦੇ ਹੋ? ਮੈਨੂੰ ਨੀ ਵੈਸੇ ਪਹਿਲੀ ਮੈਨੂੰ ਬਿਲਕੁਲ ਵੀ ਸਮਝ ਨਹੀਂ ਲੱਗੀ ਕੀ ਪੁੱਛਣਾ। ਕਈ ਵਾਰੀ ਆਪ ਨੂੰ ਵੀ ਨਹੀਂ ਪਤਾ ਹੁੰਦਾ। ਸਰਬਜੀਤ ਸਿੰਘ ਜੀ ਹੈਲੋ, ਹਾਂਜੀ ਪੰਨੂ ਭਾਈ ਸਤਿ ਸ਼੍ਰੀ ਅਕਾਲ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਇਹ ਕਾਲ ਹੋਣਾ ਦਾ ਉਹ ਹਾਲ ਆ ਕਿ ਲਈ ਹੁੰਦੀ ਟਿਕਟ ਬੱਸ ਦੀ ਤਾਂ ਚੜੀ ਫਿਰਦੇ ਹੁੰਦੇ ਟ੍ਰੇਨ ਦੀ, ਹਾਂ ਵੀ ਪਤਾ ਲੱਗ ਜਾਂਦਾ ਕਿ ਲੈ ਵੀ ਬੱਸ ਜਾ ਰਹੀ ਆ ਮੇਰੇ ਪਿੰਡ ਨੂੰ ਜਾਣੀ, ਉਹ ਹਾਲ ਆ। ਸੋ ਇਹ ਤਾਂ ਹੋ ਗਿਆ ਕਾਲ ਸਾਹਿਬ ਹੋਣਾ ਦਾ। ਤੇ ਦੂਜੀ ਗੱਲ ਇਹ ਆ ਪੰਨੂ ਸਾਹਿਬ ਕਿ ਇੰਡੀਆ ਦੇ ਲੋਕਾਂ ਨੂੰ ਇੰਨੀ ਸਮਝ ਨੋਟਬੰਦੀ ਹੋਈ ਆ, ਉਹਨਾਂ ਤੇ ਵੀ ਇਹ ਬੀਜੇਪੀ ਕਹਿ ਰਹੀ ਆ ਕਿ ਸਮਝ ਨਹੀਂ ਲੱਗੀ ਲੋਕਾਂ ਨੂੰ, ਅਸੀਂ ਸਮਝਾਵਾਂਗੇ। ਫਿਰ ਐਨ ਆਰ ਐਸ ਸੀ ਦਾ ਹੋਇਆ ਮੁੱਦਾ, ਉੱਥੇ ਵੀ ਕਹਿੰਦੇ ਆ ਕਿ ਲੋਕ ਸਮਝ ਨਹੀਂ ਪਾਏ, ਅਸੀਂ ਇਹਨਾਂ ਨੂੰ ਸਮਝਾਵਾਂਗੇ। ਆ ਹੁਣ ਜਿਹੜਾ ਕਿਸਾਨਾਂ ਦਾ ਮੁੱਦਾ ਆ, ਇਹਦੇ ਉੱਤੇ ਵੀ ਕਹਿ ਰਹੇ ਆ ਕਿ ਹਾਂਜੀ ਕਿਸਾਨ ਸਮਝ ਨਹੀਂ ਪਾਏ, ਅਸੀਂ ਸਮਝਾਵੇ। ਇਕੱਲੇ ਇਹ ਬੀਜੇਪੀ ਹੀ ਸਮਝਦਾ ਰਿਹਾ ਤੇ ਬਾਕੀ ਦੇ ਸਾਰੇ ਇੱਥੇ ਇੰਡੀਆ ਦੇ ਵਿੱਚ ਮੂਰਖ ਹੀ ਘੁੰਮਦੇ ਆ? ਇੱਕ ਇਹਦੇ ਬਾਰੇ ਜਵਾਬ ਦੇ। ਦੂਜਾ ਦੇ ਕਿ ਜਿਹੜੇ ਆਪਣੇ ਇਹ ਬੀਜੇਪੀ ਹੁਣ ਕਹਿ ਰਹੀ ਆ ਕਿ ਹਾਂ ਵੀ ਅਸੀਂ ਵਿਧਾਨ ਸਭਾ ਦਾ ਸੈਕਸ਼ਨ ਨਹੀਂ ਸੱਦਣਾ ਹੈਗਾ, ਨਹੀਂ ਗੱਲਬਾਤ ਕਰਨੀ, ਤੇ ਜਿਹੜੇ ਇਹ ਆਪਣੀਆਂ ਰੈਲੀਆਂ ਕਰਦੇ ਫਿਰਦੇ, ਨਾ ਇਹਨਾਂ ਨੇ ਮਾਸਕ ਪਾਏ ਉੱਥੇ, ਇੰਨੀਆਂ ਰੈਲੀਆਂ ਕਰਦੇ ਫਿਰਦੇ, ਇਹ ਫਿਰ ਪੰਨੂ ਸਾਹਿਬ ਉਹਨਾਂ ਦੇ ਵਿੱਚ ਕਿਹੜੇ ਹਿਸਾਬ ਦੇ ਨਾਲ ਇਹ ਫਿਰ ਰੈਲੀਆਂ ਕਰਦੇ ਫਿਰਦੇ? ਇੱਕ ਇਹਦੇ ਬਾਰੇ ਜ਼ਰੂਰ ਜਵਾਬ ਦੇ ਸਾਰਿਆਂ ਨਾਲ। ਥੈਂਕ ਯੂ। ਦੇਖੋ ਜਿਹੜੇ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਉਭਾਰ ਹੈ ਨਾ ਜੀ, ਉਹ ਧਰਮ ਦੀ ਰਾਜਨੀਤੀ ਤੋਂ ਜਿਹੜਾ ਵੀ ਹੋਇਆ, ਉਹਨੂੰ ਸੌਖਾ ਜਿਹਾ ਜਿਹੜਾ ਇਹ ਲੱਗਦਾ ਹੈ ਕਿ ਉਹ ਜਿਹੜੇ ਧਾਰਮਿਕ ਸੈਂਟੀਮੈਂਟ ਨੇ ਉਹਨੂੰ ਉਭਾਰ ਕੇ ਜਿਹੜਾ ਵੀ ਉਹ ਜਿੱਤੀ ਆ, ਔਰ ਇਹ ਸਹੀ ਵੀ ਆ। ਜਿਵੇਂ ਅੱਜ ਕੱਲ੍ਹ ਲਫ਼ਜ਼ ਜਿਹੜਾ ਤੁਸੀਂ ਉਹ ਭਗਤ ਸੁਣਿਆ ਹੋਣਾ, ਭਗਤਾਂ ਦੀ ਗਿਣਤੀ ਬਹੁਤਾ, ਉਹ IT ਸੈੱਲ ਹੈ ਵੈਸੇ ਜਿਹੜਾ ਬਹੁਤਾ, ਜਿਹੜਾ ਜਿਹਦੇ ਵਿੱਚ ਇੰਨਾ ਕੁ ਮਜ਼ਬੂਤ ਕਰ ਲਿਆ ਇਹਨਾਂ ਨੇ ਉਹ, ਕਿ ਮਤਲਬ ਕਿ ਇਸ ਇੱਕ ਕਿਸਮ ਦੇ ਨਾਲ ਇਹ ਕਹਿੰਦੇ ਜੋ ਅਸੀਂ ਕਰ ਰਹੇ ਹਾਂ ਉਹ ਸਹੀ ਹੈ, ਤੇ ਉਹਨੂੰ ਸਹੀ ਠਹਿਰਾਉਣ ਦੇ ਵਾਸਤੇ ਫਿਰ ਇੱਕ ਸਿਸਟਮ ਹੈ। ਜਿਵੇਂ ਇੱਕ ਪੁਰਾਣੀ ਕਹਾਣੀ ਹੁੰਦੀ ਸੀ ਚੌਥੀ ਪੰਜਵੀਂ ਦੇ ਵਿੱਚ ਵੀ, ਕੋਈ ਬੰਦਾ ਆਪਣੇ ਮੋਢਿਆਂ ਦੇ ਉੱਤੇ ਇੱਕ ਪਠੋਰਾ ਚੁੱਕੀ ਜਾਂਦਾ ਸੀਗਾ ਬੱਕਰੀ ਦਾ, ਤੇ ਜਿਹੜੇ ਠੱਗ ਸੀ ਉਹਨਾਂ ਨੇ ਇਹ ਸੋਚਿਆ ਵੀ ਇਹ ਹੁਣ ਪਠੋਰਾ ਖੋਣਾ ਕਿਵੇਂ ਆ, ਤੇ ਉਹ ਇੱਕ ਇੱਕ ਕਰਕੇ ਠੱਗ ਜਿਹੜਾ ਜੀ ਮੂਹਰੇ ਆਈ ਜਾਂਦਾ ਸੀ ਵੀ ਇਹ ਕੁੱਤੇ ਦਾ ਬੱਚਾ ਕਿੱਥੇ ਚੁੱਕੀ ਜਾਂਦਾ, ਉਹ ਕੁੱਤੇ ਦਾ ਬੱਚਾ, ਕੁੱਤੇ ਦਾ ਬੱਚਾ ਕਹਿ ਕਹਿ ਕੇ ਉਸ ਬੰਦੇ ਨੂੰ ਇਹ ਹੋ ਗਿਆ ਕਿ ਵੀ ਵਾਕਿਆ ਹੀ ਮੈਂ ਕੁੱਤੇ ਦਾ ਬੱਚਾ ਚੁੱਕਿਆ, ਉਹ ਸੁੱਟ ਕੇ ਭੱਜ ਗਿਆ ਸੀ ਉਹ ਠੱਗਾਂ ਨੇ, ਫਿਰ ਉਹ ਜਿਹੜਾ ਪਠੋਰਾ ਚੁੱਕ ਲਿਆ। ਜਦੋਂ IT ਵਿੰਗ ਹੋ ਗਏ ਉਹ ਉਹੀ ਗੱਲ ਕਰੀ ਜਾ ਰਹੇ ਆ ਵੀ ਆਹ ਠੀਕ ਹੈ, ਆਹ ਠੀਕ ਹੈ, ਆਹ ਠੀਕ ਹੈ, ਉਹਦੇ 'ਚ ਜਾਂ ਤਾਂ ਲੋਕ ਸਿਰ ਖਪਾ ਕੇ ਬੋਲਣੋਂ ਹਟ ਗਏ ਵੀ ਇੱਥੇ ਕਿਹੜਾ ਕੋਈ ਅਸਰ ਹੋਣਾ, ਰਹਿਣ ਦਿਓ, ਜਾਂ ਜਿਹੜੇ ਉਹ ਚੁੱਪ ਕਰਵਾ ਲਏ ਗਏ ਕਿਸੇ ਨਾ ਕਿਸੇ ਰੂਪ ਦੇ ਵਿੱਚ, ਜਿਹੜੇ ਸੀ ਉਹ ਚੁੱਪ ਕਰਵਾ ਲਏ ਗਏ, ਤਾਂ ਕਰਕੇ ਉਹ ਜਿਹੜਾ ਵਹਿਮ ਹੋ ਗਿਆ ਉਹਨਾਂ ਨੂੰ ਕਿ ਅਸੀਂ ਜੋ ਕਹਿ ਰਹੇ ਹਾਂ ਉਹ ਸਹੀ ਆ, ਬਾਕੀ ਹੋਰ ਕਿਸੇ ਨੂੰ ਕੁਛ ਨਹੀਂ ਪਤਾ ਕਿ ਨੋਟਬੰਦੀ ਦੇ ਕਿੰਨੇ ਫਾਇਦੇ ਨੇ, ਉਹ ਫਾਇਦਾ ਕਿਹਨੂੰ ਹੋਇਆ ਇਹ ਵੀ ਸਭ ਨੂੰ ਜਿਹੜਾ ਉਹ ਪਤਾ। ਮੌਜੂਦਾ ਜਿਹੜੇ ਆ ਕਾਨੂੰਨ ਲਿਆਂਦੇ ਗਏ ਆ ਇਹ ਕਿਹਨੂੰ ਸਾਹਮਣੇ ਰੱਖ ਕੇ ਲਿਆਂਦੇ ਗਏ ਆ? ਇਹ ਬਿਨਾਂ ਕਿਸੇ ਸ਼ੱਕ ਦੇ ਜਿਹੜੇ ਕਾਰਪੋਰੇਟ ਅਦਾਰੇ ਨੇ ਦੋ, ਉਹਨਾਂ ਨੂੰ ਸਾਹਮਣੇ ਲੈ ਕੇ ਲਿਆਂਦੇ ਗਏ ਆ, ਉਹਨਾਂ ਦਾ ਕਬਜ਼ਾ ਜਿਹੜਾ ਉਹ ਕਰਵਾਉਣਾ ਉਹਦੇ ਉੱਤੇ, ਸਮਝ ਤਾਂ ਹੈਗੀ ਆ ਜੀ, ਪਰ ਉਹ ਇਹ ਕਹਿ ਰਹੇ ਆ ਕਿ ਲੋਕਾਂ ਨੂੰ ਜਿਹੜੀ ਆ ਉਹ ਸਮਝ ਨਹੀਂ ਆ ਰਹੀ ਜੀ।
ਇਹ ਐਕਚੁਅਲੀ ਇਹ ਕੀ ਆ ਕਿ ਪ੍ਰਚਾਰ ਹੈ ਇੱਕ ਉਹਨਾਂ ਦੇ ਕੋਲੇ ਪ੍ਰਚਾਰ ਦੇ ਸਾਧਨ ਇਸ ਵੇਲੇ ਬਹੁਤ ਸਟਰੋਂਗ ਨੇ ਇਹ ਤਾਂ ਜਿਹੜੀ ਵੱਡੀ ਗਿਣਤੀ ਦੇ ਵਿੱਚ ਨੌਜਵਾਨੀ ਵਿਦੇਸ਼ਾਂ ਦੇ ਵਿੱਚ ਪੜ੍ਹਨ ਗਈ ਆ ਉਹ ਹੋ ਗਏ ਜਾਂ ਇੱਥੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਇਹ ਅਵੇਅਰਨੈਸ ਆ ਗਈ ਕਿ ਉਹ ਘੱਟੋ ਘੱਟ ਦੇਖੋ ਜਿੱਤ ਹਾਰ ਤਾਂ ਨਹੀਂ ਇਹਦੇ ਵਿੱਚ ਹੁੰਦੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪ੍ਰਚਾਰ ਹੁੰਦਾ ਪਰ ਉਹ ਮੁਕਾਬਲਾ ਕਰਨ ਜੋਗੇ ਹੋ ਗਏ ਟਵਿੱਟਰ ਦੇ ਉੱਤੇ ਜਿਹੜਾ ਰੋਜ਼ ਜਿਹੜਾ ਹੈਸ਼ਟੈਗ ਹੈ ਉਹ ਲਗਭਗ ਜਿਹੜਾ ਟ੍ਰੈਂਡ ਕਰਦਾ ਡੇਲੀ ਟੌਪ ਦੇ ਵਿੱਚ ਟ੍ਰੈਂਡ ਕਰਦਾ ਟੌਪ ਦੇ ਉੱਤੇ ਟ੍ਰੈਂਡ ਨਹੀਂ ਕਰਦਾ ਤੇ ਪਹਿਲੇ ਤਿੰਨਾਂ ਚੌਹਾਂ ਦੇ ਵਿੱਚ ਜਿਹੜਾ ਜੀ ਉਹ ਟ੍ਰੈਂਡ ਜ਼ਰੂਰ ਕਰਦਾ ਇਹ ਠੀਕ ਹੈ ਕਿ ਜਿਹੜੇ ਇਹਨਾਂ ਦਾ ਆਈ ਟੀ ਵਿੰਗ ਹੈ ਉਹਦੇ 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 ਬਰਾਬਰ ਦਾ ਨਾ ਹੋਵੇ ਪਰ ਉਹ ਘੱਟ ਉਹਦਾ ਮੁਕਾਬਲਾ ਕਰਨ ਜੋਗਾ ਜਿਹੜਾ ਜੀ ਇਹ ਜ਼ਰੂਰ ਹੋ ਗਿਆ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਪੇਜ ਆਏ ਕਿਤੇ ਨਾ ਕਿਤੇ ਤਾਂ ਇਹ ਗੱਲ ਆਊਗੀ ਨਾ ਵੀ ਉਹ ਬੰਦ ਕਿਉਂ ਹੋਇਆ ਸੀ ਪੇਜ ਇਸ ਕਰਕੇ ਬੰਦ ਹੋਇਆ ਕਿ ਇੱਕ ਨਾ ਉਹਦੇ ਉੱਤੇ ਇੰਨੀ ਜ਼ਿਆਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਇੰਨੀਆਂ ਜ਼ਿਆਦੀਆਂ ਲਾਈਕਸ ਉਹਦੇ ਉੱਤੇ ਹੋ ਗਈਆਂ ਕਿ ਉਹਨੂੰ ਵੀ ਵਕਤ ਪੈ ਗਿਆ ਕਿ ਇਹ ਕੀ ਜਿਹੜਾ ਜੀ ਹੋ ਗਿਆ ਤੋ ਇਸ ਕਰਕੇ ਇਹ ਇਹ ਮੁਕਾਬਲੇ ਦਾ ਯੁੱਗ ਹੈ ਜੀ ਇਹ ਤੁਹਾਨੂੰ ਹਰ ਜਗ੍ਹਾ ਦੇ ਉੱਤੇ ਹਰ ਪਲੈਟਫਾਰਮ ਦੇ ਉੱਤੇ ਲੜਾਈ ਲੜਨੀ ਪਊਗੀ ਚਾਹੇ ਉਹ ਟਵਿੱਟਰ ਵਾਲਾ ਪਲੈਟਫਾਰਮ ਹੋਵੇ ਚਾਹੇ ਉਹ ਫੇਸਬੁੱਕ ਵਾਲਾ ਪਲੈਟਫਾਰਮ ਹੋਵੇ ਚਾਹੇ ਉਹ ਰੇਡੀਓ ਸਟੇਸ਼ਨ ਇਸ ਤਰ੍ਹਾਂ ਦੇ ਹੈ ਤੁਹਾਨੂੰ ਜਿਹੜੇ ਜਵਾਬ ਦੇ ਰਹੇ ਆ ਉਹਨਾਂ ਦਾ ਜਵਾਬ ਤੁਹਾਨੂੰ ਦੇਣਾ ਪਊਗਾ ਜੀ ਹਾਂ ਉਹਨਾਂ ਦੀ ਉਹਨਾਂ ਵਰਗੀ ਭਾਸ਼ਾ 'ਚ ਨਹੀਂ ਅਸੀਂ ਆਪਣੀ ਭਾਸ਼ਾ ਦੀ ਜਿਹੜੀ ਮਰਿਆਦਾ ਉਹਨੂੰ ਰੱਖਦਿਆਂ ਹੋਇਆ ਜਿਵੇਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੁਕਾਬਲਾ ਜਿਹੜਾ ਜੀ ਉਹ ਕੀਤਾ ਉਹਨਾਂ ਨੇ ਉਹਨਾਂ ਦੀ ਭਾਸ਼ਾ 'ਚ ਮੁਕਾਬਲਾ ਤਾਂ ਨਹੀਂ ਕੀਤਾ ਉਹਨਾਂ ਨੇ ਤਰਕ ਦੇ ਉੱਤੇ ਆਧਾਰਿਤ ਜਿਹੜਾ ਜੀ ਉਹ ਮੁਕਾਬਲਾ ਕੀਤਾ ਔਰ ਤਰਕ ਦੇ ਉੱਤੇ ਉਹਨਾਂ ਨੇ ਲੜਾਈ ਵੱਡੇ ਪੱਧਰ ਦੇ ਉੱਤੇ ਤੁਸੀਂ ਕਹੋ ਕਿ ਜਿੱਤੀ ਆ ਜਿੱਤ ਕੇ ਜਿਹੜਾ ਜੀ ਉਹ ਵਿਖਾਈ ਆ ਅੱਜ ਜਿਹੜਾ ਜੀ ਜਵਾਬ ਰਹਿਤ ਸਰਕਾਰ ਹੈ ਜਥੇਬੰਦੀਆਂ ਨਹੀਂ ਇਸ ਤਰੀਕੇ ਦੇ ਨਾਲ ਸਾਰਿਆਂ ਨੂੰ ਜਿਹੜਾ ਜੀ ਉਹ ਅਵੇਅਰ ਹੋ ਕੇ ਇਹ ਮੁਕਾਬਲੇ ਜਿਹੜੇ ਆ ਉਹ ਕਰਨੇ ਪੈਣਗੇ ਹਰ ਪਲੈਟਫਾਰਮ ਤੋਂ ਔਰ ਇਹ ਇਹ ਪਲੈਟਫਾਰਮਾਂ ਦੀ ਵਜ੍ਹਾ ਕਰਕੇ ਆ ਕਿ ਇਹ ਜਿਹੜਾ ਸੰਘਰਸ਼ ਹੈ ਇਹਦਾ ਚਰਚਾ ਅੱਜ ਤੁਸੀਂ ਕੋਈ ਇੰਟਰਨੈਸ਼ਨਲ ਚੈਨਲ ਵੱਡਾ ਲਾ ਲਓ ਜੇ ਉਹਦੇ ਵਿੱਚ ਖ਼ਬਰ ਨਹੀਂ ਆ ਰਹੀ ਤੇ ਹੇਠਾਂ ਜਿਹੜੀ ਪੱਟੀ ਚੱਲਦੀ ਆ ਉਹਦੇ ਵਿੱਚ ਇਸ ਸੰਘਰਸ਼ ਦਾ ਜ਼ਿਕਰ ਜਿਹੜਾ ਜੀ ਉਹ ਜ਼ਰੂਰ ਹੋਊਗਾ ਤੋ ਇਸ ਕਰਕੇ ਘਬਰਾਉਣ ਦੀ ਵੀ ਜਿਹੜਾ ਉਹ ਜ਼ਰੂਰਤ ਨਹੀਂ ਗੀ ਹਾਂ ਇੰਨਾ ਆ ਕਿ ਪਹਿਲਾਂ ਪਿਛਲੇ ਇਹ 6 ਸਾਲਾਂ ਦੇ ਵਿੱਚ 6.5 ਸਾਲਾਂ ਦੇ ਵਿੱਚ ਚਾਹੇ ਉਹ ਨੋਟਬੰਦੀ ਆ ਦੇਖੋ ਉਦੋਂ ਵੀ ਲੋਕ ਯੂਨਾਈਟ ਨਹੀਂ ਹੋ ਸਕੇ ਚਾਹੇ ਉਹ ਜਿਹੜੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ CAA ਯੂਨਾਈਟ ਤਾਂ ਉਦੋਂ ਲੋਕ ਹੋ ਗਏ ਇੱਕ ਵਾਰੀ ਹੋ ਗਏ ਪਰ ਉਹਨਾਂ ਨੂੰ ਭੰਡ ਦਿੱਤਾ ਗਿਆ ਇੱਕ ਧਰਮ ਦਾ ਉਹਨੂੰ ਬਣਾ ਦਿੱਤਾ ਗਿਆ ਵੀ ਇਹ ਤਾਂ ਉਹ ਨੇ ਜੀ ਪਾਕਿਸਤਾਨ ਤੋਂ ਫੰਡਿੰਗ ਹੋ ਰਹੀ ਆ ਇਹ ਤਾਂ ਉਹ ਮੁਸਲਿਮ ਨੇ ਇਕੱਲੇ ਇੱਥੇ ਵੀ ਇਹ ਕੋਸ਼ਿਸ਼ਾਂ ਹੋਈਆਂ ਪਰ ਇੱਥੇ ਆਹ ਜਿਹੜੀ ਇੱਕ ਚੀਜ਼ ਸੀ ਨਾ ਇਹ ਵੱਖਰੀ ਆ ਗਈ ਕਿ ਜਿਹੜੇ ਉਹ ਗੱਲ ਕਰਦੇ ਉਹਦਾ ਜਵਾਬ ਦਿੱਤਾ ਜਾਂਦਾ ਉਹ ਚਾਹੇ ਜਵਾਬ ਸੋਸ਼ਲ ਮੀਡੀਆ ਦੇ ਰਾਹੀਂ ਟਵਿੱਟਰ ਦੇ ਰਾਹੀਂ ਆ ਫੇਸਬੁੱਕ ਆ ਜਾਂ ਦੂਜੇ ਜਿਹੜੇ ਸਾਧਨ ਨੇ ਉਹਨਾਂ ਦੇ ਰਾਹੀਂ ਆ ਉਹ ਉਹਨਾਂ ਦੇ ਵੱਲੋਂ ਕੀਤੇ ਗਏ ਹਮਲਿਆਂ ਨੂੰ ਕੱਟਿਆ ਗਿਆ ਜਿਹੜਾ ਕਿ ਜਦੋਂ ਪਹਿਲਾਂ ਜਦੋਂ ਨੋਟਬੰਦੀ ਦੇ ਵਿੱਚ ਹੋਇਆ ਜਾਂ CAA ਦੇ ਸਮੇਂ ਹੋਇਆ ਉਦੋਂ ਇਹ ਕੋਸ਼ਿਸ਼ਾਂ ਜਿਹੜੀਆਂ ਅਜਿਹੀਆਂ ਕੋਸ਼ਿਸ਼ਾਂ ਸੀ ਉਹ ਨਹੀਂ ਕੀਤੀਆਂ ਜਾ ਸਕੀਆਂ ਜੀ ਇਹ ਇਸ ਸੰਘਰਸ਼ ਦੀ ਇੱਕ ਕਿਸਮ ਦੇ ਨਾਲ ਪ੍ਰਾਪਤੀ ਆ ਕਿ ਅਸੀਂ ਜਵਾਬ ਦੇਣ ਜੋਗੇ ਹੋ ਗਏ ਪ੍ਰੋਪਰ ਜਵਾਬ ਦੇਣ ਜੋਗੇ ਹੋ ਗਏ ਜੇ ਘੱਟੋ ਘੱਟ ਬਰਾਬਰ ਤੇ ਆ ਕੇ ਆਈ ਟੀ ਵਿੰਗ ਦੇ ਨਹੀਂ ਖੜਾ ਹੋਏ ਤੇ ਉਹਨਾਂ ਦੇ ਮੂਹਰੇ ਅੜਨ ਜੋਗੇ ਤਾਂ ਖੜੇ ਹੋ ਗਏ ਨਾ ਵੀ ਦੋ ਜਵਾਬ ਹੁਣ ਬਰਾਬਰ ਦੇ ਉੱਤੇ ਅਸੀਂ ਜਿਹੜਾ ਜੀ ਉਹ ਦੇਵਾਂਗੇ ਇਸ ਕਰਕੇ ਪਹਿਲਾਂ ਇਹ ਹੋ ਨਹੀਂ ਸਕਿਆ ਉਹੋ ਹੀ ਜਿਹੜੇ ਪੈਟ ਵਰਡ ਨੇ ਪੈਟ ਡਾਇਲਾਗ ਨੇ ਉਹ ਟੁਕੜੇ ਟੁਕੜੇ ਗੈਂਗ ਪਾਕਿਸਤਾਨੀ ਜਿਹੜਾ ਜੀ ਉੱਥੋਂ ਆ ਰਹੀ ਫੰਡਿੰਗ ਚਾਈਨਾ ਤੋਂ ਆ ਰਹੀ ਫੰਡਿੰਗ ਰਸ਼ੀਆ ਤੋਂ ਆ ਰਹੀ ਫੰਡਿੰਗ ਆਹੀ ਜਿਹੜਾ ਜੀ ਉਹ ਕਰਦੇ ਸੀ ਆਹ ਹੁਣ ਨਵੇਂ ਕੁਛ ਨਾਮ ਜੁੜ ਗਏ ਨਾਲ ਕਿ ਕੈਨੇਡਾ ਤੋਂ ਆ ਰਹੀ ਫੰਡਿੰਗ ਅਮਰੀਕਾ ਤੋਂ ਜਿਹੜੀ ਜੀ ਉਹ ਆ ਰਹੀ ਫੰਡਿੰਗ ਇਹ ਭੁੱਲਦੇ ਆ ਕਿ ਇਹ ਕਿਸਾਨ ਪਰਿਵਾਰਾਂ ਦੇ ਬੱਚੇ ਬਾਹਰ ਬੈਠੇ ਆ ਜੇ ਉਹ ਸਖ਼ਤ ਮਿਹਨਤ ਦੇ ਨਾਲ ਕੁਛ ਕਮਾ ਰਹੇ ਆ ਕੁਛ ਤਿਲ ਆਪਣੇ ਬਾਪੂਆਂ ਨੂੰ ਆਪਣੇ ਦਾਦਿਆਂ ਨੂੰ ਭੇਜ ਰਹੇ ਆ ਇਹਦੇ ਵਿੱਚ ਗਲਤੀ ਜਿਹੜੀ ਦੀ ਉਹ ਕੀ ਆ ਫਿਰ ਗਦਰ ਲਹਿਰ ਤੋਂ ਇਹ ਅਣਜਾਣ ਲੋਕ ਨੇ ਉਹ ਕਿਵੇਂ ਚੱਲੀ ਸੀ ਜਿਹਨੇ ਮੁਲਕ ਆਜ਼ਾਦ ਕਰਾਇਆ ਏਦਾਂ ਹੀ ਚੱਲੀ ਸੀ ਅੱਜ ਜਿਹੜਾ ਸਭ ਤੋਂ ਵੱਡਾ ਡਰ ਹੈ ਨਾ ਜੀ ਉਹ ਵਿਦੇਸ਼ਾਂ ਦੇ ਵਿੱਚ ਬੈਠੇ ਭਾਈਚਾਰੇ ਤੋਂ ਆ ਉਹ ਯੂਨਾਈਟ ਹੈ ਤੇ ਤੁਸੀਂ ਯੂਨਾਈਟ ਰਹਿਣਾ ਜੀ ਅੱਗੇ ਜੁੜੇ ਹੋਏ ਨੇ ਸਤਨਾਮ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਭਾਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੰਨੀ ਜਾਣਕਾਰੀ ਦਿੰਦੇ ਤੇ ਜਿਹੜਾ ਸੰਘਰਸ਼ ਚੱਲ ਬੜੀ ਚੜ੍ਹਦੀਆਂ ਕਲਾ ਚ ਮੇਰਾ ਤਾਂ ਕੁਐਸਚਨ ਇਹ ਹੈ ਵੀ ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਬਾਕੀ ਤਾਂ ਸਾਰੇ ਉੱਥੇ ਪਹੁੰਚੇ ਜਿਹੜੇ ਸਾਡੇ ਇਹ ਮਤਵਾਜੀ ਜਥੇਦਾਰ ਜਾਂ ਨਾਮਵਰ ਜਿਹੜੇ ਕਥਾਵਾਚਕ ਹੋਏ ਪੰਥਪ੍ਰੀਤ ਸਿੰਘ ਰਣਜੀਤ ਸਿੰਘ ਢੰਡਿਆ ਵਾ ਇਹਨਾਂ ਚ ਵੀ ਉੱਥੇ ਪਹੁੰਚਿਆ ਤੇ ਦੂਜਾ ਮੇਰਾ ਸਵਾਲ ਦੇਖੋ ਇੱਦਾਂ ਜੋ ਸੰਘਰਸ਼ ਹੁੰਦੇ ਆ ਤੇ ਹਮੇਸ਼ਾ ਜਿਹੜਾ
ਢਾਡੀ ਜਥਿਆਂ ਦੀ ਬੜੀ ਇਹਨਾਂ 'ਤੇ ਬਹੁਤ ਵੱਡਾ ਰੋਲ ਹੁੰਦਾ ਉਹਨਾਂ ਨੂੰ ਉਤਸ਼ਾਹ ਦੇਣ ਵਾਸਤੇ ਅਤੇ ਸਾਡੇ ਪੰਜਾਬ ਬਹੁਤ ਢਾਡੀ ਨਾਮ ਢਾਡੀ ਉਹਨਾਂ 'ਚ ਕੋਈ ਜਿਸਦੇ ਪਹੁੰਚਿਆ ਭਾਜੀ ਦੱਸਿਓ ਮਰਜ ਕੱਟਿਓ ਨਾ ਭਾਜੀ ਦੇਖੋ ਢਾਡੀ ਜਥੇ ਤਾਂ ਕੁਛ ਜਿਹੜੇ ਪਹੁੰਚੇ ਆ ਜਿਹਨਾਂ ਮਤਵਾਜੀ ਜਥੇਦਾਰਾਂ ਦੇ ਜਾਂ ਦੂਜਿਆਂ ਤੀਜਿਆਂ ਦੇ ਨਾਂ ਤੁਸੀਂ ਲਏ ਆ ਨਹੀਂ ਉਹ ਪੈਸਾ ਹੀ ਇੰਨਾ ਕੁ ਇਕੱਠਾ ਹੋ ਗਿਆ ਜੀ ਉਦੋਂ ਬਰਗਾੜੀ ਮੋਰਚੇ ਦੇ ਸਮੇਂ ਉਹਨੂੰ ਸਾਂਭਣ 'ਤੇ ਬਹੁਤਾ ਸਮਾਂ ਜਿਹੜਾ ਉਹ ਲੱਗ ਰਿਹਾ ਇਸ ਕਰਕੇ ਉਹ ਨਹੀਂ ਬਹੁਤਾ ਪਹੁੰਚੇ ਸੰਘਰਸ਼ ਦੇ ਜਿਹੜੇ ਰੂਪ ਨੇ ਇਹ 'ਚ ਕੋਈ ਸ਼ੱਕ ਨਹੀਂ ਜੀ ਜਿਹੜੇ ਢਾਡੀ ਜਥੇ ਨੇ ਉਹਨਾਂ ਦਾ ਬੜਾ ਵੱਡਾ ਰੋਲ ਹੁੰਦਾ ਸੀ ਛੇਵੇਂ ਪਾਤਸ਼ਾਹ ਨੇ ਜੋਸ਼ ਭਰਨ ਦੇ ਵਾਸਤੇ ਹੀ ਜਿਹੜਾ ਨੀ ਉਹ ਢਾਡੀ ਕਲਾ ਜਿਹੜੀ ਸੀ ਉਹਨੂੰ ਪ੍ਰਮੋਟ ਕੀਤਾ ਸੀਗਾ ਅੱਜ ਢਾਡੀ ਕਲਾ ਤੋਂ ਇਲਾਵਾ ਜਿਹੜੇ ਜੋਸ਼ੀਲੇ ਗੀਤ ਤੇ ਜਿਹੜੇ ਨੁੱਕੜ ਨਾਟਕ ਨੇ ਉਹ ਬਹੁਤ ਵੱਡਾ ਰੋਲ ਉੱਥੇ ਸੰਘਰਸ਼ ਦੇ ਵਿੱਚ ਨਿਭਾ ਰਹੇ ਮੈਂ ਇਹਨੂੰ ਇਹ ਨੀ ਕੰਪੇਅਰ ਨਹੀਂ ਕਰਦਾ ਢਾਡੀ ਕਲਾ ਦੇ ਨਾਲ ਉਹਦੀ ਆਪਣੀ ਇੱਕ ਵਿਲੱਖਣ ਪਹਿਚਾਣ ਜਿਹੜੀ ਜੀ ਉਹ ਹੈਗੀ ਹੈਗੇ ਆ ਪਹੁੰਚੇ ਹੋਏ ਆ ਜੀ ਢਾਡੀ ਵੀ ਕੁਛ ਜਿਹੜੇ ਪਹੁੰਚ ਰਹੇ ਆ ਸਟੇਜਾਂ ਕਈ ਨੇ ਇੱਕ ਇੱਕ ਬਾਰਡਰ ਦੇ ਉੱਤੇ ਕਈ ਕਈ ਸਟੇਜਾਂ ਜਿਹੜੀਆਂ ਜੀ ਉਹ ਲੱਗੀਆਂ ਹੋਈਆਂ ਨੇ ਪਰ ਜਿਹੜੇ ਇਹ ਪ੍ਰਚਾਰਕ ਵਗੈਰਾ ਨੇ ਇਹਨਾਂ ਦੇ ਵਿੱਚੋਂ ਇੱਕ ਨਾਮ ਜਿਹੜਾ ਜ਼ਰੂਰ ਜਿਹੜਾ ਜੀ ਹੈਗਾ ਜਿਹੜੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਨੇ ਭਾਈ ਰਣਜੀਤ ਸਿੰਘ ਹੋਰੀ ਬੋਲ ਕੇ ਆਏ ਆ ਉੱਥੇ ਔਰ ਉਹ ਸਭ ਨੇ ਸੁਣਿਆ ਵੀ ਆ ਬਾਕੀ ਹੋਰ ਨੀ ਕੋਈ ਵੀ ਜਿਹੜਾ ਜੀ ਉਹ ਗਿਆ ਈਵਨ ਮੇਰੀ ਜਾਚੇ ਅਕਾਲ ਤਖ਼ਤ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਕਹਿੰਦੇ ਰਹਿਣਾ ਕਿ ਜ਼ਰੂਰਤ ਪਈ ਤਾਂ ਮੈਂ ਉੱਥੇ ਜਿਹੜਾ ਜੀ ਉਹ ਜਾਊਂਗਾ ਜ਼ਰੂਰਤ ਹੋਰ ਕਦੋਂ ਹੋਣੀ ਆ ਜੀ ਕਿਸ ਟਾਈਮ ਦੇ ਉੱਤੇ ਅਸੀਂ ਮਹਿਸੂਸ ਕਰਾਂਗੇ ਕਿ ਹੁਣ ਜ਼ਰੂਰਤ ਜਿਹੜੀ ਜੀ ਉਹ ਪੈ ਗਈ ਜਾਂ ਉਹਦੇ ਵਾਸਤੇ ਕੋਈ ਖਾਸ ਜਿਹੜਾ ਜੀ ਉਹ ਸਮਾਂ ਹੋਊਗਾ ਖਾਸ ਜਗ੍ਹਾ ਹੋਊਗੀ ਕਿ ਹੁਣ ਜਿਹੜੀ ਇੱਥੋਂ ਜ਼ਰੂਰਤ ਪੈ ਗਈ ਹੁਣ ਪਹੁੰਚਣਾ ਜਿਹੜਾ ਵੀ ਉਹ ਚਾਹੀਦਾ ਸੀਗਾ ਇਹੀ ਚੀਜ਼ਾਂ ਨੇ ਜਿਹੜੀਆਂ ਫਿਰ ਸ਼ੱਕ ਕਿਤੇ ਨਾ ਕਿਤੇ ਜਿਹੜਾ ਉਹ ਪੈਦਾ ਕਰਦੀਆਂ ਨੇ ਕਹਿਣੀ ਤੇ ਕਥਨੀ ਦੇ ਵਿੱਚ ਬਹੁਤਾ ਜਿਹੜਾ ਵੀ ਉਹ ਫਰਕ ਨਹੀਂ ਰਿਹਾ ਜੇ ਭਾਈ ਰਣਜੀਤ ਸਿੰਘ ਵੀ ਉੱਥੇ ਜਾ ਕੇ ਬੋਲ ਸਕਦੇ ਆ ਤੇ ਇਹ ਕਿਉਂ ਨੀ ਜਿਹੜਾ ਵੀ ਉਹ ਬੋਲ ਸਕਦੇ ਮਤਵਾਜੀ ਜਥੇਦਾਰ ਤਾਂ ਉਹ ਹੀ ਪਤਾ ਹੀ ਨੀ ਕਿੱਥੇ ਸੁਸਰੀ ਹੋ ਗਏ ਜੀ ਨਾ ਧਿਆਨ ਸਿੰਘ ਮੰਡ ਲੱਭੇ ਨਾ ਬਲਜੀਤ ਸਿੰਘ ਦਾਦੂਵਾਲ ਜਿਹੜਾ ਜੀ ਲੱਭੇ ਨਾ ਉਹ ਅਜਨਾਲੇ ਹੁਰੀ ਜਿਹੜਾ ਜੀ ਉਹ ਲੱਭੇ ਕੋਈ ਵੀ ਨੀ ਲੱਭਿਆ ਇਹਨਾਂ ਦੇ ਵਿੱਚੋਂ ਬਿਲਕੁਲ ਜੀ ਅੱਗੇ ਸਾਡੇ ਨਾਲ ਜੁੜੇ ਨੇ ਜਸਵੀਰ ਸਿੰਘ ਜੀ ਸੁਪਰੀਮ ਕੋਰਟ ਵੀ ਕਹਿ ਸਕਦੀ ਹਾਂ ਇੱਥੇ ਵੋਟਿੰਗ ਤਾਂ ਹੋਈ ਨੀ ਵੀ ਤੁਸੀਂ ਕਿੱਦਾਂ ਬਿੱਲ ਬਣਾਤਾ ਇਸ ਬਾਰੇ ਦੱਸਿਓ ਜਰੂਰ ਦੇਖੋ ਸੁਪਰੀਮ ਕੋਰਟ ਦੇ ਵਿੱਚ ਜਦੋਂ ਜਿਹੜੀਆਂ ਪਟੀਸ਼ਨਾਂ ਪਈਆਂ ਨੇ ਉਹਦੀ ਸੁਣਵਾਈ ਹੋਊਗੀ ਉਹਨਾਂ ਦੇ ਵਿੱਚ ਇਹ ਚੀਜ਼ਾਂ ਉਦੋਂ ਜਿਹੜੀਆਂ ਹੋਣਗੀਆਂ ਆਈ ਥਿੰਕ ਸੂਓ ਮੋਟੋ ਜਿਹੜਾ ਉਹ ਲੈਣਾ ਚਾਹੀਦਾ ਸੀ ਸੁਪਰੀਮ ਕੋਰਟ ਨੂੰ ਨਹੀਂ ਲਿਆ ਗਿਆ ਕਿਉਂ ਨਹੀਂ ਲਿਆ ਗਿਆ ਉਹ ਸਭ ਨੂੰ ਜਿਹੜਾ ਜੀ ਉਹ ਪਤਾ ਸੈਸ਼ਨ ਸੱਦਣ ਦੇ ਵਾਸਤੇ ਕਰੋਨਾ ਪਰ ਪੱਛਮੀ ਬੰਗਾਲ ਦੇ ਵਿੱਚ ਜਿਹੜੇ ਗ੍ਰਹਿ ਮੰਤਰੀ ਨੇ ਉਹ ਰੈਲੀਆਂ ਕਰ ਰਹੇ ਆ ਥਾਂ ਥਾਂ ਦੇ ਉੱਤੇ ਰੈਲੀਆਂ ਹੋ ਰਹੀਆਂ ਨੇ ਹੈਦਰਾਬਾਦ ਦੇ ਵਿੱਚ ਨਿਗਮ ਦੀਆਂ ਚੋਣਾਂ ਦੇ ਵਿੱਚ ਕੇਂਦਰੀ ਮੰਤਰੀਆਂ ਨੇ ਰੈਲੀਆਂ ਕੀਤੀਆਂ ਨੇ ਅੱਜ ਵੀ ਕੇਂਦਰੀ ਮੰਤਰੀਆਂ ਦੀਆਂ ਡਿਊਟੀਆਂ ਪੱਛਮੀ ਬੰਗਾਲ 'ਚ ਲੱਗ ਗਈਆਂ ਨੇ ਕਿ ਉੱਥੇ ਜਾਓ ਤੇ ਗਰਾਊਂਡ ਦੇ ਉੱਤੇ ਕੰਮ ਕਰੋ ਅਸੀਂ ਪੱਛਮੀ ਬੰਗਾਲ ਜਿੱਤਣਾ ਉੱਥੇ ਕੋਈ ਕਰੋਨਾ ਨਹੀਂ ਕਰੋਨਾ ਸਰਕਾਰੀ ਹੋ ਗਿਆ ਜੀ ਉਹ ਵੀ ਸਰਕਾਰ ਦੀ ਮੰਨਣ ਲੱਗ ਗਿਆ ਮੈਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਜੀ ਹਰਨੇਕ ਸਿੰਘ ਜੀ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹਾਡੇ ਪੱਤਰਕਾਰੀ ਨੂੰ ਸਲਾਮ ਹੈ ਵੈਸੇ ਤੇ ਮੇਰਾ ਇੱਕੋ ਹੀ ਸਵਾਲ ਹੈ ਵੀ ਕਿਹੜੀ ਭਾਜਪਾ ਨੂੰ ਰੋਕਣ ਵਾਸਤੇ ਕਾਂਗਰਸ ਤਾਂ ਉੱਠ ਨਹੀਂ ਸਕਦੀ ਇਹ ਕਿ ਆਪਣੇ ਇਸ ਮੋਰਚੇ ਚੋਂ ਕਿਸਾਨ ਸੰਘਰਸ਼ ਚੋਂ ਕੋਈ ਨਵੀਂ ਪਾਰਟੀ ਇੰਟਰਨੈਸ਼ਨਲ ਉੱਭਰ ਸਕਦੀ ਹੈ ਦੇਖੋ ਬਿਲਕੁਲ ਇਹ ਹੈ ਮੈਂ ਤਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਜਿਹੜਾ ਢਾਂਚਾ ਹੈ ਸਿਆਸੀ ਢਾਂਚਾ ਉਹ ਫਲੋਪ ਹੋ ਗਿਆ ਇੱਕ ਕਿਸਮ ਦੇ ਨਾਲ ਇਹ ਮੰਨਣਾ ਪਊਗਾ ਤੁਹਾਨੂੰ ਫਲੋਪ ਹੋਇਆ ਤੇ ਤਾਂ ਕਰਕੇ ਤੁਸੀਂ ਇਹ ਕਹਿ ਰਹੇ ਹੋ ਨਾ ਫਲੋਪ ਸਾਡੇ ਕੋਲ ਨਹੀਂ ਚੱਲਿਆ ਕਾਰਪੋਰੇਟ ਅਦਾਰੇ ਜਿਹੜੇ ਆ ਉਹ ਇਹਨੂੰ ਲੈ ਲੈਣ ਹੁਣ ਕਾਰਪੋਰੇਟ ਅਦਾਰੇ ਚਲਾ ਲੈਣ ਜਿਹੜੀ ਕੰਪਨੀ ਫਲੋਪ ਹੋ ਜਾਂਦੀ ਹੈ ਸਰਕਾਰੀ ਉਹਨੂੰ ਕਾਰਪੋਰੇਟ ਅਦਾਰੇ ਫਿਰ ਚਲਾਉਣ ਲੱਗ ਜਾਂਦੇ ਕਿਉਂ ਕਿਉਂਕਿ ਕਰਪਸ਼ਨ ਜਿਹੜੀ ਉਹ ਥਾਂ ਥਾਂ ਤੇ ਹੈ ਇਸ ਕਰਕੇ ਉਹਨਾਂ ਨੂੰ ਉਹ ਉਹਨੂੰ ਚਲਾ ਲੈਂਦੇ ਆ ਫਲੋਪ ਹੋਇਆ ਢਾਂਚਾ ਹੁਣ ਕਾਰਪੋਰੇਟ ਅਦਾਰੇ ਜਿਹੜਾ ਜੀ ਉਹ ਚਲਾਉਣਗੇ ਜਿੱਥੋਂ ਤੱਕ ਜਿਹੜੀ ਗੱਲ ਹੈ ਸਿਆਸੀ ਧਿਰ ਦੀ ਖੜੀ ਹੋਣੀ ਚਾਹੀਦੀ ਹੈ ਮੇਰੀ ਜਾਚੇ ਪੰਜਾਬ ਜਿਹੜਾ ਬੀਂਡੀ ਲੱਗਿਆ ਇਸ ਵੇਲੇ ਕਿਸਾਨ ਜਿਹੜਾ ਇਸ ਵੇਲੇ ਬੀਂਡੀ ਲੱਗਿਆ ਕਿਸਾਨ ਨੂੰ ਇਸ ਪਾਸੇ ਵੀ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਆਉਂਦੇ ਸਮੇਂ ਦੇ ਵਿੱਚ ਨਿਭਾਉਣੀ ਪਊਗੀ ਹਾਲਾਂਕਿ ਅਜੇ ਇਹ ਗੱਲ ਕਰਨੀ ਬਹੁਤੀ ਸਿਆਣਪ ਨਹੀਂ ਹੋਊਗੀ ਕਿ ਜਿਹੜੀ ਸਿਆਸੀ ਪਾਰਟੀ ਜਿਹੜੀ ਉਹ ਐਲਾਨ ਦੇਣ ਇਸ ਵੇਲੇ ਤਾਂ ਜਿਹੜਾ ਕਿਸਾਨ ਸੰਘਰਸ਼ ਹੈ ਕਿਸਾਨ ਮੋਰਚਾ ਉਹਦੀ ਸਫਲਤਾ ਜਿਹੜੀ ਉਹ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਆ ਉਸ ਤੋਂ ਬਾਅਦ ਅਗਲੀ ਗੱਲ ਜਿਹੜੀ ਉਹ ਸੋਚੀ ਜਾ ਸਕਦੀ ਹੈ ਕਿਤੇ ਨਾ ਕਿਤੇ ਜਿਹੜੀ ਸੱਤਾਧਾਰੀ ਧਿਰ ਹੈ ਉਹਨੂੰ ਡਰ ਹੀ ਇਸ ਗੱਲ ਦਾ ਜਿਹੜਾ ਵੀ ਉਹ ਲੱਗ ਰਿਹਾ ਵੀ ਜਿਵੇਂ ਜਿੰਨੇ ਸੂਬੇ ਇਕੱਠੇ ਹੋ ਗਏ ਆ
ਉੱਠ ਕੇ ਖੜੇ ਹੋ ਗਏ ਆ। ਜੇ ਕਿਤੇ ਇਹਨਾਂ ਸੂਬਿਆਂ ਦੇ ਵਿੱਚ ਹੀ ਇਹ ਅਨਾਊਂਸਮੈਂਟ ਜਿਹੜੀ ਉਹ ਹੋ ਗਈ, ਜਿੰਨਾ ਲੋਕਾਂ ਦਾ ਸਹਿਯੋਗ ਮਿਲ ਰਿਹਾ ਇਹਨਾਂ ਕਿਸਾਨ ਜਥੇਬੰਦੀਆਂ ਨੂੰ, ਵੀ ਉਹਨਾਂ ਨੇ ਕਾਂਗਰਸ ਵਰਗੀ ਪਾਰਟੀ ਤਾਂ ਖਤਮ ਕਰਤੀ, ਕਾਂਗਰਸ ਤਾਂ ਸੁਸਤਰੀ ਹੋਈ ਬੈਠੀ ਹੈ। ਜਿਹੜੇ ਰਾਸ਼ਟਰਪਤੀ ਨੂੰ ਮਿਲੇ ਸੀਗੇ ਜਿਹੜੇ ਉਹ ਖੱਬੇ ਸੱਜੇ ਵੀ CPI CPM ਵਾਲੇ ਵੀ, ਉਹ ਰਾਸ਼ਟਰਪਤੀ ਨੂੰ ਚਿੱਠੀ ਦੇ ਕੇ ਆ ਕੇ ਮੁੜ ਕੇ ਪਤਾ ਨੀ ਕਿੱਧਰ ਗਏ, ਉਹ ਲੱਭੇ ਨੀ। ਉਹਨਾਂ ਲੋਕਾਂ ਨੂੰ ਵੀ ਆਪਣੇ ਤੌਰ ਤੇ ਇਉਂ ਲੱਗਦਾ ਕਿ ਇਹ ਸਾਰੇ ਫਲੋਪ ਹੋਏ ਢਾਂਚੇ ਦੇ ਵਿੱਚ ਸਾਰੇ ਉਸ ਫਲੋਪ ਢਾਂਚੇ ਦਾ ਇੱਕ ਪਾਰਟ ਜਿਹੜਾ ਉਹ ਬਣ ਗਏ ਆ। ਇਹ ਬਿਲਕੁਲ ਕਿਸੇ ਨਾ ਕਿਸੇ ਨੂੰ ਜ਼ਿੰਮੇਵਾਰੀ ਜਿਹੜੀ ਜੀ ਉਹ ਲੈਣੀ ਪਊਗੀ। ਤੇ ਬਿਨਾਂ ਕਿਸੇ ਸ਼ੱਕ ਦੇ ਇਸ ਵੇਲੇ ਇੱਕ ਬਹੁਤ ਵੱਡੀ ਆਸ ਦੇ ਨਾਲ ਮੁਲਕ ਦੇ ਕਿਸਾਨਾਂ ਵੱਲ ਜਿਹੜਾ ਉਹ ਵੇਖਿਆ ਜਾ ਰਿਹਾ ਕਿ ਇਹ ਅਗਲਾ ਸਟੈਪ ਕੀ ਲੈਂਦੇ। ਮਲਕੀਤ ਸਿੰਘ ਜੀ, ਹਾਂਜੀ ਭੈਣ ਜੀ, ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂ, ਮੇਰਾ ਇੱਕ ਸਵਾਲ ਆਪਾਂ ਨੂੰ ਸਾਹਿਬ, ਇਹ ਡਾਕਟਰ ਮਨਮੋਹਨ ਸਿੰਘ ਨਹੀਂ ਬੋਲ ਰਹੇ, ਇਹ 90 ਦੇ ਦਹਾਕੇ ਦੇ ਵਿੱਚ ਜੋ ਨਰਸਿਮਾ ਰਾਓ ਸੀ ਉਸ ਮਨਮੋਹਨ ਸਿੰਘ ਆਇਆ, ਇਹਦੇ ਬਾਰੇ ਖੱਬੇ ਪੱਖੀ ਤਰ੍ਹਾਂ ਕਹਿੰਦੇ ਹੁੰਦੇ ਸੀ ਵੀ ਡੰਕਾ ਸਮਝੌਤਾ ਗੈਰ ਸਮਝੌਤੇ ਦੇ ਹਿਸਾਬ ਨਾਲ ਇਹ ਨਿੱਜੀਕਰਨ ਕਰ ਰਹੇ ਆ, ਮਜ਼ਦੂਰਾਂ ਮੁਲਾਜ਼ਮਾਂ ਕਿਸਾਨਾਂ ਦਾ ਗਲਾ ਘੁੱਟਣ ਦੀਆਂ ਚਾਲਾਂ ਆ, ਤੇ ਕੀ ਮੋਦੀ ਉਹਨੂੰ ਨੀ ਅੱਗੇ ਵਧਾ ਰਿਹਾ, ਇਸ ਕਰਕੇ ਮਨਮੋਹਨ ਸਿੰਘ ਬੋਲ ਰਹੇ ਡਾਕਟਰ, ਇਹਨਾਂ ਦੀ ਫਸਲ ਇੱਥੇ ਕੋਈ ਆ ਕਹਿਣ ਦਾ ਭਾਵ ਦੱਸਿਓ ਜਰਾ। ਦੇਖੋ ਇਸ ਤਰ੍ਹਾਂ ਹੈ ਕਿ ਸਾਨੂੰ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ ਵੀ ਇਹ ਕਿੱਥੋਂ ਨਿਕਲੀ ਹੋਈ ਸਮੱਸਿਆ ਹੈ। ਇਹ WTO ਦੇ ਵਿੱਚੋਂ ਨਿਕਲੀ ਹੋਈ ਸਮੱਸਿਆ ਹੈ, ਵਰਲਡ ਬੈਂਕ ਜਿਹੜੀ ਦੋ ਟਰਮਾਂ ਦੇ ਵਿੱਚੋਂ ਪਹਿਲੀ ਸਰਕਾਰ ਸੀ ਉਹਦਾ, ਉਹਨਾਂ ਨੇ ਇਹ ਜਿਹੜੀਆਂ WTO ਦੇ ਜਿਹਨਾਂ ਨੂੰ ਇਹ ਸੁਧਾਰ ਕਹਿੰਦੇ ਆ ਉਹਨੂੰ ਏਦਾਂ ਲਾਗੂ ਨਹੀਂ ਹੋਣ ਦਿੱਤਾ ਜੀ, ਔਰ ਜਿਹੜੀ FDI ਸੀ ਉਹ ਵੀ ਰੋਕ ਕੇ ਰੱਖੀ। ਜਿਹੜੀ ਸੈਕਿੰਡ ਟਰਮ ਸੀ ਉਹਦੇ ਵਿੱਚੋਂ ਖੱਬੇ ਸੱਜੇ ਪਾਸੇ ਹੋ ਗਏ, ਡਾਕਟਰ ਮਨਮੋਹਨ ਸਿੰਘ ਜੀ ਆਪਣੇ ਤੌਰ ਤੇ ਲੈ ਗਏ, ਪਰ ਕਾਂਗਰਸ ਫੇਰ ਵੀ ਇਹਨੂੰ ਏਦਾਂ ਲਾਗੂ ਕਰਨ ਤੋਂ ਡਰਦੀ ਰਹੀ। ਲਾਗੂ ਤਾਂ ਕੀਤਾ, ਪਾਲਿਸੀਆਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਗਾ। ਜਿਹੜੀ FDI ਦਾ ਵਿਰੋਧ ਕਰਦੀ ਸੀ ਭਾਰਤੀ ਜਨਤਾ ਪਾਰਟੀ ਉਸ ਵੇਲੇ, ਜਦੋਂ ਉਹ ਸੁਪਰ ਮੈਜੋਰਿਟੀ ਦੇ ਵਿੱਚ ਆਈ ਤੇ ਉਹਨੇ 100% FDI ਜਿਹੜੀ ਸੀ ਉਹ ਖੋਲ ਦਿੱਤੀ ਕਿ ਵੀ ਕੁਛ ਪਰਸੈਂਟ ਦੇ ਉੱਤੇ ਉਹ ਟਿਕੀ ਨਹੀਂ ਜਿਹੜਾ ਜੀ ਉਹ ਰਹਿ ਗਈ। ਮੈਂ ਅੱਗੇ ਵੀ ਜ਼ਿਕਰ ਕੀਤਾ ਸੀਗਾ, ਜੇ ਤੁਸੀਂ ਰਾਜਨਾਥ ਸਿੰਘ ਹੋਰਾਂ ਦੀ ਇੱਕ ਪੁਰਾਣੀ ਵੀਡੀਓ ਘੁੰਮ ਰਹੀ ਆ, ਸੁਸ਼ਮਾ ਸਵਰਾਜ ਹੋਰਾਂ ਦੀ ਵੀਡੀਓ ਘੁੰਮ ਰਹੀ ਆ, ਜੇਤਲੀ ਸਾਹਿਬ, ਸੁਸ਼ਮਾ ਸਵਰਾਜ ਤੇ ਜੇਤਲੀ ਸਾਹਿਬ ਦੁਨੀਆਂ 'ਚ ਹੈ ਨਹੀਂ ਗੇ, ਉਹਨਾਂ ਦੀ ਵੀਡੀਓ ਘੁੰਮ ਰਹੀ ਆ ਜਦੋਂ ਉਹ ਵਿਰੋਧ ਕਰਦੇ ਸੀ। ਕਿਹੜੀਆਂ ਚੀਜ਼ਾਂ ਜਿਹੜੀਆਂ ਮੌਜੂਦਾ ਸਰਕਾਰ ਨੇ ਹੂਬ ਹੂ ਲਾਗੂ ਕੀਤੀਆਂ। ਰਾਜਨਾਥ ਸਿੰਘ ਹੋਰੀ ਅੱਜ ਵੀ ਇਸ ਸਰਕਾਰ ਦਾ ਵੱਡਾ ਪਾਰਟ ਨੇ, ਰੱਖਿਆ ਮੰਤਰੀ ਨੇ, ਉਹ ਉਦੋਂ ਵਿਰੋਧ ਕਰਦੇ ਸੀਗੇ। ਅੱਜ ਕਾਂਗਰਸ ਦੇ ਵਿਰੋਧ ਕਰੇ ਵੀ ਤੇ ਕਿਹੜੇ ਮੂੰਹ ਦੇ ਨਾਲ ਕਰੇ ਜੀ, ਕਾਂਗਰਸ ਹੀ ਤਾਂ ਜਿਹੜਾ ਇਹਨਾਂ ਚੀਜ਼ਾਂ ਨੂੰ ਲੈ ਕੇ ਆਈ ਸੀਗੀ। ਹਾਂ, ਇੰਨਾ ਜ਼ਰੂਰ ਹੈ ਕਿ ਜਿੰਨੀ ਤੇਜ਼ੀ ਦੇ ਨਾਲ ਇਹਨੇ ਲਾਗੂ ਕਰਤੇ ਉਹ ਉਹਦੇ ਤੋਂ ਕਾਂਗਰਸ ਡਰਦੀ ਸੀਗੀ ਵੀ ਇੰਨੀ ਤੇਜ਼ੀ ਦੇ ਨਾਲ ਇਹ ਨਹੀਂ ਜਿਹੜੇ ਹੋ ਸਕਦੇ, ਸਟੈਪ ਬਾਈ ਸਟੈਪ ਤੱਕ ਉਹ ਚੀਜ਼ਾਂ ਜਿਹੜੀਆਂ ਉਹ ਹੋ ਸਕਦੀਆਂ ਨੇ। ਇਹਨਾਂ ਨੇ ਤਾਂ ਤੁਸੀਂ ਕਹਿ ਲਓ ਵੀ ਸਿੱਧਾ ਹੀ ਮੂੰਹ ਹੀ ਜਿਹੜੇ ਉਹ ਖੋਲਤੇ ਨਾ, ਵੀ ਜੋ ਜਿਹਨੇ ਕਰਨਾ ਕਾਰਪੋਰੇਟ ਅਦਾਰਿਆਂ ਨੇ ਉਹ ਕਰ ਲਵੇ, ਸਾਡੇ ਵੱਲੋਂ ਖੁੱਲੀ ਛੁੱਟੀ ਹੈ ਜੀ। ਆਪਣੇ ਲੁਧਿਆਣੇ ਤੋਂ ਹੀ ਜੁੜੇ ਨੇ ਬਲਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਕੱਲ ਤੋਂ ਮਤਲਬ ਇਹ ਪ੍ਰਚਾਰ ਕੀਤਾ ਜਾ ਰਿਹਾ ਸੈਂਟਰਲ ਗੌਰਮੈਂਟ ਵੱਲੋਂ ਵੀ ਪੰਜਾਬ ਦੇ ਵਿੱਚ ਤਾਂ ਜੀ ਕੰਟਰੈਕਟ ਫਾਰਮਿੰਗ ਪਿਛਲੇ 20 ਸਾਲਾਂ ਤੋਂ ਚੱਲ ਰਹੀ ਆ, ਏਅਰਟੈਲ ਵਾਲੇ ਇੱਥੇ ਕੰਟਰੈਕਟ ਫਾਰਮਿੰਗ ਕਰ ਰਹੇ ਆ ਤੇ ਪੈਪਸੀਕੋ ਕੰਪਨੀ ਹੈਗੀ ਆ ਉਹ ਫਾਰਮਿੰਗ ਕਰ ਰਹੀ ਹੈ, ਕੰਟਰੈਕਟ ਫਾਰਮਿੰਗ ਕਰ ਰਹੀ ਆ, ਉਹ ਤਾਂ ਕਿਸੇ ਦੀ ਜ਼ਮੀਨ ਅਜੇ ਤੱਕ ਦੱਬੀ ਨਹੀਂ ਗਈ, ਤੇ ਇਹ ਮਤਲਬ ਨਵਾਂ ਇੱਕ ਭੁਲੇਖਾ ਪਾਇਆ ਜਾ ਰਿਹਾ ਕਿਉਂਕਿ ਉਹ ਤਾਂ ਜਿਹੜੀ ਕੰਟਰੈਕਟ ਫਾਰਮਿੰਗ ਹੈਗੀ ਆ ਉਹ ਮੇਰੇ ਖਿਆਲ 'ਚ ਵੀ ਇਹ ਕਾਨੂੰਨ ਬਣਨ ਤੋਂ ਬਹੁਤ ਪਹਿਲਾਂ ਦੀ ਸ਼ੁਰੂ ਹੋਈ ਆ, ਉਹਦੇ ਵਿੱਚ ਤਾਂ ਇਹ ਕਾਨੂੰਨ ਲਾਗੂ ਹੀ ਨਹੀਂ ਹੁੰਦਾ, ਤੇ ਇਹਦੇ ਬਾਰੇ ਕੋਈ ਦਿਓ ਜੀ ਜਾਣਕਾਰੀ। ਥੈਂਕ ਯੂ ਜੀ। ਤੇ ਨਵਾਂ ਭੁਲੇਖਾ ਪਾਇਆ ਜਾ ਰਿਹਾ ਇਹ। ਥੈਂਕ ਯੂ। ਜਦੋਂ ਜਿਹੜੀ ਇਹ ਪੈਪਸੀਕੋ ਆਈ ਆ ਜਿਹੜੀ ਇੱਥੇ ਚੰਨੋ ਪਟਿਆਲੇ ਦੇ ਕੋਲੇ ਹੈ ਜੀ, ਉੱਥੇ ਉਹ ਬਿਲਕੁਲ ਉਹ ਕੰਟਰੈਕਟ ਫਾਰਮਿੰਗ ਕਰਵਾਉਂਦੇ ਨੇ, ਉਹ ਆਲੂ ਜਿਹੜਾ ਬੀਜਦੇ, ਈਵਨ ਜਿਹੜਾ ਮਿੱਲਾਂ ਨੇ ਇਹ ਉਹਨੂੰ ਵੀ ਉਹਦੇ ਵਿੱਚ ਜੋੜਨਗੇ ਕਿ ਮਿੱਲਾਂ ਵੀ ਕੰਟਰੈਕਟ ਫਾਰਮਿੰਗ ਜਿਹੜਾ ਉਹ ਕਰਵਾਉਂਦੀਆਂ ਨੇ। ਅੱਛਾ, ਇਹਦਾ ਦੂਜਾ ਪਾਰਟ ਹੈ ਜਿਹੜੀਆਂ ਮਿੱਲਾਂ ਦੇ ਅੱਜ ਵੀ ਕਿੰਨੇ ਪੈਸੇ ਜਿਹੜੇ ਆ ਉਹ ਕਿਸਾਨਾਂ ਦੇ ਖੜੇ ਆ, ਜੇ ਤੁਸੀਂ ਉਹਨੂੰ ਹੀ ਲਾ ਲਓ। ਹਾਲਾਂਕਿ ਇਹ ਤੁਹਾਡਾ ਪੁਆਇੰਟ ਬਿਲਕੁਲ ਜਾਇਜ਼ ਹੈ ਕਿ ਜਿਹੜੇ ਮੌਜੂਦਾ ਜਿਹੜੇ ਹੁਣ ਆਏ ਆ ਜਿਹੜੇ ਖੇਤੀ ਕਾਨੂੰਨ, ਉਹਦੇ ਵਿੱਚ ਜੋ ਕੁਛ ਹੈਗਾ ਜੀ, ਜੇ ਤੁਸੀਂ ਆਈ ਐਮ ਵੈਰੀ ਸ਼ੋਰ ਕਿ ਤੁਸੀਂ ਉਹਨੂੰ ਜ਼ਰੂਰ ਜਿਹੜਾ ਵੀ ਉਹ ਪੜਿਆ ਹੋਊਗਾ, ਉਹ ਕਿਸਾਨਾਂ ਦੇ ਤਾਂ ਹੈ ਹੀ ਨਹੀਂ, ਉਹ ਤਾਂ ਸਿਰਫ ਔਰ ਸਿਰਫ ਜਿਹੜੇ ਵੀ ਉਹ ਕਾਰਪੋਰੇਟ ਅਦਾਰਿਆਂ ਦੇ ਆ। ਇੱਥੋਂ ਤੱਕ ਕਿ ਕਿਸਾਨ ਨੂੰ ਅਦਾਲਤ ਦੇ ਵਿੱਚ ਜਾਣ ਤੋਂ ਵੀ ਰੋਕ ਦਿੱਤਾ ਗਿਆ, ਇੱਦੋਂ ਵੀ ਕਾਲੇ ਕਾਨੂੰਨ ਹੋ ਸਕਦੇ ਆ ਜੀ। ਆ ਫਿਲਮਾਂ 'ਚ ਆਪਾਂ ਦੇਖਦੇ ਨਾ, ਉਹ ਕਹਿੰਦੇ ਵੀ ਇਹਨੂੰ ਅਦਾਲਤ 'ਚ ਜਾਣ ਤੋਂ ਰੋਕੋ, ਵੀ ਉਹਨੂੰ ਇਹ ਲੱਗਦਾ ਕਿ ਜੇ ਅਦਾਲਤ ਦੇ ਵਿੱਚ ਇਹ ਚਲੇ ਗਿਆ ਤੇ ਫਿਰ ਉੱਥੇ ਇਹਦੀ ਸੁਣਵਾਈ ਨਾ ਹੋਵੇ। ਕਿਸਾਨ ਨੂੰ ਅਦਾਲਤ ਦੇ ਵਿੱਚ ਜਾਣ ਤੋਂ ਵੀ ਰੋਕ ਦਿੱਤਾ ਗਿਆ,
ਅਖਤਿਆਰ ਕਿਹਨੂੰ ਦਿੱਤਾ ਗਿਆ? ਐਸਡੀਐਮ ਨੂੰ। ਐਸਡੀਐਮ ਕੌਣ ਜਿਹੜਾ ਇਹ ਕਰ ਰਿਹਾ ਕਿ ਟੈਂਟ ਵਾਲਿਆਂ ਨੂੰ ਵੀ ਨੋਟਿਸ ਕੱਢ ਰਿਹਾ ਕਿ ਇਹਨਾਂ ਨੂੰ ਕੋਈ ਟੈਂਟ ਦਾ ਸਮਾਨ ਨਹੀਂ ਦੇਣਾ ਜਿਹੜੇ ਸੰਘਰਸ਼ ਦੇ ਉੱਤੇ ਬੈਠਣ ਵਾਲੇ ਲੋਕ ਨੇ, ਏਦਾਂ ਦਾ ਕੁਛ ਜਿਹੜਾ ਵੀ ਉਹ ਬੰਦ ਕਰ ਦਿੱਤਾ ਜਾਊਗਾ। ਜਿਹੜੀ ਉਹ ਕੰਟਰੈਕਟ ਫਾਰਮਿੰਗ ਹੈ ਉਹਦੇ ਵਿੱਚ ਸਰਕਾਰ ਨਹੀਂ ਕਿਤੇ ਜਿਹੜਾ ਜੀ ਉਹ ਧਿਰ ਹੈਗੀ, ਉਹ ਕੰਪਨੀ ਦੇ ਨਾਲ ਜਿਹੜਾ ਵੀ ਉਹ ਕਰਦੇ ਆ। ਇਹਦੇ ਵਿੱਚ ਸਰਕਾਰ ਧਿਰ ਬਣ ਗਈ ਆ ਉਹਦੇ ਵਿੱਚ ਆ ਕੇ ਸਿੱਧੀ ਡਾਇਰੈਕਟਲੀ। ਇਹਦੇ ਵਿੱਚ ਕਿਸਾਨ ਦੇ ਹੱਕ ਕੰਪਲੀਟਲੀ ਖਤਮ ਕਰ ਦਿੱਤੇ ਗਏ ਆ। ਕੰਪਲੀਟ ਮਤਲਬ ਕਿ ਇੱਥੋਂ ਤੱਕ ਕਿ ਜੇ ਉਹਦੇ ਹੱਕਾਂ ਤੇ ਡਾਕਾ ਵੱਧ ਰਿਹਾ ਉਹਨੂੰ ਅਦਾਲਤ ਦੇ ਵਿੱਚ ਵੀ ਜਾਣ ਦਾ ਕੋਈ ਅਖਤਿਆਰ ਨਹੀਂ ਹੋਊਗਾ ਜੀ। ਤੇ ਇਹੋ ਜਿਹਾ ਤਾਂ ਕੁਛ ਉਸ ਕੰਟਰੈਕਟ ਦੇ ਵਿੱਚ ਨਹੀਂ ਹੈਗਾ। ਹੁਣ ਸਰਕਾਰ ਬਚਣ ਦੇ ਯਤਨਾਂ 'ਚ ਆ ਜੀ। ਦੇਖੋ ਸਰਕਾਰ ਜਿਹੜੀ ਆ ਇਸ ਵੇਲੇ ਉਹ ਜਿਹੜੀ ਡਿਫੈਂਸਿਵ ਮੋਡ ਦੇ ਵਿੱਚ ਹੈ, ਉਹ ਕਿਸੇ ਤਰੀਕੇ ਦੇ ਨਾਲ ਭਰਮ ਭੁਲੇਖਾ ਖੜਾ ਕਰਨਾ ਚਾਹੁੰਦੀ ਆ ਕਿ ਅਸੀਂ ਕੁਛ ਵੀ ਚੇਂਜ ਜਿਹੜਾ ਜੀ ਉਹ ਨਹੀਂ ਕੀਤਾ। ਜੇ ਇਹ ਖੇਤੀ ਕਾਨੂੰਨ ਸਹੀ ਹੋਣ, ਉਹ ਆਪ ਮੰਨ ਰਹੇ ਆ ਕਿ ਨੌ ਤਰਮੀਮਾਂ ਅਸੀਂ ਕਰਨ ਦੇ ਵਾਸਤੇ ਤਿਆਰ ਆ, ਫਿਰ ਤੁਸੀਂ ਨੌ ਤਰਮੀਮਾਂ ਕਿਉਂ ਕਰ ਰਹੇ ਹੋ? ਇਹ ਇਹ ਪਹਿਲੀ ਵਾਰੀ ਹੋ ਰਿਹਾ ਕਿ ਜਿਹੜੇ ਲੋਕ ਕਹਿੰਦੇ ਆ ਸਾਨੂੰ ਫਾਇਦਾ ਨਹੀਂ ਚਾਹੀਦਾ, ਸਰਕਾਰ ਕਹਿੰਦੀ ਅਸੀਂ ਡੰਡੇ ਨਾਲ ਤੁਹਾਨੂੰ ਫਾਇਦਾ ਜਿਹੜਾ ਜੀ ਉਹ ਦੇਣਾ। ਇਹ ਬਿਲਕੁਲ ਭਰਮ ਭੁਲੇਖਾ ਜਿਹੜਾ ਜੀ ਉਹ ਖੜਾ ਕੀਤਾ ਜਾ ਰਿਹਾ। ਜਿਹੜੀ ਪੈਪਸੀਕੋ ਆ ਉਹ ਆਲੂਆਂ ਦੀ ਜਿਹੜਾ ਜੀ ਉਹ ਕਰਵਾਉਂਦੀ ਆ, ਫਾਰਮਿੰਗ ਕਰਵਾਉਂਦੀ ਆ, ਕਿਉਂਕਿ ਚਿਪਸ ਬਣਦੇ ਆ ਜਿਹੜੇ ਇੱਥੇ ਪੰਜਾਬ ਦੇ ਵਿੱਚ, ਜਾਂ ਗੰਨਾ ਮਿੱਲਾਂ ਨੇ ਉਹ ਉਹ ਉਸ ਕੰਟਰੈਕਟ ਖੇਤੀ ਦਾ ਜਿਹੜਾ ਜੀ, ਹਾਲਾਂਕਿ ਗੰਨਾ ਮਿੱਲਾਂ ਵਾਲਾ ਵੀ ਨੁਕਸਾਨ ਜਿਹੜਾ ਜੀ ਉਹ ਹੋ ਰਿਹਾ, ਉਹਦੇ 'ਚ ਉਹ ਪੈਸੇ ਨਹੀਂ ਪੇ ਕਰਦੀਆਂ। ਜੇ ਉਦੋਂ ਪੈਸੇ ਨਹੀਂ ਪੇ ਕਰਦੀਆਂ ਜਦੋਂ ਉਹਨਾਂ ਕੋਲੇ ਅਖਤਿਆਰ ਕੋਈ ਨਹੀਂ ਹੈਗੇ, ਹੁਣ ਤਾਂ ਉਹਨਾਂ ਕੋਲੇ ਅਖਤਿਆਰ ਹੀ ਇੰਨੇ ਕੁ ਹੋ ਜਾਣਗੇ ਕਿ ਉਹ ਜੋ ਕਰਨਗੀਆਂ ਕਿਸਾਨ ਨੂੰ ਉਹ ਮਾਰ ਦੇਣਗੀਆਂ ਜੀ। ਕਿਸਾਨ ਵਿਚਾਰਾ ਕਰੂਗਾ ਕੀ? ਐਸ ਡੀ ਐਮ ਦੇ ਕੋਲੇ ਜਾਊਗਾ? ਐਸ ਡੀ ਐਮ ਦੇ ਕੋਲੇ ਪਾਵਰ ਕੀ ਆ ਜੀ? ਸਿਫਰ ਪਾਵਰ ਹੈ ਉਹਦੇ ਕੋਲੇ, ਕੋਈ ਪਾਵਰ ਨਹੀਂ। ਔਰ ਉਹ ਚੱਲੂਗਾ ਉਹਨਾਂ ਦੇ ਕਹੇ ਦੇ ਉੱਤੇ ਜੀ, ਕੁਛ ਵੀ ਨਹੀਂ। ਇਸ ਲਈ ਤਾਂ ਇਹਨੂੰ ਕਾਲੇ ਕਾਨੂੰਨਾਂ ਦਾ ਜਿਹੜਾ ਨਾਮ ਦਿੱਤਾ ਗਿਆ ਉਹ ਸਹੀ ਦਿੱਤਾ ਗਿਆ। ਮੈਂ ਤਾਂ ਕਹਿੰਦਾ ਬਾਕੀ ਸਾਰਾ ਕੁਛ ਛੱਡ ਦਿਓ ਤੁਸੀਂ, ਆਹ ਇੱਕ ਚੀਜ਼ ਸਰ ਤੁਸੀਂ ਅਦਾਲਤ ਵੀ ਨਹੀਂ ਜਾ ਸਕਦੇ ਜੀ ਆਪਣੇ, ਮਤਲਬ ਕਿ ਤੁਹਾਨੂੰ ਕੁੱਟਣਗੇ ਵੀ ਤੇ ਰੋਣ ਵੀ ਨਹੀਂ ਦੇਣਾ ਜੀ। ਜੀ ਅਖੀਰਲੇ ਕਾਲਰ ਨੇ ਸਾਡੀ ਅਜੈਬ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਬੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਸਵਾਲ ਤੇ ਸਾਰੇ ਜੀ ਸਰੋਤਿਆਂ ਨੇ ਕਰ ਹੀ ਦਿੱਤੇ, ਉਹੀ ਸਵਾਲ ਹੁੰਦੇ ਆ। ਤੇ ਜਿੱਦਾਂ ਦੇਖੋ ਮੋਦੀ ਸਾਹਿਬ ਜਿਹੜਾ ਧਰਮ ਦਾ ਪੱਤਾ ਖੇਡ ਕੇ, ਹਿੰਦੂ ਪੱਤਾ ਖੇਡ ਕੇ ਜਿੱਦਾਂ ਉਹ ਬਣਦੇ ਰਹੇ ਸੀ, ਇਹ ਅੰਦੋਲਨ ਨੇ ਇੱਕ ਤੇ ਉਹ ਬੜੀ ਤਗੜੀ ਸੱਟ ਮਾਰੀ ਹੈ ਜੀ। ਹਿੰਦੂ ਪੱਤਾ ਜਿੱਦਾਂ ਜਾਤ ਵਾਲਾ ਪੱਤਾ ਖੇਡ ਕੇ ਉਹ ਮਤਲਬ ਬਣ ਜਾਂਦਾ ਸੀਗਾ। ਇੱਕ ਤੁਸੀਂ ਵੇਖੋ ਜਿੱਦਾਂ ਇਹ ਜਿਹੜਾ ਅੰਦੋਲਨ ਸਾਰੀਆਂ ਜਾਤਾਂ ਪਾਤਾਂ ਨਾਲ ਜੁੜ ਗਿਆ, ਮਤਲਬ ਇਹ ਕਿਸਾਨਾਂ ਦੀ ਮੰਗ ਜਿਹੜੀ ਇਹਦੇ ਨਾਲ ਹਰ ਇੱਕ ਬੰਦਾ ਜੁੜ ਗਿਆ, ਤੇ ਇਹਨੇ ਸਿੱਖਣ ਨੂੰ ਬੜਾ ਦਿੱਤਾ। ਆਉਣ ਵਾਲੀ ਜਨਰੇਸ਼ਨ ਇਹਦੇ ਕੋਲ ਬਹੁਤ ਕੁਛ, ਇਹ ਤੋਂ ਪਹਿਲਾਂ ਤੁਸੀਂ ਵੇਖੋ ਅਸੀਂ ਵੇਖਿਆ ਉਦੋਂ ਸੰਨ 70 ਤੋਂ 84 ਤੱਕ ਜਿਹੜਾ ਬਾਦਲ ਹੋਣਾ ਨੇ ਜਿਹੜੀਆਂ ਮੰਗਾਂ ਰੱਖੀਆਂ ਸੀ ਨਾ, ਕਿੰਨੇ ਸਾਲ ਲਾ ਤੇ ਉਦੋਂ ਉਹਨਾਂ ਨੇ, ਤੇ ਉਹ ਮੰਗਾਂ ਜੇ ਆਪਾਂ ਪੜ੍ਹ ਕੇ ਵੇਖਦੇ ਹਾਂ ਤੇ ਹੈ ਉਹ ਵੀ ਸਾਰਿਆਂ ਵਾਸਤੇ ਹੀ। ਪਰ ਤੁਸੀਂ ਵੇਖੋ ਉਹ ਇੰਨਿਆਂ ਸਾਲਾਂ ਵਿੱਚ ਸਾਡੇ ਲੀਡਰ ਅਕਾਲੀ ਉਹਨਾਂ ਮੰਗਾਂ ਨੂੰ ਇੱਕ ਸਿੱਖਾਂ ਦਾ ਹੀ ਮੁੱਦਾ ਬਣਾ ਕੇ ਤੇ ਕਿੱਦਾਂ ਉਹ ਮਤਲਬ ਉਹਨਾਂ ਨੇ ਜਿੱਦਾਂ ਰੋਲ ਕੇ ਰੱਖ ਦਿੱਤਾ ਉਦੋਂ। ਪਰ ਇਹ ਲੋਕਾਂ ਨੂੰ ਸਿੱਖਣ ਨੂੰ ਮਿਲ ਗਿਆ ਵੀ ਜਦੋਂ ਕੋਈ ਮੰਗਾਂ ਮੰਨਣੀਆਂ, ਜੇ ਸਾਰੇ ਸਾਰੇ ਲੋਕਾਂ ਦੀਆਂ ਸਾਰੀਆਂ ਜਾਤਾਂ ਪਾਤਾਂ ਦੀਆਂ ਮੰਗਾਂ ਹੋਣਗੀਆਂ ਤੇ ਫੇਰ ਹੀ ਉਹ ਲੋਕ ਅੰਦੋਲਨ ਬਣੂ। ਅੰਦੋਲਨ ਨੇ ਬਹੁਤ ਕੁਝ ਦੇ ਕੇ ਗਿਆ। ਥੈਂਕ ਯੂ। ਕੋਈ ਸ਼ੱਕ ਨਹੀਂ ਜੀ, ਐਕਚੁਲੀ ਦੇਖੋ ਅੱਜ ਆਹ ਪੱਛਮੀ ਬੰਗਾਲ ਦੇ ਵਿੱਚ ਜੋ ਕੁਛ ਹੋਇਆ, ਜਿਹੜੇ ਆਫਿਸਰ ਨੇ ਉੱਥੋਂ ਸੱਦੇ ਗਏ ਸੈਂਟਰ ਨੇ, ਜਬਰੀ ਵੀ ਇੱਥੇ ਆਓ, ਉੱਥੋਂ ਗੱਲ ਤੁਰ ਪਈ ਨਾ ਕਿ ਜਿਹੜੇ ਰਾਜਾਂ ਨੂੰ ਅਧਿਕਾਰ ਨੇ ਉਹ ਤਾਂ ਇੱਥੋਂ ਤੱਕ ਵੀ ਖੋਏ ਜਾ ਰਹੇ ਆ ਕਿ ਤੁਸੀਂ ਆਪਣੇ ਅਫਸਰ ਵੀ ਨਹੀਂ ਜਿਹੜੇ ਵੀ ਉਹ ਰੱਖ ਸਕਦੇ। ਤੇ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਸੀਗਾ ਉਹ ਰਾਜਾਂ ਨੂੰ ਵੱਧ ਅਧਿਕਾਰ ਦੇਣ ਦਾ ਹੀ ਸੀਗਾ, ਗੱਲ ਇਹ ਆ ਪ੍ਰਜੈਂਟ ਜਿਹੜਾ ਜੀ ਉਹ ਕਰਨ ਦੀ। ਬਿਲਕੁਲ, ਮੈਂ ਤਾਂ ਅੱਗੇ ਵੀ ਕਿਹਾ ਸੀਗਾ ਕਿ ਇਹ ਹਾਈਵੇ ਦਾ ਅੰਦੋਲਨ ਹੈ, ਹਾਈਵੇ ਨੂੰ ਕਿਸਾਨਾਂ ਨੇ ਮਾਈਵੇ ਬਣਾ ਦਿੱਤਾ, ਔਰ ਇਸ ਹਾਈਵੇ ਦੇ ਅੰਦੋਲਨ ਦੇ ਵਿੱਚੋਂ ਸੰਘਰਸ਼ ਦੇ ਕਈ ਹੋਰ ਹਾਈਵੇ ਨਿਕਲਣਗੇ ਜਿਹੜੇ ਕਿ ਨਾ ਸਿਰਫ ਇੱਥੇ ਮੁਲਕ ਨੂੰ ਬਲਕਿ ਦੁਨੀਆਂ ਦੇ ਵਿੱਚ ਜਿਹੜੇ ਚੱਲਣ ਵਾਲੇ ਸੰਘਰਸ਼ ਨੇ ਉਹਨਾਂ ਨੂੰ ਵੀ ਇੱਕ ਨਵੀਂ ਜਿਹੜੀ ਆ ਜੀ ਉਹ ਰੂਪ ਰੇਖਾ ਦੇਣਗੇ ਕਿ ਇਸ ਤਰੀਕੇ ਦੇ ਨਾਲ ਚੱਲਿਆ ਜਾਵੇ ਤੇ ਤੁਸੀਂ ਆਪਣੀ ਆਵਾਜ਼ ਜਿਹੜੀ ਉਹ ਬੁਲੰਦ ਕਰ ਸਕਦੇ ਹੋ ਬਿਨਾਂ ਕਿਸੇ ਜਿਹੜਾ ਦੀ ਉਹ ਸ਼ੱਕ ਦੇ। ਇਹਨੇ ਬਹੁਤ ਕੁਛ ਸਿੱਖਣ ਨੂੰ ਜਿਹੜਾ ਉਹ ਦਿੱਤਾ, ਰੋਜ਼ ਨਵਾਂ ਕੁਛ ਉਹਦੇ ਵਿੱਚੋਂ ਜਿਹੜਾ ਦੀ ਉਹ ਸਿੱਖਣ ਨੂੰ ਮਿਲ ਰਿਹਾ ਕਿ ਇਸ ਤਰੀਕੇ ਦੇ ਨਾਲ ਵੀ ਚੱਲਿਆ ਜਾ ਸਕਦਾ। ਜੀ ਜੀ, ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਬਲੋ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।